ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਸਭ ਤੋਂ ਪਹਿਲਾਂ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਆਵਾਜ਼ ਨਹੀਂ ਕੱਢੀ ਫੇਰ ਆਖੋ ਵਾਹਿਗੁਰੂ ਦਾ ਨਾਮ ਆਉਣਾ ਵਿੱਚ ਢਿੱਲ ਨਾ ਕਰੋ ਫੇਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੋ ਪਿਆਰਿਓ ਬਹੁਤਾ ਵੱਡਾ ਤਰਸ ਹੈ ਵਾਹਿਗੁਰੂ ਜੀ ਦਾ ਮਿਹਰ ਹੈ ਇਹ ਫੁਰਨਾ ਆਉਣਾ ਅੰਦਰ ਚੰਗਾ ਵਿਚਾਰ ਆ ਜਾਏ ਨਾ ਵੀ ਚੱਲੀਏ ਇਹ ਚੰਗਾ ਕਰਮ ਜਾਗ ਪਿਆ ਔਰ ਉਸ ਕਰਮ ਨੂੰ ਇਹ ਭਾਗ ਜਾਗ ਪਿਆ ਭਾਗ ਬਣ ਗਿਆ ਜਦੋਂ ਆਪਣੇ ਅੰਦਰ ਫੁਰਨਾ ਆਉਂਦਾ ਨਾ ਵੀ ਜਾਣਾ ਹੈ ਇਹ ਸਮਝ ਲਓ ਕਰਮ ਬਣ ਗਿਆ ਭਾਗ ਬਣ ਗਿਆ ਭਾਗ ਉਸ ਵਿਚਾਰ ਨੂੰ ਫਿਰ ਪ੍ਰੈਕਟੀਕਲੀ ਰੂਪ ਦੇਣਾ ਕਮਾਉਣਾ ਵੀ ਸੋਚਿਆ ਹੋਇਆ ਸੀ ਜਾਵਾਂਗੇ ਅੱਜ ਆ ਗਏ ਇਹ ਕਰਮ ਹੈ ਵਿਚਾਰ ਆਉਣਾ ਭਾਗ ਆ ਗਏ ਇਹ ਅੱਜ ਕਰਮ ਹੋ ਰਿਹਾ ਇਸ ਕਰਮ ਤੋਂ ਬਾਅਦ ਫਿਰ ਭਾਗ ਬਣਨਗੇ ਵੀ ਫਿਰ ਵੀ ਆਵਾਂਗੇ ਫਿਰ ਭਾਗ ਬਣਗੇ ਫਿਰ ਕਰਮ ਕਰਾਂਗੇ ਚੰਗੇ ਕਰਮਾਂ ਤੋਂ ਚੰਗੇ ਭਾਗ ਬਣਦੇ ਨੇ ਚੰਗੇ ਭਾਗਾਂ ਤੋਂ ਚੰਗੇ ਕਰਮ ਬਣੀ ਜਾਂਦੇ ਨੇ ਇਸੇ ਕਰਕੇ ਸੰਗਤ ਜੇ ਚੰਗੀ ਰਵੇ ਤੇ ਚੰਗੇ ਭਾਗ ਬਣਦੇ ਰਹਿਣ ਚੰਗੇ ਕਰਮ ਬਣਦੇ ਰਹਿਣ ਜਿਹਦੇ ਭਾਗ ਚੰਗੇ ਜਿਹਦੇ ਕਰਮ ਚੰਗੇ ਉਹਦੀ ਜ਼ਿੰਦਗੀ 'ਚ ਫਿਰ ਦੁੱਖ ਨਹੀਂ ਆਉਂਦਾ ਤੇ ਇਹ ਵਿਚਾਰ ਬਣਿਆ ਹੋਏਗਾ ਵੀ ਚੱਲੀਏ ਤੇ ਗਰਮੀ ਦਾ ਤੇ ਪਤਾ ਹੀ ਹੈ ਵੀ ਅੱਤ ਦੀ ਗਰਮੀ ਫਿਰ ਵੀ ਇਹ ਭਾਗ ਬਣ ਜਾਣਾ ਵਿਚਾਰ ਆਉਣਾ ਵੀ ਜਾਵਾਂਗੇ ਫਿਰ ਇੰਨੀ ਗਰਮੀ ਦੇ ਵਿੱਚ ਆਉਣਾ ਕਈਆਂ ਨੂੰ ਤੁਸੀਂ ਪੁੱਛਿਆ ਹੋਣਾ ਚੱਲੀਏ ਉਹਨੇ ਆਖਣਾ ਨਹੀਂ ਬੜੀ ਗਰਮੀ ਯਾਰ ਐਤਕੀ ਨਹੀਂ ਜਾਣਾ ਤੁਹਾਡੇ ਧੁਆਨ ਧਿਆਨ 'ਚ ਹੋਣਾ ਹੈ ਕੋਈ ਨਾ ਕੋਈ ਜਿਹਨੇ ਜਾਂ ਤੁਹਾਨੂੰ ਇੱਦਾਂ ਵੀ ਮਿਲਿਆ ਹੋਣਾ ਕੋਈ ਅੱਜ ਮੈਨੂੰ ਹੁਣ ਅੰਦਰ ਹੀ ਸੀ ਇੱਕ ਵਿਦਵਾਨ 'ਚ ਬਹਿ ਜੀ ਕਹਿੰਦਾ ਮੈਂ ਬਾਹਰ ਹੀ ਸੁਣਾਂਗਾ ਅੱਜ ਬਾਹਰ ਹੀ ਸੁਣ ਲਾਂਗੇ ਵੀ ਕਿਉਂ ਬਈ ਬਹੁਤ ਗਰਮੀ ਵੇਖੋ ਇਹ ਭਾਗ ਬਣਿਆ ਪਹਿਲਾਂ ਮੱਥੇ 'ਤੇ ਇੱਥੇ ਆ ਗਿਆ ਭਾਗ ਬਣ ਗਿਆ ਹੋਰ ਕੋਈ ਇੱਥੇ ਲਿਖਿਆ ਹੋਇਆ ਨਹੀਂ ਇੱਥੇ ਲਿਖਿਆ ਹੋਵੇ ਪਲਾਸਟਿਕ ਸਰਜਰੀਆਂ ਕਰਾ ਲੈਣ ਲੋਕੀ ਲਕੀਰਾਂ ਚੇਂਜ ਕਰ ਲੈਣ ਮੱਥੇ 'ਤੇ ਕੱਖ ਨਹੀਂ ਲਿਖਿਆ ਇੱਥੇ ਬਾਹਰ ਨਹੀਂ ਕੁਛ ਲਿਖਿਆ ਸਤਿਗੁਰੂ ਜੀ ਦੀ ਬਾਣੀ ਸੁਣੀਏ ਇਹ ਚੰਗੇ ਵਿਚਾਰ ਸ਼ੁਭ ਵਿਚਾਰ ਸਾਡੀ ਜ਼ਿੰਦਗੀ 'ਚ ਆ ਗਏ ਚੰਗੇ ਭਾਗ ਬਣ ਗਏ ਸਤਿਗੁਰ ਦੇ ਬਚਨ ਸਾਡੀ ਜ਼ਿੰਦਗੀ 'ਚ ਆ ਗਏ ਸਾਡੇ ਚੰਗੇ ਭਾਗ ਬਣ ਗਏ ਬਣਾ ਲੈ ਗੁਰੂ ਦੇ ਵਿਚਾਰ ਆਪਣੀ ਜ਼ਿੰਦਗੀ 'ਚ ਲਿਆ ਚੰਗੇ ਭਾਗ ਹੀ ਨੇ ਫਿਰ ਚੰਗੇ ਕਰਮ ਨੇ ਚੰਗੇ ਭਾਗ ਨੇ ਫਿਰ ਚੰਗੇ ਕਰਮ ਵੀ ਕਰਾਂਗੇ ਤੇ ਇੰਨੀ ਗਰਮੀ ਦੇ ਵਿੱਚ ਆਉਣਾ ਧੰਨ ਹੋ ਇਹ ਤੁਹਾਡੀ ਪ੍ਰੇਮ ਨੂੰ ਤੁਹਾਡੀ ਭਾਵਨਾ ਨੂੰ ਨਮਸਕਾਰ ਹੈ ਏਡਾ ਵੱਡਾ ਪ੍ਰਬੰਧ ਨਹੀਂ ਹੋ ਸਕਦਾ ਏਡਾ ਪੱਖਿਆਂ ਦਾ ਇੰਤਜ਼ਾਮ ਕਰਨਾ ਵੀ ਮੁਸ਼ਕਲ ਹੈ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੁੰਦਾ ਹੈ
ਜੇ ਦੀਵਾਨ ਹਾਲ ਵਿੱਚ ਪ੍ਰਬੰਧ ਕਰ ਵੀ ਲਈਏ ਪੱਖੇ ਲੱਗ ਵੀ ਜਾਣਗੇ ਕੋਈ ਵੱਡੀ ਗੱਲ ਨਹੀਂ ਪਰ ਇੰਨੀ ਸੰਗਤ ਜਦੋਂ ਦੀਵਾਨ ਹਾਲ ਵਿੱਚ ਬੈਠੇਗੀ ਉਹਦੇ 'ਚ ਤਾਂ ਵੜਿਆ ਨਹੀਂ ਜਾਣਾ ਇੰਨੀ ਹੁੰਮਸ ਹੋ ਜਾਣੀ ਹੈ ਜ਼ਿਆਦਾ ਮੁਸ਼ਕਲ ਹੈ ਪਰ ਜਦੋਂ ਸਾਡਾ ਮਨ ਜੁੜਿਆ ਹੋਵੇ ਫਿਰ ਗਰਮੀ ਨਹੀਂ ਲੱਗਦੀ ਬਾਕੀ ਵੇਖੋ ਨੈਨੋ ਪੇਕ ਠਾਕੁਰ ਕਾ ਰੰਗ ਸੁਣਿਆ ਨਾ ਪਹਿਲਾਂ ਸਾਧ ਸੰਗ ਬਿਨਸੈ ਸਭ ਸੰਗ ਕਹਿੰਦੇ ਵਿਕਾਰਾਂ ਦੀ ਸੰਗਤ ਖਤਮ ਹੋ ਜਾਏਗੀ ਬਿਨਸ ਜਾਏਗੀ ਅੱਖਾਂ ਨਾਲ ਵੇਖ ਰੱਬ ਦੇ ਰੰਗ ਕਿਵੇਂ ਭਲਾ ਹੁਣ ਸਮਝੋ ਕਿਵੇਂ ਰੰਗ ਵੇਖਣੇ ਨੇ ਕਿੱਥੇ ਤੇ ਇਦਾਂ ਵੇਖਣਾ ਹੈ ਹਾਏ ਓਏ ਮਰ ਗਏ ਗਰਮੀ ਓਏ ਗਰਮੀ ਬੜੀ ਗਰਮੀ ਓਏ ਇੱਕ ਤੇ ਇਹ ਵੇਖਣਾ ਇਹ ਹੈ ਬਾਹਰ ਹੁਣ ਇੱਕ ਪਿਆਰ 'ਚ ਰੰਗੇ ਹੋਏ ਆ ਮਾਲਕਾ ਪਤਾ ਨਹੀਂ ਪਸੀਨੇ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਕੱਢ ਦੇਗਾ ਆਖੋ ਸਤਨਾਮ ਇਹ ਰੰਗ ਜੇ ਨਾ ਹੋਵੇ ਪਸੀਨਾ ਨਹੀਂ ਆਉਣਾ ਹੁਣ ਅੱਧੀਆਂ ਬਿਮਾਰੀਆਂ ਸਾਡੀਆਂ ਇੱਦਾਂ ਹੀ ਨਿਕਲ ਜਾਂਦੀਆਂ ਆ ਮੈਂ ਹੁਣ ਇਲਾਜ ਵਾਸਤੇ ਕੁਝ ਦਿਨ ਗਿਆ ਸੀ ਬਾਹਰ ਆਊਟ ਆਫ ਸਟੇਟ ਸਾਊਥ ਇੰਡੀਆ ਵਿੱਚ ਅਤੇ ਉੱਥੇ ਮੈਂ ਕਈ ਲੋਕਾਂ ਨੂੰ ਵੇਖਿਆ ਬਾਹਰਲੇ ਕਈ ਆਉਂਦੇ ਆ ਆਪਣਾ ਇਲਾਜ ਕਰਾਉਣ ਲਈ ਅਤੇ ਉੱਥੇ ਕਈਆਂ ਨਾਲ ਗੱਲਬਾਤ ਕਰਦੇ ਸੀ ਅਤੇ ਉਹ ਕਹਿੰਦੇ ਜੀ ਸਟੀਮ ਬਾਥ ਵਿੱਚ ਬਹਿਣਾ ਬੜਾ ਵਧੀਆ ਲੱਗਦਾ ਮੈਂ ਕਿਹਾ ਸਾਡੇ 'ਤੇ ਪੱਕਾ ਹੀ ਲੱਗਿਆ ਹੁੰਦਾ ਹੈ 3 ਮਹੀਨੇ ਸਟੀਮ ਹੀ ਸਟੀਮ ਹੈ ਹੁਣ ਇੰਗਲੈਂਡ ਵਾਲੇ ਜਾਂ ਯੂਰਪ ਵਾਲਿਆਂ ਨੂੰ ਕਈ ਵਾਰੀ ਕਹੀਏ ਵੀ ਇੰਨੀ ਗਰਮੀ 'ਚ ਨਾ ਆਓ ਗਰਮੀ ਬਹੁਤ ਹੈ ਕਹਿਣਗੇ ਅਸੀਂ ਤਾਂ ਗਰਮੀ ਲੈਣ ਆਉਂਦੇ ਹਾਂ ਇੰਡੀਆ ਮਹੀਨਾ ਵੀ ਇੱਥੇ ਆਈਏ ਸਾਡੇ ਹੱਡ ਗੋਡੇ ਖੁੱਲ੍ਹ ਜਾਣ ਇੰਨੀ ਕਹਿੰਦੇ ਉੱਥੇ ਠੰਡ ਪੈਂਦੀ ਹੈ ਅਸੀਂ ਤਾਂ ਘਰਾਂ ਦੇ ਵਿੱਚ ਸਟੀਮਰ ਲਵਾਏ ਹੋਏ ਆ ਬਣਾਏ ਹੋਏ ਆ ਜਿਹਦੇ 'ਚ ਬਹਿੰਦੇ ਹਾਂ ਘੰਟਾ ਘੰਟਾ ਵੀ ਪਸੀਨਾ ਆਵੇ ਮੈਂ ਕਿਹਾ ਸਾਡੇ ਮਾਲਕ ਨੂੰ ਪਤਾ ਵੀ ਇਹ ਗਰੀਬ ਬੰਦੇ ਆ ਇਹ ਇਕੱਲਾ ਇਕੱਲਾ ਸਟੀਮ ਬਾਥ ਨਹੀਂ ਲਵਾ ਸਕਦਾ ਸਾਰਿਆਂ ਨੂੰ ਸਾਂਝਾ ਹੀ ਲਾਇਆ ਸਾਂਝਾ ਹੀ ਆ ਵੇਖੋ ਆਪੇ ਹੀ ਜੋਈ ਜਾਂਦਾ ਕਿਵੇਂ ਪਸੀਨਾ ਆ ਰਿਹਾ ਵੇਖੋ ਸਾਂਝਾ ਹੀ ਲਾਇਆ ਪਿਆ ਤੂੰ ਮਨ ਭਾਵੇਂ ਨਾ ਮਨ ਉਹਨੇ ਤੇਰਾ ਤੈਨੂੰ ਠੀਕ ਕਰ ਹੀ ਦੇਣਾ ਕਿੰਨੇ ਰੋਗ ਕੱਢ ਦੇਣੇ ਸਾਡੇ ਕਿੰਨੀਆਂ ਬਿਮਾਰੀਆਂ ਕੱਢ ਦੇਣੀਆਂ ਸਾਡੀਆਂ ਇਸ ਕਰਕੇ ਹੁਣ ਵੇਖੋ ਜਦੋਂ ਬੰਦਾ ਮਾਲਕ ਨਾਲ ਪਿਆਰ ਕਰਦਾ ਫਿਰ ਉਹਦੇ ਹਰ ਰੰਗ ਨੂੰ ਪਿਆਰ ਕਰਦਾ ਜਿਹੋ ਜਿਹਾ ਮਰਜ਼ੀ ਰੰਗ ਹੋਵੇ ਚਾਹੇ ਠੰਡ ਪਾ ਦੇ ਭਾਵੇਂ ਗਰਮੀ ਪਾ ਦੇ ਭਾਵੇਂ ਹਨੇਰੀ 'ਚ ਲਾ ਦੇ ਭਾਵੇਂ ਗੜੇ ਪਾ ਦੇ ਜੋ ਮਰਜ਼ੀ ਕਰ ਦੇ ਫਿਰ ਤੇਰਾ ਹਰ ਰੰਗ ਪਿਆਰਾ ਹੀ ਹੈ ਕਿਉਂਕਿ ਤੂੰ ਤਾਂ ਭਲਾ ਹੀ ਕਰਦਾ ਤੂੰ ਭਲਾ ਹੀ ਕਰਦਾ ਮਿੱਟੀ ਘੱਟਾ ਚੜ੍ਹ ਗਿਆ ਪਤਾ ਨਹੀਂ ਕਿੱਥੇ ਖੁਰਾਕ ਪਹੁੰਚਾਉਂਦਾ ਕਹਿੰਦੇ ਸੱਪਾਂ ਤੱਕ ਪਹੁੰਚਦੀ ਹੈ ਖੁਰਾਕ ਮਿੱਟੀ ਨਹੀਂ ਸੱਪ ਹੈ ਨੇ ਇੱਥੋਂ ਉੱਡਦੀ ਹੈ ਕਿੱਥੋਂ ਚੁੱਕਦਾ ਕਿੱਥੇ ਪਹੁੰਚਾਉਂਦਾ ਤੇਰੇ ਰੰਗਾਂ ਨੂੰ ਤੂੰ ਹੀ ਜਾਣੇ ਆਖੋ ਸਤਨਾਮ ਹੁਣ ਆਈ ਨਾ ਸਮਝ ਗੱਲ ਵੀ ਜਦੋਂ ਬੰਦਾ ਰੱਬ ਨਾਲ ਪਿਆਰ ਕਰਦਾ ਉਹਨੂੰ ਫਿਰ ਉਹਦੀ ਹਰੇਕ ਚੀਜ਼ ਹੀ ਚੰਗੀ ਲੱਗੀ ਜਾਂਦੀ ਹੈ ਵੀ ਸਭ ਕੁਛ ਤੇਰੇ ਹੁਕਮ 'ਚ ਹੀ ਹੈ ਗਰਮੀ ਕਿਹੜਾ ਤੇਰੇ ਤੋਂ ਬਾਹਰ ਹੈ ਇਹ ਤੂੰ ਹੀ ਬਣਾਇਆ ਸਭ ਕੁਛ ਤੇਰਾ ਬਣਿਆ ਸਭ ਠੀਕ ਹੈ ਜੀ ਕੋਈ ਗੱਲ ਨਹੀਂ ਬੈਠੇ ਰਹਾਂਗੇ ਚੋਈ ਜਾਣ ਦੇ ਮੂੰਹ ਭਿੱਜਦਾ ਰਹੇਗਾ ਫਿਰ ਪੂੰਝ ਲਾਂਗੇ ਕੋਈ ਨਹੀਂ ਇਹ ਉਹਦੀ ਮੌਜ ਵਿੱਚ ਹੈ ਜਦੋਂ ਬੰਦਾ ਉਹਦੇ ਨਾਲ ਪਿਆਰ ਕਰਦਾ ਫਿਰ ਉਹਦੇ ਸਾਰੇ ਰੰਗ ਪਿਆਰੇ ਲੱਗਣ ਲੱਗ ਜਾਂਦੇ ਇਸ ਕਰਕੇ ਇਹੋ ਜੀ ਗਰਮੀ ਦੇ ਵਿੱਚ ਪਿਆਰ ਨਾਲ ਭਾਵਨਾ ਨਾਲ ਸ਼ਰਧਾ ਨਾਲ ਮਰਦ ਦੇ ਚਰਨਾਂ 'ਚ ਆਉਣਾ ਬਹਿਣਾ ਇਹ ਸਤਿਗੁਰੂ ਜੀ ਦੀ ਵੱਡੀ ਕਿਰਪਾ ਹੈ ਔਰ ਇੰਨੀ ਇਕਾਗਰਤਾ ਨਾਲ ਆਰਾਮ ਨਾਲ ਬੇਪਰਵਾਹ ਹੋ ਕੇ ਸੋ ਸਤਿਗੁਰੂ ਮਿਹਰ ਕਰਨ ਕੁਝ ਸਮਾਂ ਆਪਾਂ ਰਲ ਮਿਲ ਹਾਜ਼ਰੀ ਭਰੀਏ
ਆਪਾਂ 9 ਵਜੇ ਆਈਦਾ, ਅੱਜ ਮੈਂ 8:30 ਆ ਗਿਆ ਸਟੇਜ ਤੇ। ਮੈਂ ਆਖਿਆ ਵੀ ਅੱਜ ਗਰਮੀ ਹੈ ਵੀ ਜਲਦੀ ਥੋੜਾ ਜਿਹਾ ਚੱਲਣਾ, ਔਖਾ ਹੋ ਜਾਣਾ ਬਹਿਣਾ, ਪਰ ਹੁਣ ਅੱਗੇ ਮੌਜ ਹੈ। ਜਿੰਨਾ ਕੁ ਚਿਰ ਆਪਾਂ ਪਿਆਰ ਨਾਲ ਬੈਠੇ ਰਹਾਂਗੇ, ਕੋਸ਼ਿਸ਼ ਕਰੀਏ ਵੀ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜੀਏ, ਤੇ ਜਦੋਂ ਮਨ ਜੁੜਿਆ ਹੋਵੇ ਫਿਰ ਨਹੀਂ ਗਰਮੀ ਲੱਗਦੀ, ਨਾ ਭੁੱਖ ਲੱਗੇ ਨਾ ਪਿਆਸ ਲੱਗੇ। ਗਰਮੀ ਸਰਦੀ ਓਨਾ ਚਿਰ ਭਾਸਦੀ ਹੈ ਜਿੰਨਾ ਚਿਰ ਤਨ ਨਾਲ ਜੁੜੇ, ਸਰੀਰ ਨਾਲ ਜੁੜੇ। ਜਦੋਂ ਮਨ ਵਾਹਿਗੁਰੂ ਜੀ ਨਾਲ ਜੁੜ ਜਾਂਦਾ ਹੈ, ਉਹਦੀ ਸਰਬ ਵਿਆਪਕਤਾ ਨੂੰ ਮਹਿਸੂਸ ਕਰਦਾ ਹੈ, ਮਾਲਕ ਵਾਹਿਗੁਰੂ ਜੀ ਨੂੰ ਫੀਲ ਕਰਦਾ ਹੈ, ਫਿਰ ਆਨੰਦ ਬਣ ਜਾਂਦਾ ਹੈ। ਫਿਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਫਿਰ ਮਨ ਆਨੰਦ ਚ ਹੈ। ਠੀਕ ਹੈ, ਬਾਹਰ ਗਰਮੀ ਸਰਦੀ ਹੈ ਤੇ ਚੱਲੀ ਜਾਣੀ, ਮਨ ਫਿਰ ਆਨੰਦ ਚ ਰਹਿਣ ਲੱਗ ਜਾਂਦਾ ਹੈ, ਮਨ ਮਸਤ ਹੋਇਆ ਰਹਿੰਦਾ ਹੈ, ਮਨ ਖਿੜਿਆ ਰਹਿੰਦਾ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ। ਉਹਦੇ ਰੰਗਾਂ ਵਿੱਚ ਰੰਗਿਆ ਹੋਇਆ ਫਿਰ ਮਾਲਕ ਦੇ ਦਰਸ਼ਨ ਵੀ ਕਰੀ ਜਾਂਦਾ, ਜਰੇ ਜਰੇ ਚੋਂ ਘੱਟ ਘੱਟ ਚੋਂ ਪਰਸਨ ਵੀ ਸ਼ੋਅ ਵੀ ਉਹਨੂੰ ਮਿਲਦੀ ਹੈ। ਸਰਸਨ ਉਹ ਹਮੇਸ਼ਾ ਆਨੰਦ 'ਚ ਰਹਿੰਦਾ ਹੈ, ਹਰਸਨ ਖੜਾਓ 'ਚ ਰਹਿੰਦਾ। ਕਦੋਂ? ਜਦੋਂ ਉਹਦੀ ਸਿਫਤ ਕਰਨ ਲੱਗ ਜਾਂਦਾ ਹੈ, ਵੱਡੇ ਦੇ ਗੁਣ ਗਾਉਣ ਲੱਗ ਜਾਂਦਾ ਹੈ। ਹੁਣ ਆਪਾਂ ਕੀ ਕਰਦੇ ਹਾਂ? ਮੇਰਾ ਪੁੱਤ ਐਂ ਕਰਦਾ, ਮੇਰਾ ਪੋਤਾ ਐਂ ਕਰਦਾ, ਮੇਰਾ ਪੜੋਤਾ ਐਂ ਕਰਦਾ, ਮੇਰਾ ਦੋਹਤਾ ਐਂ ਕਰਦਾ, ਲੈ ਬੱਚਿਆਂ ਦੇ ਗੁਣ ਗਾਉਂਦੇ ਨਹੀਂ ਥੱਕਦਾ ਸਾਰਾ ਦਿਨ। ਮਾੜੀ ਗੱਲ ਨਹੀਂ, ਗੁਣ ਬੱਚੇ ਏਦਾਂ ਹੀ ਕਰੀ ਜਾਂਦਾ। ਹੁਣ 2 ਘੰਟੇ ਦਾਦਾ ਪੋਤੇ ਦੀ ਗੱਲਾਂ ਕਰਦਾ ਥੱਕਦਾ ਹੀ ਨਹੀਂ, ਕਰੀ ਜਾਂਦਾ। ਪਰ ਤੂੰ ਕਰਨੀ ਹੈ, ਏਦਾਂ ਕਹਿ ਮਾਲਕ ਨੇ ਕਿੰਨੀ ਸੋਹਣੀ ਦਾਤ ਦਿੱਤੀ, ਮਾਲਕਾ ਇਹਦੇ ਦਿਲ ਚ ਵੀ ਧੜਕਦਾ, ਤੂੰ ਇਹਦੇ ਦਿਲ ਵਿੱਚ ਵੀ। ਬਸ ਇੰਨੇ ਨਾਲ ਹੀ ਚੇਂਜ ਹੋ ਗਿਆ ਨਾ, ਫਰਕ ਪੈ ਗਿਆ, ਆਨੰਦ ਆਉਣ ਲੱਗ ਗਿਆ। ਨਹੀਂ ਤੇ ਬਸ ਉਹ ਨਿੱਕੀਆਂ ਨਿੱਕੀਆਂ ਬਸ ਉੱਥੇ ਹੀ ਗੁਣ ਗਾਈ ਜਾਂਦਾ। ਫਿਰ ਉਹ ਜਦੋਂ ਮਨ ਜੁੜਿਆ ਹੁੰਦਾ, ਜਦੋਂ ਪਿਆਰ ਕਰਦਾ, ਫਿਰ ਗੁਣ ਗਾਉਂਦਾ। ਉਹਦੇ ਗੁਣ ਤੇ ਤਾਂ ਗਾਈਏ ਜੇ ਉਹਨੂੰ ਮਹਿਸੂਸ ਕਰੀਏ, ਪਿਆਰ ਕਰੀਏ, ਰਸ ਫੇਰ ਆਉਣਾ ਉਹਨੂੰ। ਘੱਟ ਘੱਟ ਮੈਂ ਹਰਜੂ ਵਸਿਆ, ਉਹਨੂੰ ਨੇੜੇ ਸਮਝੀਏ, ਸਾਰਿਆਂ 'ਚ ਵਸਿਆ ਹੋਇਆ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰਿਆ ਗੂੜਾ। ਨਾਲ ਹੋ ਬੰਦਾ ਹੈ ਨੇੜੇ ਹੀ ਹੈ, ਲਹਿ ਨਾ ਸਕੰਦਾ ਸਵਾਓ ਨਾ ਜਾਣਾ ਮੂੜਾ। ਕਹਿੰਦੇ ਸਵਾਦ ਨਹੀਂ ਆਉਂਦਾ ਮੂਰਖ ਨੂੰ, ਕਿਉਂ ਨਹੀਂ ਆਉਂਦਾ? ਮਾਇਆ ਮੱਧ ਮਾਤਾ, ਮਾਇਆ ਦੇ ਨਸ਼ੇ 'ਚ ਹੈ, ਹੋਛੀ ਬਾਤਾਂ ਹੋਚੀਆਂ ਹੀ ਗੱਲਾਂ ਕਰੀ ਜਾਂਦਾ, ਹੋਚੀ ਹੋਚੀ ਬਾਤਾਂ। ਮਿਲਣ ਨਾ ਜਾਈ ਭਰਮ ਧੜਾ, ਭਰਮਾਂ ਵਿੱਚ ਫਸਿਆ, ਮਿਲੇ ਕਿੱਦਾਂ? ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਹਰ ਸਾਜਨ ਸਭ ਕਹਿ ਨਿਕਟ ਖੜਾ। ਹੈ ਸਾਰਿਆਂ 'ਚ ਹੀ ਹੈ, ਪਰ ਗੁਰੂ ਬਿਨਾਂ ਗਿਆਨ ਨਹੀਂ ਹੁੰਦਾ। ਇਸ ਕਰਕੇ ਆਓ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਸੰਗਤ ਜਿਹੜੀ ਹੈ ਟਿਕਾ ਦਿਓ, ਹੁਣ ਥੋੜ੍ਹਾ ਚਿਰ ਰਲ ਮਿਲ ਕੇ ਇਕਾਗਰਤਾ ਬਣਾ ਕੇ ਵਾਹਿਗੁਰੂ ਜੀ ਦੇ ਗੁਣ ਗਾਈਏ। ਹੈ ਸਾਰਿਆਂ ਦੇ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ, ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ।
ਦੇਖਤ ਸੁਨਤ ਸਦਾ ਹੈ ਸੰਗੇ ਹੈ ਬਹੁਤ ਮੈਂ ਮੂਰਖ ਜਾਣਿਆ ਦੂਰੀ ਜਿਹੜਾ ਦੂਰ ਜਾਣਦਾ ਹੈ ਗਲਤੀ ਉਹ ਕਰਦਾ ਹੈ ਜਿਹੜਾ ਬੰਦਾ ਪਰਮਾਤਮਾ ਨੂੰ ਨੇੜੇ ਸਮਝਦਾ ਉਹ ਗਲਤੀ ਨਹੀਂ ਕਰਦਾ ਬਸ ਇੱਕੋ ਹੀ ਗੱਲ ਇੱਕੋ ਹੀ ਨੁਕਤਾ ਸਾਡੇ ਦਿਮਾਗ 'ਚ ਆ ਜਾਏ ਮਾਲਕ ਹੈ ਇੱਕ ਗੱਲ ਉਹ ਮੇਰੇ ਨੇੜੇ ਹੈ ਉਹ ਮੈਨੂੰ ਵੇਖਦਾ ਅੱਛਾ ਮਾੜਾ ਫਿਰ ਕਿਵੇਂ ਕਰਾਂਗੇ ਉਹ ਮੈਨੂੰ ਵੇਖਦਾ ਹੈ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਜਿਹੜਾ ਸਮਝੇਗਾ ਕਿ ਰੱਬ ਹੈ ਤੇ ਮੇਰੇ ਨੇੜੇ ਹੈ ਉਹ ਬੰਦਾ ਬੁਰਾਈ ਨਹੀਂ ਕਰ ਸਕਦਾ ਕਦੇ ਗਲਤ ਕੰਮ ਉਦੋਂ ਕਰਦਾ ਜਦੋਂ ਸਮਝਦਾ ਰੱਬ ਦੂਰ ਹੈ ਰੱਬ ਹੈ ਹੀ ਨਹੀਂ ਜਿਹੜਾ ਨੇੜੇ ਸਮਝੇਗਾ ਕਦੇ ਗਲਤੀ ਕਰੇਗਾ ਨਹੀਂ ਗਲਤੀਆਂ ਕਰਦੇ ਹੀ ਉਹ ਆ ਜਿਹੜੇ ਦੂਰ ਸਮਝਦੇ ਆ ਉਹ ਦੂਰ ਹੈ ਕਿਤੇ ਆਪਾਂ ਸਾਰੇ ਹੁਣ ਜੀਭ ਤੋਂ ਕਹੀ ਜਾਂਦੇ ਹਾਂ ਵਾਹਿਗੁਰੂ 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 ਚੰਦਰੇ ਮਨ ਨੇ ਕਹਿਣਾ ਉਹ ਤੇ ਹੈ ਹੀ ਨਹੀਂ ਅੰਦਰ ਵਾਲੇ ਨੇ ਮੰਨਣਾ ਨਹੀਂ ਤੇ ਨਾਮ ਤੇ ਮਨ ਨੂੰ ਮਿਲਣਾ ਹੈ ਤਨ ਨੂੰ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਨ ਨੂੰ ਮਿਲਣਾ ਨਾਮ ਮਨ ਕਵੇ ਉਹ ਹੈ ਮਨ ਨੂੰ ਨਾਮ ਮਿਲ ਗਿਆ ਬਸ ਹੁਣ ਫਿਰ ਜੀਭ ਕਹੀ ਜਾਵੇ ਵਾਹਿਗੁਰੂ ਵਾਹਿਗੁਰੂ ਕਿੰਨਾ ਸਵਾਦ ਆਇਆ ਹੁਣ ਆਇਆ ਸਵਾਦ ਜੀਭ ਤੋਂ ਕਹਿੰਦਾ ਮਨ ਕਹਿੰਦਾ ਰੱਬ ਹੈ ਜੀਭ ਕਹਿੰਦੀ ਵਾਹਿਗੁਰੂ ਕਿੰਨੀ ਵਧੀਆ ਗੱਲ ਅੱਛਾ ਜੀਭ ਕਹਿੰਦੀ ਵਾਹਿਗੁਰੂ ਮਨ ਕਹਿੰਦਾ ਰੱਬ ਹੈ ਨਹੀਂ ਫਿਰ ਆਪਾਂ ਕੀ ਕਹਾਂਗੇ ਜਿਨ ਮਨ ਹੋਰ ਮੁੱਖ ਸਿਕੰਡੇ ਕੱਚੇ ਹੋ ਗਏ ਫਿਰ ਆਪਾਂ ਜੇ ਮਨ ਕਵੇ ਰੱਬ ਹੈ ਬਈ ਵਾਹਿਗੁਰੂ ਜੀ ਹੈ ਨੇ ਮਾਲਕ ਮੇਰਾ ਹੈ ਮੇਰੇ ਰੱਬ ਜੀ ਮੈਨੂੰ ਵੇਖਦੇ ਆ ਉਹ ਸਦਾ ਮੇਰੇ ਕੋਲ ਹਨ ਫਿਰ ਜੀਭ ਕਵੇ ਪਿਆਰ ਨਾਲ ਬੁਲਾਵੇ ਵਾਹਿਗੁਰੂ ਕਿੰਨਾ ਵਧੀਆ ਤੇਜ ਬੁਲਾਓ ਵਾਹਿਗੁਰੂ 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 ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਜਿਵੇਂ ਮਰਜ਼ੀ ਕਰੀ ਚੱਲੋ ਫਿਰ ਫਿਰ ਤੇ ਸਵਾਦ ਹੀ ਆ ਗਿਆ ਮਨ ਤੇ ਮੰਨੇ ਰੱਬ ਹੈ ਮਨ ਨੂੰ ਨਾਮ ਮਿਲ ਗਿਆ ਜਦੋਂ ਮਨ ਮੰਨਣ ਲੱਗ ਗਿਆ ਵੀ ਰੱਬ ਪਰਮਾਤਮਾ ਮਾਲਕ ਹੈ ਉਹ ਸਾਨੂੰ ਵੇਖਦਾ ਹੈ ਉਹ ਸਾਡੇ ਨੇੜੇ ਹੈ ਬੁਰਾਈਆਂ ਤੋਂ ਬੰਦਾ ਦੂਰ ਹੋ ਗਿਆ ਤੇ ਜਿਹੜਾ ਦੂਰ ਸਮਝੇਗਾ
ਧਿਆਨ ਚ ਰੱਖਿਓ, ਜਿਹੜਾ ਬੰਦਾ ਦੂਰ ਸਮਝੇਗਾ, ਮਾੜੇ ਕੰਮ ਕਰੇਗਾ ਤੇ ਜੀਭ ਤੋਂ ਭਾਵੇਂ ਸਾਰੀ ਰਾਤ ਬਹਿ ਕੇ ਵਾਹਿਗੁਰੂ ਜਪੀ ਜਾਏ, ਬੁਰਾਈਆਂ ਜ਼ਿੰਦਗੀ ਚੋਂ ਨਿਕਲੀਆਂ ਨਹੀਂ ਤੇ ਮਨ ਨੂੰ ਨਾਮ ਨਹੀਂ ਮਿਲਿਆ, ਮਨ ਨੂੰ ਨਹੀਂ ਮਿਲਿਆ, ਜੀਭ ਕਹੀ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ, ਸਾਰੀ ਰਾਤ ਬਹਿ ਕੇ ਕਰੀ ਜਾ, ਭਾਵੇਂ ਜ਼ੋਰ ਲਾ ਦੇ, ਦਿਨ ਰਾਤ ਹੀ ਜੱਪੀ ਚੱਲ ਭਾਵੇਂ, ਫਿਰ ਕੋਈ ਫਾਇਦਾ ਨਹੀਂ ਹੋਣਾ। ਮਨ ਤੇ ਮੰਨੇ ਨਾ, ਉਹ ਹੈ, ਉਹ ਸਾਡਾ ਸਾਰਿਆਂ ਦਾ ਮਾਲਕ। ਹੁਣ ਉਹ ਐਡਾ ਵੱਡਾ ਜਦੋਂ ਸਾਡਾ ਯਾਰ ਬਣ ਗਿਆ, ਫੀਲਿੰਗ ਬਣ ਗਈ ਸਾਡੀ, ਮਹਿਸੂਸ ਹੋਣ ਲੱਗ ਪਿਆ, ਫਿਰ ਜਦੋਂ ਐਡਾ ਵੱਡਾ ਸਾਡਾ ਮਾਲਕ ਬਣ ਜਾਏ ਫਿਰ ਕਾਹਦਾ ਡਰ ਹੈ, ਫਿਰ ਆਪਾਂ ਛੋਟੇ ਮੋਟਿਆਂ ਨੂੰ ਕੀ ਸਮਝਦੇ ਹਾਂ। ਐਡਾ ਵੱਡਾ ਸਾਡਾ ਯਾਰ ਹੈ ਉਹ, ਜਿਹੜਾ ਸਾਰਿਆਂ ਦੇ ਵਿੱਚ ਬੈਠਾ ਹੈ, ਸਭ ਨੂੰ ਪਾਲ ਰਿਹਾ। ਜਿਵੇਂ ਪਿਛਲੇ ਦੀਵਾਨ 'ਚ ਤੁਸੀਂ ਸ਼ਨੀਵਾਰ ਸੁਣਿਆ ਸੀ ਕਿਵੇਂ 84 ਲੱਖ ਚੱਲ ਰਿਹਾ, ਕਿਵੇਂ ਸਭ ਜੀਵ ਆਪਣੇ ਆਪਣੇ ਕੰਮ ਕਰ ਰਹੇ ਨੇ, ਕਿਵੇਂ ਆਲ੍ਹਣੇ ਬਣਾਉਂਦੇ ਨੇ, ਬੀਜੜਿਆਂ ਦੇ ਆਲ੍ਹਣੇ ਬਣਾਏ ਵੇਖਦੇ ਹਾਂ, ਹੈਰਾਨ ਹੋ ਜਾਈਦਾ। ਇੱਕ ਸੂਈ ਫੜਾਉਂਦਾ ਹੈ, ਉਹ ਡੱਕਾ ਫੜਾ ਰਿਹਾ, ਦੂਜਾ ਦੂਜੇ ਪਾਸੇ ਖਿੱਚਦਾ, ਉਹ ਫਿਰ ਗੇੜਾ ਜਿਹਾ ਦੇ ਕੇ ਦੂਜੇ ਨੂੰ ਫੜਾਉਂਦਾ ਸੂਈ, ਫਿਰ ਉਹ ਖਿੱਚਦਾ ਉੱਧਰ ਨੂੰ, ਕਿਵੇਂ ਆਲ੍ਹਣੇ ਬਣਾਉਂਦੇ ਨੇ, ਕਿਵੇਂ ਸਿਖਾਉਂਦਾ ਮਾਲਕਾ ਤੂੰ ਇਹਨਾਂ ਨੂੰ। ਸਾਰਿਆਂ ਵਿੱਚ ਵਸਿਆ ਹੋਇਆ ਜਦੋਂ ਇੱਦਾਂ ਮਹਿਸੂਸ ਹੋਣ ਲੱਗ ਪਿਆ ਨਾ, ਜਦੋਂ ਸਾਡਾ ਉਹ ਯਾਰ ਬਣ ਗਿਆ, ਫਿਰ ਬੇਪਰਵਾਹ ਹੋਵਾਂਗੇ, ਨਿਰਭਉ ਜਪੈ ਸਗਲ ਭਉ, ਨਾ ਫਿਰ ਲੀਡਰਾਂ ਦਾ ਡਰ ਲੱਗਣਾ, ਨਾ ਪਖੰਡੀ ਬਾਬਿਆਂ ਤੋਂ ਡਰ ਲੱਗਣਾ, ਨਾ ਸਰਾਫਾਂ ਦਾ ਡਰ ਲੱਗਣਾ ਫਿਰ ਵੀ ਸਰਾਫ ਲੱਗ ਜੂ, ਨਾ ਕਬਰਾਂ ਤੋਂ ਡਰ ਲੱਗਣਾ, ਨਾ ਗੁੱਗਿਆਂ ਤੋਂ ਡਰ ਲੱਗਣਾ, ਨਾ ਨਾਰ ਸਿੰਘ ਦਾ ਡਰ ਲੱਗਣਾ। ਆਖੋ ਸਤਨਾਮ, ਨਾ ਡਰ ਨਹੀਂ ਲੱਗਦਾ ਫਿਰ, ਫਿਰ ਐ ਨਹੀਂ, ਫਿਰ ਡਰਦਾ ਹੀ ਨਹੀਂ ਬੰਦਾ, ਅੱਧੀ ਰਾਤ ਨੂੰ ਕਬਰਾਂ 'ਚ ਤੁਰੇ ਫਿਰੀਏ ਕੋਈ ਡਰ ਨਹੀਂ ਲੱਗਦਾ, ਲਈ ਫਿਰ ਉਹ ਬਣੀਆਂ ਕਿਉਂ, ਜਾਕਾ ਮੀਤ ਸਾਜਨ ਹੈ ਸਮੀਆਂ, ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਹੈ। ਜਿਹਦਾ ਸੱਜਣ ਬਣ ਜਾਏ, ਉਹ ਯਾਰ ਬਣ ਜਾਏ ਸਵਾਮੀ ਮਾਲਕ, ਜਿਹਦਾ ਯਾਰ ਬਣ ਜਾਏ ਪੰਚਮ ਪਾਤਸ਼ਾਹ ਕਹਿੰਦੇ। ਹਾਂਜੀ, ਜਾ ਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕੋ ਕਾ ਕੀ ਕਮੀਆ, ਉਹਨੂੰ ਫਿਰ ਕਾਹਦੀ ਕਮੀ ਹੈ ਦੱਸੋ। ਗੁਰੂ ਅਰਜਨ ਸਾਹਿਬ ਕਹਿੰਦੇ, ਹੁਣ ਆਪਾਂ ਸਾਰੇ ਕਮੀਆਂ ਵਾਲੇ ਹਾਂ, ਹਾਏ ਆਹ ਨਹੀਂ ਮਿਲਿਆ, ਹਾਏ ਮੈਨੂੰ ਆਹ ਨਹੀਂ ਮਿਲਿਆ, ਹਾਏ ਮੈਨੂੰ ਆਹ ਨਹੀਂ ਮਿਲਿਆ, ਕਮੀਆਂ ਨੇ ਨਾ ਸਾਨੂੰ, ਆਹ ਕਮੀ ਹੈ, ਆਹ ਕਮੀ ਹੈ, ਆਹ ਕਮੀ ਹੈ, ਆਪਣੇ 'ਚ ਬਹੁਤੇ ਕਮੀਆਂ ਵਾਲੇ ਹੀ ਆ। ਪਰ ਗੁਰੂ ਅਰਜਨ ਸਾਹਿਬ ਕਹਿੰਦੇ, ਜਿਹਨੂੰ ਮਾਲਕ ਮਿਲ ਗਿਆ ਉਹਨੂੰ ਕਮੀ ਕਾਹਦੀ ਰਹਿ ਗਈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਨੂੰ ਕਮੀ ਹੈ ਫਿਰ ਅਜੇ ਮਿਲਿਆ ਨਹੀਂ, ਧਿਆਨ 'ਚ ਰੱਖਿਓ ਬਈ, ਜੇ ਸਾਨੂੰ ਕਮੀ ਹੈ ਇਹਦਾ ਮਤਲਬ ਅਜੇ ਸਾਨੂੰ ਮਿਲਿਆ ਨਹੀਂ। ਮਹਾਰਾਜ ਕਹਿੰਦੇ ਕਮੀ ਨਹੀਂ ਰਹਿ ਜਾਂਦੀ ਕੋਈ, ਭੁੱਖਾਂ ਹੀ ਮਰ ਗਈਆਂ ਸਾਰੀਆਂ। ਉਹਨੂੰ ਪੁੱਛੋ ਵੀ ਚਾਹੀਦਾ ਕੁਝ, ਉਹ ਕਹਿੰਦਾ ਲੈ ਜਦੋਂ ਐਡਾ ਵੱਡਾ ਮੈਨੂੰ ਘਟਾਂ ਘਟਾਂ 'ਚ ਦਿਸਦਾ ਹੈ, ਲੈ ਬਈ ਮੇਰੇ ਦਿਲ 'ਚ ਵੀ ਧੜਕੀ ਜਾਂਦਾ ਹੈ, ਆਹਾ ਹਾ ਮੇਰੀ ਮਾਂ ਦੇ ਦਿਲ 'ਚ ਵੀ ਧੜਕਦਾ, ਏਦਾਂ ਮੇਰੇ ਪਿਓ ਦੇ ਦਿਲ 'ਚ ਵੀ ਧੜਕਦਾ, ਤਾਂ ਹੀ ਦੋਨਾਂ ਦਾ ਵਿਆਹ ਹੋਇਆ ਤੇ ਸੰਜੋਗ ਤੋਂ ਮੈਂ ਜੰਮਿਆ। ਜੇ ਦਿਲ 'ਚ ਮੇਰੀ ਮਾਂ ਦੇ ਨਾਂ ਧੜਕੇ ਮੇਰੇ ਪਿਤਾ ਦੇ ਦਿਲ 'ਚ ਨਾਂ ਧੜਕਦਾ ਤੇ ਮੈਂ ਕਿੱਥੋਂ ਪੈਦਾ ਹੁੰਦਾ। ਫਿਰ ਦਿਲ 'ਚ ਤੂੰ ਧੜਕਦਾ, ਸਾਹ ਤੂੰ ਚਲਾਉਂਦਾ, ਤਾਂ ਕਰਕੇ ਮੇਰੇ ਮਾਲਕ ਜੀ ਭੁਲੇਖਾ ਹੀ ਹੈ,
ਸਰੀਰ ਦੋ ਨੇ ਪਰ ਅਸਲ ਵਿੱਚ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਲੈ। ਭਰਾਵਾਂ ਚ ਵੀ ਧੜਕਦਾ, ਘਰ ਵਾਲੀ ਚ ਵੀ ਉਹੀ ਧੜਕੀ ਜਾਂਦਾ, ਗਾਂ ਬੱਚਿਆਂ ਚ ਵੀ ਉਹੀ ਧੜਕਦਾ, ਪੋਤਿਆਂ ਚ ਵੀ ਉਹੀ ਧੜਕਦਾ। ਤਨ ਨਾ ਵੇਖ ਨੈਨੋ ਪੇਖ ਠਾਕੁਰ ਕਾ, ਉਹਨੂੰ ਵੇਖ ਵੀ ਉਹ ਹੈ। ਬਸ ਜਿੱਦਣ ਇਦਾਂ ਆਪਾਂ ਵੇਖਣ ਲੱਗ ਗਏ, ਤੁਸੀਂ ਦੱਸੋ ਵੀ ਜਿੱਦਣ ਬੰਦਾ ਸਾਰਿਆਂ ਚ ਰੱਬ ਵੇਖੇਗਾ, ਗਾਹਕ ਚ ਵੀ ਰੱਬ ਹੈ ਫਿਰ? ਅੱਛਾ, ਗਾਹਕ ਨੂੰ ਆਪਾਂ ਇੱਦਾਂ ਕਹਾਂਗੇ ਵੀ ਚੀਜ਼ 100 ਰੁਪਏ ਦੀ ਹੈ ਤੇ ਲਾ ਦਿਆਂਗੇ 500 ਦੀ, ਗਾਹਕ ਨੂੰ ਫਿਰ ਬੰਦਾ ਕਿਵੇਂ ਅਟੈਂਡ ਕਰੇਗਾ? ਉਹਨੂੰ ਕਹੇਗਾ ਭਰਾਵਾ 100 ਰੁਪਏ ਦੀ ਵਸਤੂ ਮੈਨੂੰ ਪਈ ਹੈ, ਮੈਂ 110 ਦੀ ਤੈਨੂੰ ਦੇਣ ਲੱਗਿਆ। ਗਾਹਕ ਚੀਜ਼ ਰੱਬ ਹੈ ਤੇ ਰੱਬ ਨਾਲ ਕਿਵੇਂ ਧੋਖਾ ਕਰੀਏ? ਆਖੋ ਸਤਨਾਮ। ਫਿਰ ਮੇਰੇ ਵਰਗਾ ਬੰਦਾ ਕਹੇਗਾ ਕਰਾਓ ਜੀ ਸੰਪਟ ਪਾਠ, 51,000 ਲੱਗੇਗਾ, ਕਹੇਗਾ 51,000 ਲੱਗੇਗਾ। ਭਾਈ ਤੁਹਾਡੇ ਘਰ ਤੇ ਭੂਤ ਆ ਵੜਿਆ, ਉਹਨੂੰ ਸੰਗਤ ਵਿੱਚੋਂ ਰੱਬ ਨਹੀਂ ਦਿਸਦਾ। ਆਖੋ ਸਤਨਾਮ। ਰੱਬ ਨਹੀਂ ਦਿਸਦਾ ਨਾ, ਰੱਬ ਇਹਦੇ ਚ ਵੀ ਧੋਖਾ ਕਿਹਦੇ ਨਾਲ ਕਰੇਗਾ? ਦੁਕਾਨਦਾਰ ਮਿਲਾਵਟ ਕਿਵੇਂ ਕਰੇਗਾ? ਦੁੱਧੀ ਦੁੱਧ ਵਿੱਚ ਪਾਣੀ ਕਿੱਦਾਂ ਪਾਊ? ਪਾਣੀ ਕਿਵੇਂ ਪਾਏਗਾ? ਗਾਹਕ ਚ ਰੱਬ ਨਹੀਂ, ਜਿਹੜਾ ਦੁੱਧ ਪੀਏਗਾ ਉਹਦੇ ਚ ਮਾਲਕ ਬੈਠਾ, ਬੱਚੇ ਨਿੱਕੇ ਨਿੱਕੇ ਪੀਣਗੇ। ਭਾਵ ਕੇ ਸਾਰਾ ਸਿਸਟਮ ਠੀਕ ਹੋ ਸਕਦਾ ਹੈ ਜੇ ਰੱਬ ਲੀਡਰ ਸਮਝ ਲੈਣ ਵੀ ਜਨਤਾ ਚ ਰੱਬ ਹੈ। ਲੀਡਰ ਆਪੇ ਸੁਧਰ ਜਾਣਗੇ। ਸਾਰਾ ਹੀ ਸੁਧਾਰ ਹੋ ਸਕਦਾ ਹੈ ਜੇ ਬੰਦਾ ਸਮਝੇ ਕਿ ਮਾਲਕ ਹੈ, ਮੇਰੇ ਨੇੜੇ ਹੈ, ਮੈਨੂੰ ਵੇਖਦਾ ਹੈ, ਸਾਰਿਆਂ ਵਿੱਚ ਵਸਿਆ ਹੋਇਆ। ਬਸ ਬੁਰਾਈਆਂ ਦਾ ਖਾਤਮਾ ਹੀ ਹੋ ਜਾਣਾ ਬਈ। ਹੁਣ ਵੇਖੋ, ਛੱਡੋ ਲੀਡਰਾਂ ਨੂੰ, ਛੱਡੋ ਦੁਕਾਨਦਾਰਾਂ ਨੂੰ, ਆਪਣੇ ਤੋਂ ਸ਼ੁਰੂ ਕਰ ਲਓ, ਆਪਣੇ ਤੋਂ। ਆਪਾਂ ਆਪਣਾ ਕੰਮ ਵੇਖੋ, ਅਸੀਂ ਕਿੱਥੇ ਖੜੇ ਹਾਂ। ਮੈਂ ਆਪਣੀ ਗੱਲ ਕਰਾਂ, ਤੁਸੀਂ ਆਪਣੀ ਕਰੋ, ਆਪਾਂ ਸੁਧਰਾਂਗੇ ਨਾ। ਭਾਈ ਤਾਰੂ ਸਿੰਘ ਲੱਗੇ ਪ੍ਰਸ਼ਾਦਾ ਛਕਣ, ਦੀਵਾ ਬੁੱਝ ਗਿਆ, ਹਵਾ ਆਈ ਤੇ ਦੀਵਾ ਬੁੱਝ ਗਿਆ। ਮਾਂ ਕਹਿੰਦੀ ਹੈ, ਉਹ ਤਾਰੂ ਸਿੰਘ ਕਹਿੰਦਾ ਮਾਂ ਵੇਲਾ ਰੋਟੀ ਦਾ ਸਵਾਦ ਗਿਆ। ਮਾਂ ਉੱਠ ਕੇ ਕੋਈ ਜਗਾਉਣ ਲੱਗੀ ਹੈ ਤੇ ਲੱਤ ਤੇ ਸੱਟ ਵੱਜ ਗਈ ਘਰ ਚ। ਜਦੋਂ ਹੁਣ ਹਨੇਰਾ ਹੋਵੇ, ਸੁੱਖ ਦੇਣ ਵਾਲੀਆਂ ਚੀਜ਼ਾਂ ਵੀ ਦੁੱਖ ਦੇਣ ਲੱਗ ਪੈਂਦੀਆਂ। ਸੋਫਾ ਕਾਹਦੇ ਲਈ ਹੈ? ਸੁੱਖ ਦੇਣ ਲਈ ਹੈ ਨਾ ਆਪਣੇ ਘਰਾਂ 'ਚ। ਟੇਬਲ ਕਾਹਦੇ ਲਈ ਹੈ? ਸੁੱਖ ਦੇਣ ਲਈ। ਬੈੱਡ ਕਾਹਦੇ ਲਈ ਹੈ? ਸੁੱਖ ਦੇਣ ਲਈ। ਇਹ ਸੁੱਖ ਤਾਂ ਹੀ ਦੇਣਗੇ ਜੇ ਚਾਨਣ ਹੋਵੇ। ਹਨੇਰਾ ਹੋਵੇ ਇਹ ਨਹੀਂ ਪਤਾ ਬੈੱਡ ਦੇ ਵਿੱਚ ਹੀ ਤੁਹਾਡਾ ਪੈਰ ਵੱਜ ਜੇ, ਲੱਤ ਤੇ ਸੱਟ ਵੱਜ ਸਕਦੀ ਹੈ। ਇਹ ਚੀਜ਼ਾਂ ਦੁੱਖ ਦੇਣ ਲੱਗ ਪੈਂਦੀਆਂ ਨੇ। ਚਾਨਣ ਵਿੱਚ ਵਧੀਆ ਨੇ, ਹਨੇਰੇ 'ਚ ਉਹੀ ਚੀਜ਼ਾਂ ਤੇ ਠੋਕਰ ਵੱਜ ਸਕਦੀ ਹੈ। ਸਭ ਕੁਝ ਚੰਗਾ ਹੀ ਚੰਗਾ ਹੈ, ਇੱਥੇ ਮਾੜਾ ਕੁਛ ਨਹੀਂ। ਇਹ ਜੱਗ ਸੱਚੇ ਕੀ ਹੈ? ਸੱਚੇ ਕਾ ਸਾਰਾ ਕੁਝ ਮਾਲਕ ਦਾ ਬਣਾਇਆ ਹੈ। ਪਰ ਜੇ ਤੇ ਬਾਣੀ ਦਾ ਚਾਨਣ ਹੈ, ਗੁਰਬਾਣੀ ਇਸ ਜੱਗ ਮੈਂ ਹੈ, ਜੇ ਤੇ ਬਾਣੀ ਦਾ ਚਾਨਣ ਸਾਡੇ ਕੋਲ ਹੈ, ਫਿਰ ਤੇ ਇਹ ਚੀਜ਼ਾਂ ਦੇਣਗੀਆਂ ਸੁੱਖ, ਪੁੱਤ, ਧੀਆਂ, ਜ਼ਮੀਨਾਂ, ਜਾਇਦਾਦਾਂ, ਕੋਠੀਆਂ, ਸਭ ਕੁਝ ਵਧੀਆ। ਪਰ ਜੇ ਗੁਰਬਾਣੀ ਦਾ ਚਾਨਣ ਨਾ ਹੋਇਆ, ਇਹਨਾਂ 'ਚ ਠੋਕਰਾਂ ਖਾਈ ਜਾਏਗਾ। ਆਖੋ ਸਤਨਾਮ। ਇਹੀ ਚੀਜ਼ਾਂ ਦੁੱਖ ਦੇਣਗੀਆਂ ਫਿਰ ਸਾਨੂੰ, ਫਿਰ ਦੁੱਖ ਦੇਣਗੀਆਂ। ਹੁਣ ਮੇਰੀ ਗੱਲ ਸੁਣੋ, ਛੱਡ ਦਿਓ ਲੀਡਰਾਂ ਨੂੰ, ਦੁਕਾਨਦਾਰ ਦੋਧੀ ਛੱਡੋ, ਆਪਾਂ ਵੇਖੋ ਵੀ ਆਪਾਂ ਕਿਵੇਂ ਸੁਧਾਰ ਕਰੀਏ। ਆਪਾਂ ਹੁਣ ਕਿਵੇਂ? ਉਹ ਮਾਤਾ ਉੱਠੀ,
ਦੀਵਾ ਬਾਲ ਤਾਂ ਕਹਿਣ ਲੱਗਾ ਤਾਰੂ ਸਿੰਘ ਦਾ ਮਾਂ ਹਨੇਰਾ ਬੰਦੇ ਨੂੰ ਬਹੁਤ ਤੰਗ ਕਰਦਾ ਹੈ। ਹਾਂ ਬੇਟਾ ਕਰਦਾ, ਸਾਰੀ ਦੁਨੀਆ ਦਾ ਹਨੇਰਾ ਕਿਵੇਂ ਦੂਰ ਹੋਵੇ, ਵੀ ਕਿੰਨੀ ਸੱਟ ਵੱਜਦੀ ਹੈ, ਠੋਕਰ ਵੱਜਦੀ ਹੈ, ਬੰਦੇ ਦਾ ਰੋਟੀ ਪਾਣੀ ਸਭ ਕੁਝ ਖਰਾਬ ਹੋ ਜਾਂਦਾ। ਲਾਈਟ ਚੱਲੀ ਜਾਈ, ਜਿੱਦਾਂ ਹੁਣ ਅੱਜ ਕੱਲ੍ਹ ਲਾਈਟ ਹੈ ਉਦੋਂ ਦੀਵਾ ਬੁਝ ਗਿਆ। ਇਹਦਾ ਇਲਾਜ ਕੀ ਹੈ? ਮਾਂ ਕਹਿੰਦੀ ਲੈ ਗੱਲ ਹੀ ਕੁਛ ਨੀ, ਤਿੰਨ ਦੀਵੇ ਬਲਾ ਲਿਆਂਦੇ। ਇੱਕ ਮਾਂ ਨੇ ਕਮਰੇ ਜਗਾ ਦਿੱਤਾ, ਪੁੱਤ ਨੂੰ ਕਹਿੰਦੀ ਇੱਕ ਵਿਹੜੇ 'ਚ ਜਗਾ ਦੇ, ਵਿਹੜੇ 'ਚ ਜਗਾ ਦਿੱਤਾ। ਤੇ ਧੀ ਨੇ ਬਾਹਰ ਗਲੀ ਹੈ ਜਿਹੜੀ ਉੱਥੇ ਜਗਾ ਦਿੱਤਾ। ਲੈ ਭਾਈ ਚਾਨਣ ਹੋ ਗਿਆ, ਲੈ ਕਹਿਣ ਲੱਗਾ ਇਹ ਤੇ ਆਪਣੇ ਘਰ 'ਚ ਹੋਇਆ, ਸਾਰੀ ਦੁਨੀਆ 'ਚ ਕਿਵੇਂ ਹੋਏਗਾ। ਕਹਿਣ ਲੱਗਾ ਆਪਾਂ ਆਪਣੇ ਘਰ 'ਚ ਬਾਲਿਆ ਨਾ, ਆਪਾਂ ਸੁਖੀ ਹਾਂ। ਸਾਨੂੰ ਵੇਖ ਕੇ ਗਵਾਂਢੀ ਬਾਲਣਗੇ ਵੀ ਆਪਾਂ ਵੀ ਬਾਲੋ, ਵੀ ਆਪਾਂ ਵੀ ਸੁਖੀ ਹੋ ਜਾਓ, ਹਨੇਰੇ 'ਚ ਕਿਉਂ ਠੋਕਰਾਂ ਖਾਈਏ, ਇੱਕ ਵਿਹੜੇ 'ਚ ਬਾਲੋ, ਇੱਕ ਬਾਹਰ ਬਾਲੋ। ਉਹਨੂੰ ਵੇਖ ਕੇ ਦੂਜਾ ਜਗਾ ਲਏਗਾ, ਉਹਨੂੰ ਵੇਖ ਕੇ ਤੀਜਾ, ਸਾਡੇ ਪਿੰਡ ਦੇ ਦੀਵੇ ਜਗਣਗੇ। ਹੌਲੀ 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 ਸਭ ਜਗਾ ਲੈਣਗੇ। ਆਪਣੇ ਤੋਂ ਸ਼ੁਰੂਆਤ ਕਰ, ਪਹਿਲਾਂ ਆਪਣੇ ਘਰ ਚਾਨਣ ਕਰ, ਤੇਰੀ ਨਕਲ ਕਰੇਗਾ ਕੋਈ। ਗੁਰਸਿੱਖਾ ਏਦਾਂ ਦਾ ਜੀਵਨ ਬਣਾ ਵੀ ਤੇਰਾ ਜੀਵਨ ਹੀ ਪ੍ਰਚਾਰ ਹੋ ਜਾਏ, ਆਪਣਾ ਜੀਵਨ ਏਦਾਂ ਦਾ ਬਣਾ। ਛੱਡੋ ਆਪਾਂ ਆਪਣੀ ਗੱਲ ਕਰੋ, ਮੈਂ ਇਹ ਸੋਚਾਂ ਮਨਾ ਕਿਸੇ ਨਾਲ ਠੱਗੀ ਨਾ ਮਾਰੀ, ਮਨਾ ਸੱਚ ਦਾ ਪ੍ਰਚਾਰ ਦ੍ਰਿੜਤਾ ਨਾਲ ਕਰੀ। ਮੈਂ ਸੋਚਣਾ ਇਹ ਮੇਰੀ ਮੈਂ ਏਦਾਂ ਸੋਚਾਂ, ਮੇਰੇ ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਆ ਨਾ ਉਹ ਮੈਂ ਦੱਸਣਾ ਹੈ, ਮੈਂ ਪੜਦਾ ਨਹੀਂ ਪਾਉਣਾ, ਮੈਂ ਲੁਕੋ ਨਹੀਂ ਰੱਖਣਾ ਵੀ ਆਹ ਸਾਡਾ ਬੜਾ ਪੱਕਾ ਪ੍ਰੇਮੀ ਟੁੱਟ ਜਾਏਗਾ ਜੇ ਮੈਂ ਗੱਲ ਸਿੱਧੀ ਕਹਿਤੀ, ਗਿੱਟੇ ਵੱਜੇ ਭਾਵੇਂ ਗੋਡੇ ਵੱਜੇ, ਕਹਿਣੀ ਹੈ, ਇਹ ਮੇਰੀ ਡਿਊਟੀ ਹੈ, ਮੈਂ ਆਪਣੇ ਤੋਂ ਸ਼ੁਰੂ ਕਰਾਂ। ਇੱਦਾਂ ਤੁਸੀਂ ਕਰੋ ਤੇ ਚੇਤਾ ਰੱਖਿਓ, ਸ਼ਾਂਤੀ ਸੱਚ ਨਾਲ ਆਉਂਦੀ ਹੈ। ਮੂੰਹ ਵੇਖ ਵੇਖ ਕੇ ਜਿਹੜੇ ਪ੍ਰਚਾਰ ਕਰਦੇ ਨੇ ਨਾ, ਉਹ ਆਹ ਗੱਲ ਕਹੀ ਕਿਉਂ ਨਹੀਂ, ਉਹ ਵਿੱਚ ਬੈਠਾ ਸੀ, ਮੈਂ ਤਾਂ ਨਹੀਂ ਬੋਲਿਆ। ਉਹਨੂੰ ਕਹਿੰਦੇ ਨੇ ਮੂੰਹ ਵੇਖ ਕੇ, ਮੂੰਹ ਰੱਖ ਗਿਆ, ਇਹਨੂੰ ਕਹਿੰਦੇ ਨੇ ਮੂੰਹ ਰੱਖ, ਮੂਰਖ ਜਿਹੜਾ ਮੂੰਹ ਵੇਖ ਵੇਖ ਪ੍ਰਚਾਰ ਕਰਦਾ। ਲੋਕਾਂ ਦੇ ਮੂੰਹ ਵੇਖ ਕੇ ਪ੍ਰਚਾਰ ਨਹੀਂ ਕਰੀਦਾ, ਗੁਰੂ ਨੂੰ ਵੇਖੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੀਦਾ ਕਿਹਨੂੰ ਹੈ? ਗੁਰੂ ਨੂੰ। ਲੋਕਾਂ ਦੇ ਮੂੰਹ ਨਹੀਂ ਵੇਖੀਦੇ ਵੀ ਆਹ ਕਿਹੜਾ ਬੈਠਾ ਹੈ, ਆਹ ਅਮੀਰ ਹੈ, ਆਹ ਗਰੀਬ ਹੈ, ਆਹ ਕੌਣ ਹੈ, ਨਾ। ਗੁਰੂ ਵੱਲ ਵੇਖੀਦਾ, ਸੁਰਤ ਗੁਰੂ ਦੇ ਗਿਆਨ ਵਿੱਚ ਹੋਵੇ। ਮਹਾਰਾਜ ਕੀ ਕਹਿੰਦੇ ਨੇ, ਕੋਈ ਮੂੰਹ ਬਣਾਉਂਦਾ ਬਣਾਈ ਜਾਏ, ਉੱਠ ਕੇ ਜਾਂਦਾ ਜਾਈ ਜਾਏ, ਆਵੇ ਭਾਵੇਂ ਮੁੜ ਕੇ ਨਾ ਆਵੇ, ਕੋਈ ਲੋੜ ਨਹੀਂ, ਆਵੇ ਭਾਵੇਂ ਨਾ ਆਵੇ, ਪਰ ਵੇਖੋ ਗੁਰੂ ਵੱਲ ਤਾਂ ਮੇਰੇ ਮਨ ਨੂੰ ਸ਼ਾਂਤੀ ਮਿਲਣੀ ਹੈ ਜੀ। ਮੈਂ ਅੰਦਰ ਬੈਠਾ ਭਾਵੇਂ ਮਾਲਾ ਕਮਾਉਂਦੇ ਤੇ ਮਣਕੇ ਤੇ ਮਣਕਾ ਚੱਲਣ ਦਿਓ, ਘੁਮਾਈ ਜਾਵਾਂ ਜਿੰਨੇ ਮਰਜ਼ੀ, ਮੈਂ ਅੰਦਰ ਵੜ ਕੇ ਮੈਂ ਬੜਾ ਤਪ ਕਰ ਰਿਹਾ, ਕੋਈ ਲੇਖੇ ਨਹੀਂ ਲੱਗਣਾ, ਨਾ ਮੈਨੂੰ ਸ਼ਾਂਤੀ ਮਿਲਣੀ ਹੈ, ਨਾ ਮੈਨੂੰ ਟਿਕਾ ਮਿਲਣਾ ਹੈ। ਮੇਰਾ ਫਰਜ਼ ਹੈ, ਜਿਹੜੀ ਮੇਰੀ ਡਿਊਟੀ ਹੈ, ਉਹਨੂੰ ਸਹੀ ਸੱਚੇ ਬਣ ਕੇ, ਸੱਚ ਸਮਝ ਕੇ, ਅਪਣਾ ਕੇ ਮੈਂ ਡਿਊਟੀ ਕਰਾਂ, ਫਿਰ ਮੇਰੀ ਮਨ ਨੂੰ ਖੁਸ਼ੀ ਹੈ, ਭਾਵੇਂ ਮੈਂ ਸਮਾਧੀ ਲਾਵਾਂ ਤੇ ਭਾਵੇਂ ਤਾਂ ਵੀ ਆਨੰਦ ਹੈ। ਮਨ ਖਿੜਿਆ ਖਿੜਿਆ ਰਹੇਗਾ, ਧੋਖਾ ਤੇ ਨਹੀਂ ਕੀਤਾ ਕਿਸੇ ਨਾਲ, ਠੱਗੀ ਤੇ ਨਹੀਂ ਮਾਰੀ ਕਿਸੇ ਨਾਲ, ਕਿਸੇ ਨੂੰ ਗਲਤ ਰਾਹ ਤੇ ਨਹੀਂ ਦੱਸਿਆ, ਗਲਤ ਰਾਏ ਤੇ ਨਹੀਂ ਪਾਇਆ ਆਪਣੀ ਜ਼ਿੰਦਗੀ 'ਚ, ਤੇ ਜਿੰਦ ਵੀ ਸੌਖੀ ਨਿਕਲੇਗੀ, ਜਾਨ ਵੀ ਸੌਖੀ ਨਿਕਲੇਗੀ। ਇਹ ਸਾਰੇ ਆਪਾਂ ਲਾਗੂ ਕਰੋ, ਜਿੱਥੇ ਵੀ ਕਿਤੇ ਖੜਾ ਹੈ, ਜਿਸ ਫੀਲਡ ਵਿੱਚ ਹੈ, ਝੂਠ ਛੱਡ। ਕਈ ਵਾਰੀ ਹੁਣ ਅੱਜ ਕੱਲ੍ਹ ਆਮ ਕਈ ਬੰਦਿਆਂ ਨੂੰ ਸੁਣੀਦਾ,
ਉਹ ਝੂਠ ਦਾ ਬੋਲ ਬਾਲ ਹੈ ਜੀ, ਇੱਥੇ ਸੱਚ ਨੂੰ ਕਿਹੜਾ ਜਾਣਦਾ ਹੈ, ਸੱਚਿਆਂ ਨੂੰ ਕਿਹੜਾ ਪੁੱਛਦਾ ਇੱਥੇ। ਇੱਥੇ ਝੂਠੇ ਬੜੇ ਰਾਜੇ ਬਣੇ ਫਿਰਦੇ ਆ, ਉਹਨਾਂ ਦੀ ਚੜ੍ਹਾਈ ਹੀ ਬਹੁਤ ਹੈ ਝੂਠਿਆਂ ਦੀ। ਤੈਨੂੰ ਭੁਲੇਖਾ ਪੈ ਗਿਆ, ਬੇੜੀ ਭਰ ਕੇ ਹੀ ਡੁੱਬਦੀ ਹੈ, ਇਹ ਭਰ ਰਹੀ ਹੈ, ਭਰ ਰਹੀ ਹੈ। ਕਿਉਂ ਭਰਦੀ ਹੈ? ਡੁੱਬਣਾ ਜੂ ਹੈ, ਆਖੋ ਸਤਨਾਮ, ਡੁੱਬਣ ਲਈ ਭਰੇਗੀ ਤੇ ਸਹੀ, ਤੈਨੂੰ ਲੱਗੀ ਜਾਂਦਾ ਬੱਲੇ ਬੱਲੇ ਹੈ। ਪਰ ਬੇੜੀ ਡੁੱਬੇਗੀ ਭਰ ਕੇ, ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਸੱਚ ਦੀ ਜਿੱਤ ਹੁੰਦੀ ਹੈ, ਸੱਚ ਸ਼ਾਂਤੀ ਦਿੰਦਾ ਹੈ, ਉਹ ਸੱਚ ਨਾਲ ਟਿਕਾ ਬਣਦਾ ਹੈ। ਪੱਲੇ ਸੱਚ ਰੱਖ, ਬਸ ਸਮਝੌਤਾ ਨਾ ਕਰ, ਝੂਠ ਨਾ ਬੋਲ ਕਦੇ। ਜਿਸ ਫੀਲਡ ਵਿੱਚ ਵਿਚਰਨਾ ਹੈ ਤੁਸੀਂ, ਭਾਵੇਂ ਖੇਤੀਬਾੜੀ ਕਰਦੇ ਹੋ, ਦਿਹਾੜੀ ਦੱਪੇ ਕਰਦੇ ਹੋ, ਬੀਬੀਆਂ ਘਰ 'ਚ ਰੋਟੀ ਪਾਣੀ ਬਣਾਉਂਦੀਆਂ ਨੇ, ਜਿਹੜਾ ਵੀ ਤੁਹਾਡਾ ਫੀਲਡ ਹੈ, ਜਿੱਥੇ ਵੀ ਖੜਾ ਹੈ, ਬਸ ਪੜਦੇ ਝੂਠ ਝਾੜ ਛੱਡਦੇ ਆਪਣੀ ਜ਼ਿੰਦਗੀ, ਝੂਠ ਕੱਢਦੇ। ਨਿਆਣਿਆਂ ਨਾਲ ਝੂਠ ਨਾ ਬੋਲ, ਘਰ ਵਾਲੇ ਨਾਲ ਧੋਖਾ ਨਾ ਕਰੀ, ਘਰ ਵਾਲੀ ਘਰ ਵਾਲੇ ਨਾਲ ਧੋਖਾ ਨਾ ਕਰੇ, ਬਸ ਸੱਚੇ ਬਣ ਜਾਓ ਸੱਚੇ। ਸੱਚ ਦਾ ਦਰਸ਼ਨ ਸਾਡੀ ਜ਼ਿੰਦਗੀ 'ਚੋਂ ਜਦੋਂ ਹੋਇਆ, ਇੱਧਰ ਵੇਖਿਓ ਮੇਰਾ ਆਹ ਦੇਖੋ ਦਸਤਾਰ ਪੱਗ ਮੂੰਹ ਮੱਥਾ, ਇਹ ਸੱਚ ਦੇ ਦਰਸ਼ਨ ਨਹੀਂ। ਮੈਂ ਜਦੋਂ ਸੱਚ ਬੋਲਾਂਗਾ, ਫਿਰ ਮੇਰੇ 'ਚੋਂ ਜਦੋਂ ਸੱਚ ਦੇ ਦਰਸ਼ਨ ਤੁਹਾਡੇ 'ਚੋਂ ਜਦੋਂ ਮੈਨੂੰ ਸੱਚ ਨਜ਼ਰ ਆਏਗਾ, ਇੱਕ ਦੂਜੇ 'ਚੋਂ ਪਤਨੀ 'ਚੋਂ ਸੱਚ, ਪਤੀ 'ਚੋਂ ਸੱਚ, ਨਿਆਣਿਆਂ 'ਚੋਂ ਸੱਚ, ਸੱਚੇ ਬੰਦੇ ਨੂੰ ਵੇਖਣਾ ਰੱਬ ਵੇਖਣਾ ਹੀ ਹੁੰਦਾ ਹੈ। ਆਖੋ ਸਤਨਾਮ, ਸੱਚ ਦੇ ਦਰਸ਼ਨ, ਰੱਬ ਦੇ ਦਰਸ਼ਨ, ਸੱਚ ਨੂੰ ਵੇਖਣਾ ਪਰਮਾਤਮਾ ਦਾ ਵੇਖਣਾ ਹੀ ਹੋ ਜਾਂਦਾ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ, ਸਾਈਂ ਸਾਰਿਆਂ 'ਚ ਹੈ, ਪ੍ਰਗਟ ਕਿਸੇ ਕਿਸੇ ਨੇ ਕੀਤਾ ਭਾਈ, ਪ੍ਰਗਟ ਉਹਨੂੰ ਕੋਈ ਕੋਈ ਕਰਦਾ ਹੈ, ਹੈ ਸਾਰਿਆਂ 'ਚ ਹੀ ਹੈ। ਸਾਰੇ ਉਹ ਬਸ ਜਿਹੜਾ ਸੱਚਾ ਹੈ, ਬਸ ਰੱਬ ਹੀ ਹੈ, ਰੱਬ ਵਰਗਾ ਹੈ। ਹਾਂ, ਰੱਬ ਬਣ ਕੇ ਬਹਿੰਦਾ ਨਹੀਂ ਨਾ, ਜੇ ਹੁਣ ਮੈਂ ਰੱਬ ਬਣ ਕੇ ਬਹਿ ਗਿਆ ਫਿਰ ਤੇ ਪਖੰਡੀ ਹੋ ਗਿਆ। ਰੱਬ ਬਣ, ਰੱਬ ਪ੍ਰਗਟ ਹੋ ਜਾਂਦਾ, ਸੱਚ ਆਉਣਾ ਹੀ ਰੱਬ ਆਉਣਾ ਹੁੰਦਾ ਹੈ ਜ਼ਿੰਦਗੀ 'ਚ। ਸੱਚ ਦਾ ਆ ਜਾਣਾ ਰੱਬ ਆਉਣਾ, ਰੱਬ ਆ ਗਿਆ ਜ਼ਿੰਦਗੀ 'ਚ, ਸੱਚ ਮਿਲ ਗਿਆ। ਲੈ ਬੰਦਾ ਜਮਾਂ ਹੀ ਨਹੀਂ ਝੂਠ ਬੋਲਦਾ, ਸੱਚ ਮਿਲ ਗਿਆ, ਰੱਬ ਮਿਲ ਗਿਆ, ਸੱਚਾ ਬਣ ਗਿਆ, ਪ੍ਰਾਪਤੀ ਹੋ ਗਈ। ਇਹ ਹੈ ਨਾਮ, ਗਲਤੀਆਂ ਕੱਢ। ਤੇ ਜ਼ਿੰਦਗੀ 'ਚੋਂ ਜਦੋਂ ਆਪਾਂ ਗਲਤ ਕੰਮ ਛੱਡ ਦਿੱਤੇ ਤੇ ਸਟ੍ਰੈਸ ਤੇ ਹੁੰਦੀ ਹੋਈ ਪਾਪੀਆਂ ਨੂੰ ਹੈ। ਜਿਵੇਂ ਮੈਂ ਆਮ ਬੇਨਤੀ ਤੁਹਾਨੂੰ ਕਰਦਾ ਹੁੰਦਾ ਹੈ ਵੀ ਵੇਖੋ, ਓ ਜ਼ਿਮੀਂਦਾਰ, ਪਿੱਪਲ ਥੱਲੇ, ਬੋੜ ਥੱਲੇ, ਕਿੱਕਰ ਥੱਲੇ, ਡਲਿਆਂ 'ਤੇ ਪਿਆ, ਡਲਿਆਂ 'ਤੇ ਪਿਆ, ਪੰਜ ਚਾਰ ਘੰਟੇ ਉਹਨੇ ਕੰਮ ਕੀਤਾ, ਮੁੜਕਾ ਆਇਆ ਪਿਆ, ਸੌਂ ਗਿਆ, ਘਰ ਵਾਲੀ ਰੋਟੀ ਲੈ ਕੇ ਗਈ, ਘਰਾੜੇ ਮਾਰਦਾ ਹੈ, ਸੁੱਕੀ ਰੋਟੀ ਉੱਤੇ ਮਿਰਚ ਦਾ ਅਚਾਰ ਧਰ ਕੇ ਹੀ ਖਾਈ ਜਾਂਦਾ ਹੈ, ਐ ਪਿਆ, ਸੁੱਖ ਦੀ ਨੀਂਦਰ, ਕੋਈ ਸਟ੍ਰੈਸ ਨਹੀਂ। ਤੇ ਦੂਜੇ ਪਾਸੇ ਉਹ ਵੇਖੋ ਕੋਠੀ 'ਚ ਪਿਆ, ਬੈੱਡ, ਏਸੀ, ਕੂਲਰ, ਸੋਹਣੇ ਗਲੀਚੇ, ਸੋਹਣੇ ਗੱਦੇ, ਨੀਂਦ ਨਹੀਂ ਆਉਂਦੀ। ਕਿਉਂ? ਢੋਲ ਪਾਇਆ ਹੋਇਆ, 50 ਬੋਤਲਾਂ ਕੱਢਣੀਆਂ ਨੇ, ਚਿੰਤਾ ਪਈ ਹੈ ਵੀ ਕਿਤੇ ਫੜੇ ਹੀ ਨਾ ਜਾਈਏ। ਢੋਲ ਵਾਲੇ ਨੂੰ ਚਿੰਤਾ ਹੈ ਵੀ ਆ ਗਈ ਜਿਪਸੀ, ਆ ਗਈ ਪੁਲਿਸ ਵਾਲਿਆਂ ਦੀ ਗੱਡੀ, ਹੂਟਰ ਵੱਜ ਗਿਆ, ਉਹਨੂੰ ਨੀਂਦਰ ਨਹੀਂ ਆਉਂਦੀ।
ਹੁਣ ਜੇ ਮਾੜੇ ਕੰਮ ਛੱਡਤੇ ਆਪਾਂ ਹੋ ਗਏ ਸੱਚੇ, ਸਟ੍ਰੈਸ ਖਤਮ, ਬਿਮਾਰੀਆਂ ਖਤਮ, ਆਖੋ ਸਤਨਾਮ, ਰੋਗ ਖਤਮ, ਸਟ੍ਰੈਸ ਕੋਈ ਨਹੀਂ, ਟੈਨਸ਼ਨ ਕੋਈ ਨਹੀਂ, ਨਿਕਟ ਬੁੱਝਿਆ ਸੋ ਬੁਰਾ ਕਿਉਂ ਕਰੇ, ਨੇੜੇ ਵੇਖਦਾ ਹੈ ਗਲਤ ਕੰਮ ਕਰਦਾ ਹੀ ਨਹੀਂ ਕੋਈ, ਮਾੜਾ ਕੰਮ ਕੋਈ ਨਹੀਂ, ਆਨੰਦ ਚ ਰਹਿੰਦੇ ਆ, ਖੁਸ਼ ਰਹਿਣਾ ਹੈ। ਪਿੱਪਲ ਥੱਲੇ ਪਿਆ ਕੋਲੋਂ ਭਾਵੇਂ ਪੁਲਿਸ ਦੀ ਗੱਡੀ ਲੰਘਦੀ ਲੰਘ ਜੇ, ਮੈਨੂੰ ਕੀ ਕਹਿਣਗੇ, ਜਿਹਨੇ ਪੰਜ ਸੱਤ ਬੋਤਲਾਂ ਪਾਈਆਂ ਹੋਈਆਂ ਨੇ ਉਹਦਾ ਦਿਲ ਐਂ ਕਰਦਾ ਮਰ ਗਏ। ਤੇ ਤਾਂ ਕਰਕੇ ਫਿਰ ਨਾ ਵੇਖਿਆ ਕਰੋ, ਓਏ ਨਸ਼ੇ ਵਰਤਾਤ ਤੇ ਲੀਡਰਾਂ ਨੇ ਦੂਰੇ ਕੰਮ ਕਰਦੇ ਨੇ ਨਾ। ਹੁਣ ਇੱਕ ਕੁੱਤਾ ਹੈ ਨਾਲੇ ਦੰਦ ਕੱਢਦਾ ਵੀ ਵੱਢੂ ਤੈਨੂੰ, ਨਾਲੇ ਪੂਛ ਹਿਲਾਉਂਦਾ, ਦੋ ਹੀ ਚੀਜ਼ਾਂ ਨੇ। ਜੇ ਤੇ ਪੂਛ ਹਿਲਾਵੇ ਆਪਾਂ ਕਹਿੰਦੇ ਯਾਰ ਪਿਆਰ ਕਰਦਾ ਕੁੱਤਾ, ਜੇ ਐਂ ਪੂਛ ਹਿਲਾਵੇ ਆਪਾਂ ਕਹਿੰਦੇ ਪਿਆਰ ਕਰਦਾ ਆ ਜਾ। ਤੇ ਜੇ ਦੰਦ ਜੇ ਕੱਢੇ ਆਪਾਂ ਕਹਿੰਦੇ ਵੱਢੇਗਾ। ਦੋ ਹੀ ਗੱਲਾਂ ਨੇ, ਦੋ ਐਕਸ਼ਨ ਨੇ ਉਹਦੇ, ਬਾਡੀ ਐਕਸ਼ਨ ਨੇ ਉਹਦੇ ਦੋ। ਤੇ ਜੇ ਇਹ ਤੇ ਹੁਣ ਵੇਖੋ, ਜੇ ਦੰਦ ਜੇ ਕੱਢੇ ਵੀ ਵੱਢੇਗਾ, ਪੂਛ ਹਿਲਾਵੇ ਪਿਆਰ ਕਰੇਗਾ, ਤੇ ਜੇ ਦੋਵੇਂ ਕੰਮ ਇਕੱਠੇ ਹੀ ਕਰੇ ਫਿਰ ਵੀ ਦੰਦ ਵੀ ਕੱਢੇ ਪੂਛ ਵੀ ਹਿਲਾਵੇ, ਵੀ ਕਿਹਦੇ ਤੇ ਭਰੋਸਾ ਕਰੀਏ। ਇਹ ਹੱਥੇ ਠੇਕੇ ਖੁਲਾਏ ਵੀ ਇਹਨਾਂ ਨੇ ਹੀ ਨੇ, ਹਜ਼ਾਰਾਂ ਦੇ ਹਿਸਾਬ ਨਾਲ ਨੇ, ਨਾਲੇ ਕਿਤੇ ਨੇ ਨਸ਼ਾ ਮੁਕਤ ਕਰਨਾ। ਆਖੋ ਸਤਨਾਮ, ਲੈ ਦੰਦ ਜੇ ਵੀ ਕੱਢੀ ਜਾਂਦੇ ਨੇ, ਪੂਛਾਂ ਵੀ ਹਿਲਾਈ ਜਾਂਦੇ, ਦੋਵੇਂ ਕੰਮ ਕਰਦੇ ਨੇ ਨਾ। ਵੇਖੋ ਅੱਜ ਵਾਲੇ ਦੂਰੇ ਦੂਰੇ ਕੰਮ ਕਰਦੇ, ਦੋਵੇਂ ਕੰਮ ਕਰਕੇ ਤੇ ਨਹੀਂ ਨਾ ਸਰੇਗਾ। ਬਿਮਾਰੀ ਕੱਢਣੀ ਹੈ ਤੇ ਖਤਮ ਕਰੋ, ਤਾਂ ਗੱਲ ਬਣੇ ਨਾ। ਫਿਰ ਇਹ ਦੂਰੇ ਦੂਰੇ ਕੰਮ ਕਰਦੇ ਆ, ਇਸ ਕਰਕੇ ਜੇ ਤੁਹਾਨੂੰ ਲੱਗਦਾ ਉਹ ਜਾਂਦੀਆਂ ਓਏ 50 ਗੱਡੀਆਂ, ਓਏ ਲਾਲ ਬੱਤੀਆਂ, ਓਏ ਉਹ ਹੂਟਰ ਵੱਜਦੇ ਜਾਂਦੇ ਓਏ ਓਏ ਨਾ ਵੇਖ, ਸਟ੍ਰੈਸ ਵੇਖ। ਜੇ ਪੰਜ ਬੋਤਲਾਂ ਵਾਲਾ ਇੰਨਾ ਦੁਖੀ ਹੈ, ਇਹ ਜਿਹੜੇ ਅਰਬਾਂ ਰੁਪਈਆ ਕਮਾਈ ਜਾਂਦੇ ਨੇ ਨਸ਼ਿਆਂ ਨਾਲ, ਇਹਨਾਂ ਦਾ ਕੀ ਬਣਦਾ ਹੋਣਾ, ਇਹਨਾਂ ਨੂੰ ਨੀਂਦ ਨਹੀਂ ਆਉਂਦੀ। ਸਾਡੀ ਬੇਬੇ ਪੱਖਾ ਲਾ ਕੇ ਲੈ ਦਾਤੀ ਫਰਾ, ਭਾਵੇਂ ਲਾਈਟ ਆਵੇ ਨਾ ਆਵੇ, ਪੱਖੀ ਦੀ ਇੱਦਾਂ ਝੱਲ ਮਾਰਦੀ ਹੋਈ ਸੁੱਤੀ ਪਈ ਹੈ। ਇਹਨਾਂ ਦੀਆਂ ਘਰ ਵਾਲੀਆਂ ਤੜਫਦੀਆਂ ਨੇ, ਉਹਨਾਂ ਨੂੰ ਨੀਂਦ ਨਹੀਂ, ਇਹ ਆਪ ਨਹੀਂ ਸੌਂ ਸਕਦੇ। ਆਪਣੇ ਦਾਦੇ ਪੜਦਾਦੇ ਐਂ ਪਏ ਹੁੰਦੇ ਨੇ, ਮੱਛਰ ਵੱਢੀ ਜਾਂਦਾ ਤਾਂ ਵੀ ਘਰਾੜੇ ਚੱਲਦੇ ਆ, ਇਹ ਚਾਰ ਚਾਰ ਗੋਲੀਆਂ ਫੱਕਦੇ ਨੇ ਫਿਰ ਵੀ ਨੀਂਦ ਨਹੀਂ ਆਉਂਦੀ। ਇਹਨਾਂ ਨੂੰ ਬਿਮਾਰੀਆਂ ਹੀ ਇਹ ਨੇ। ਇਸ ਕਰਕੇ ਬਸ ਨੇੜੇ ਸਮਝ ਲੈ, ਹਾਜ਼ਰ ਵੀ ਸਦਾ ਹੀ ਉਹਦੀ ਹਜ਼ੂਰੀ ਚ ਰਹਿਣਾ। ਬਸ ਜਿਹੜਾ ਮਾਲਕ ਦੀ ਹਜ਼ੂਰੀ ਚ ਰਹਿੰਦਾ ਦਰਗਾਹ ਚ ਹੀ ਰਹਿੰਦਾ। ਆਖੋ ਸਤਨਾਮ, ਕਿੰਨੇ ਕਾ ਦਰਗਾਹ ਚ ਆਪਾਂ, ਉਹਦੀ ਹਜ਼ੂਰੀ ਚ ਰਹਿਣ ਵਾਲਾ ਦਰਗਾਹ ਚ ਹੀ ਹੈ। ਜਿੱਥੇ ਰੱਬ ਜੀ ਰਹਿੰਦੇ ਨੇ ਉੱਥੇ ਹੀ ਰੱਬ ਜੀ ਦੀ ਦਰਗਾਹ ਹੈ, ਤੇ ਸਾਡੇ ਮਾਲਕ ਜੀ ਰੱਬ ਜੀ ਹਰ ਜਗ੍ਹਾ ਹੀ ਰਹਿੰਦੇ ਨੇ, ਇਸ ਕਰਕੇ ਦਰਗਾਹ ਸਾਰੇ ਥਾਵਾਂ ਤੇ ਹੀ ਹੈ। ਜਿਹੜਾ ਹਜ਼ੂਰੀ ਚ ਰਹੇਗਾ ਗਲਤੀਆਂ ਛੱਡ ਦੇਗਾ, ਆਨੰਦ ਚ ਰਹੇਗਾ। ਬਾਕੀ ਤੇਰੀ ਮਰਜ਼ੀ ਹੈ, ਮਰਜ਼ੀ ਤੇਰੀ ਹੈ। ਹੁਣ ਉਹਨੂੰ ਸੱਜਣ ਬਣਾ ਲੈ, ਭਾਵੇਂ ਜਿਵੇਂ ਜਿਵੇਂ ਮਰਜ਼ੀ ਕਰ ਲੈ, ਹੁਣ ਤੇਰੇ ਤੇ ਗੱਲ ਮੁੱਕਦੀ ਹੈ, ਮੇਰੇ ਤੇ ਮੁੱਕਦੀ ਹੈ। ਆਪਾਂ ਆਪਣੇ ਆਪਣੇ ਬਾਰੇ ਸੋਚਣਾ ਹੈ, ਭਾਵੇਂ ਸਟ੍ਰੈਸ ਚ ਰਹਿ, ਸਟ੍ਰੈਸ ਹੀ ਨਰਕ ਹੈ। ਇਹ ਸਟ੍ਰੈਸ ਜਿਹੜੀ ਪਈ ਹੈ ਹੀ ਨਰਕ ਹੈ। ਜਿਹੜਾ ਸੱਚ ਨਾਲ ਜੁੜਿਆ ਸ਼ਾਂਤ ਹੈ, ਟਿਕਿਆ ਹੋਇਆ ਹੈ, ਆਨੰਦ ਚ ਹੈ। ਬਸ ਉਹਨੂੰ ਸੱਚਾ ਬਣ ਜਾ ਅੰਦਰੋਂ ਬਾਹਰੋਂ, ਭੇਦ ਨਾ ਜਾਣੋ ਮੂਲ ਸਾਈਂ ਇਹ ਆ।
ਉਹ ਸਾਈ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਸਾਈ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਸਾਈ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਸਾਈ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਸਾਈ ਵਰਗੇ ਨੇ ਸਾਈ ਵਰਗੇ ਨੇ ਭੇਦਨਾ ਭੇਦਨਾ ਓ ਸਾਈ ਭੇਦਨਾ ਜਾਣੋ ਭੇਦਨਾ ਜਾਣੋ ਭਾਈ ਸਾਈ ਵਰਗੇ ਨੇ ਭੇਦਨਾ ਜਾਣੋ ਭੇਦਨਾ ਜਾਣੋ ਸਾਈ ਵਰਗੇ ਨੇ ਭੇਦਨਾ ਜਾਣੋ ਭੇਦਨਾ ਜਾਣੋ ਪੜੋ ਸਾਰੇ ਗੁਰ ਕਿਰਪਾ ਜਿਹ ਨਰਕੋ ਕੀਤੀ ਗਿਆਨ ਨਾਲ ਹੋਣੀ ਆ ਮੇਰੇ ਅਕਲ ਆਵੇ ਸਮਝੀਏ ਮਹਾਰਾਜ ਕਹਿੰਦੇ ਕੀ ਆ ਗੁਰ ਕਿਰਪਾ ਜਿਹ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਇਹ ਤੇ ਗੁਰੂ ਸਾਹਿਬ ਮਿਹਰ ਕਰਨ ਤਾਂ ਗੱਲ ਬਣੇ ਹਾਂਜੀ ਹੁਣ ਧਿਆਨ ਰੱਖਿਓ ਫਿਰ ਪੜੋ ਪੰਗਤੀ ਜਾ ਕਾ ਮੀਤ ਸਾਜਨ ਹੈ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਬਈ ਉਹ ਕਹਿੰਦਾ ਚੜ੍ਹਦੀ ਕਲਾ ਜਦੋਂ ਮਰਜ਼ੀ ਪੁੱਛ ਲਓ ਕੀ ਹਾਲ ਹੈ ਜੀ ਤੁਹਾਡਾ ਚੜ੍ਹਦੀ ਕਲਾ ਜਦੋਂ ਮਰਜ਼ੀ ਪੁੱਛ ਲਓ ਆਨੰਦ ਚ ਹੀ ਆ ਜੀ ਬਸ ਖੁਸ਼ ਆ ਜੀ ਰੰਗ ਚ ਆ ਜੀ ਬਸ ਉਹ ਐਡਾ ਵੱਡਾ ਸੱਜਣ ਉਹ ਸਵਾਮੀ ਮਿੱਤਰ ਬਣ ਗਿਆ ਨਾ ਜਦੋਂ ਸਾਡਾ ਫਿਰ ਕਮੀ ਕੋਈ ਨਹੀਂ ਫਿਰ ਘਾਟਾ ਕੋਈ ਨਹੀਂ ਪੀਰ ਬੁੱਧੂ ਸ਼ਾਹ ਕਹਿੰਦਾ ਸੀ ਕਲਗੀਆਂ ਵਾਲਾ ਮੇਰਾ ਯਾਰ ਬਣ ਗਿਆ ਉਹ ਦੁਨੀਆਂ ਦੇ ਲੋਕੋ ਬਾਜਾਂ ਵਾਲਾ ਮੇਰਾ ਯਾਰ ਹੈ ਜਿਵੇਂ ਮੈਂ ਤੁਹਾਨੂੰ ਪਿਛਲੀ ਵਾਰੀ ਬਾਬਾ ਜਰਨੈਲ ਸਿੰਘ ਜੀ ਬਾਰੇ ਸੁਣਾਇਆ ਸੀ ਨਾ ਵੀ ਜਥੇਦਾਰ ਅਜਨੋਹਾ ਸੁਣਿਆ ਸੀ ਨਾ ਪਿਛਲੀ ਸ਼ਨੀਵਾਰ ਵੀ ਜਥੇਦਾਰ ਅਜਨੋਹਾ ਕਹਿੰਦਾ ਹੈ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ ਕਿ ਬਾਬਾ ਜੀ ਮੇਰੇ ਨਾਲ ਪਿੰਡ ਚੱਲੋ ਕਿਉਂ ਬਈ ਮੈਂ ਨਹੀਂ ਜਾਣਾ
ਬੜੇ ਹੋਰ ਜਿਵੇਂ ਨੇ ਨਹੀਂ ਜੀ ਆਓ ਸਿੰਘ ਸਾਹਿਬ ਜੀ ਕਿਉਂ ਮੈਨੂੰ ਲੈ ਕੇ ਜਾਣਾ ਦੱਸੋ ਉਹ ਕਹਿੰਦੇ ਮੈਂ ਵੀ ਲੋਕਾਂ ਨੂੰ ਦੱਸਣਾ ਵੀ ਜਰਨੈਲ ਸਿੰਘ ਮੇਰਾ ਯਾਰ ਹੈ ਯਾਰ ਹੈ ਮੇਰਾ ਮੈਂ ਦੱਸਣਾ ਹੈ ਤੇ ਤੁਸੀਂ ਸੁਣਿਆ ਹੀ ਸੀ ਚੇਤਾ ਹੋਏਗਾ ਜੇ ਮੈਂਬਰੀ ਹੈ ਮਾੜੀ ਮੋਟੀ ਦਿਮਾਗ 'ਚ ਹੋਏਗੀ ਗੱਲ ਵੀ ਕੀ ਕਿਹਾ ਸੀ ਪਿਛਲੀ ਵਾਰ ਬਾਬਾ ਜੀ ਗਏ ਪ੍ਰੋਗਰਾਮ ਹੋਇਆ ਭੋਗ ਪਿਆ ਅਰਦਾਸ ਹੋਣੀ ਹੈ ਤੇ ਜਥੇਦਾਰ ਜੀ ਨੇ ਬੇਨਤੀ ਪਤਾ ਕੀ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਸੱਚੇ ਪਾਤਸ਼ਾਹ ਮੇਰੇ ਵਰਗੇ ਬਥੇਰੇ ਨੇ ਬਾਬਾ ਜਰਨੈਲ ਸਿੰਘ ਦੀ ਕੌਮ ਨੂੰ ਬੜੀ ਲੋੜ ਹੈ ਮੇਰੀ ਰਹਿੰਦੀ ਉਮਰ ਇਹਨਾਂ ਨੂੰ ਹੀ ਲਾ ਦਿਓ ਹਾਂ ਇੰਨਾ ਪਿਆਰ ਕਰਨ ਵਾਲੇ ਵੇਖੋ ਤੇ ਬਾਬਾ ਜੀ ਨਾਰਾਜ਼ ਹੋ ਕੇ ਪ੍ਰਸ਼ਾਦ ਲੈ ਕੇ ਹੀ ਮੁੜ ਆਏ ਸੀ ਕਹਿੰਦੇ ਜਥੇਦਾਰ ਜੀ ਗਲਤ ਗੱਲ ਕੀਤੀ ਇਹ ਕਿਉਂ ਕਿਹਾ ਅਰਦਾਸ ਵਿੱਚ ਬਾਬਾ ਜੀ ਨਾਰਾਜ਼ ਹੋ ਗਏ ਵਾਪਸ ਆ ਗਏ ਤੇ ਜਥੇਦਾਰ ਕਹਿੰਦਾ ਮੈਂ ਸਵੇਰੇ ਆਵਾਂਗਾ ਤੁਸੀਂ ਜਾਓ ਰਾਤ ਨੂੰ ਹੀ ਸਰੀਰ ਛੱਡ ਗਏ ਹੁਣ ਇਹ ਮਾਲਕ ਦੀਆਂ ਮਾਲਕ ਜਾਣੇ ਵੀ ਕੀ ਰੰਗ ਬਣਿਆ ਪਰ ਉਸੇ ਰਾਤ ਸਰੀਰ ਛੱਡ ਗਏ ਦਿਨੇ ਅਰਦਾਸ ਕੀਤੀ ਰਾਤ ਨੂੰ ਸਰੀਰ ਛੱਡ ਗਏ ਇਹ ਕੀ ਖੇਡ ਹੈ ਇਹ ਤੇ ਮਾਲਕ ਜਾਣਦਾ ਹੈ ਵੀ ਉਹਨਾਂ ਰੰਗਿਆਂ ਦੀ ਜਾਂ ਕੀ ਉਹਨਾਂ ਦਾ ਹੁਣ ਆਪਣੀ ਉੱਥੋਂ ਤੱਕ ਪਹੁੰਚ ਨਹੀਂ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਗੱਲ ਹੈ ਨਾ ਹੁਣ ਨਾ ਉਹਦਾ ਐਡੇ ਵੱਡੇ ਦਾ ਹਿਸਾਬ ਕਿਤਾਬ ਆਉਂਦਾ ਭੇਤ ਆਉਂਦਾ ਤੇ ਨਾ ਉਹਦੇ ਪਿਆਰਿਆਂ ਦਾ ਪਤਾ ਲੱਗਦਾ ਹੈ ਨਾ ਉਹਦਾ ਹੀ ਪਤਾ ਲੱਗਦਾ ਹੈ ਤੇ ਨਾ ਉਹਦੇ ਪਿਆਰਿਆਂ ਦਾ ਪਤਾ ਲੱਗਦਾ ਵੀ ਇੱਕ ਤੋਂ ਇੱਕ ਏਦਾਂ ਦੀ ਬੰਦਗੀ ਏਦਾਂ ਦੀ ਕਮਾਈ ਵਾਲੇ ਏਦਾਂ ਦੇ ਜੀਵਨ ਵਾਲੇ ਅਗਾਧ ਬੋਧ ਮਹਿਮਾ ਜੇ ਰੱਬ ਦਾ ਹਿਸਾਬ ਕਿਤਾਬ ਨਹੀਂ ਨਾ ਲੱਗਦਾ ਜਿਹਦੀ ਜ਼ਿੰਦਗੀ 'ਚ ਸੱਚ ਪ੍ਰਗਟ ਹੋ ਜਾਏ ਮਾਫ਼ ਕਰਨਾ ਪਤਾ ਉਹਦਾ ਵੀ ਨਹੀਂ ਲੱਗਣਾ ਭੇਦ ਉਹਦਾ ਵੀ ਨਹੀਂ ਪਾ ਸਕਦੇ ਆਪਾਂ ਜਿੱਡਾ ਵੱਡਾ ਉਹ ਮਾਲਕ ਹੈ ਓਡੇ ਵੱਡੇ ਹੀ ਉਹ ਬਣ ਜਾਂਦੇ ਜੱਪਣ ਵਾਲੇ ਬੜੇ ਗਹਿਰ ਗੰਭੀਰ ਹੁੰਦੇ ਨੇ ਬੜੇ ਗਹਿਰੇ ਹੁੰਦੇ ਨੇ ਉਹ ਆਪਾਂ ਨਹੀਂ ਸਮਝ ਸਕਦੇ ਕਿੱਥੇ ਕੁ ਤੱਕ ਪਹੁੰਚ ਹੈ ਉਹਨਾਂ ਦੀ ਆਪਾਂ ਨਹੀਂ ਸਮਝ ਸਕਦੇ ਹੁਣ ਵੇਖੋ ਪੀਰ ਬੁੱਧੂ ਸ਼ਾਹ ਕਹਿੰਦਾ ਹੈ ਬਾਜਾਂ ਵਾਲਾ ਮੇਰਾ ਯਾਰ ਬਣ ਗਿਆ ਵੇਖਿਓ ਸਾਡੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਿੱਡੇ ਮਾਣ ਵਾਲੀ ਗੱਲ ਹੈ ਬਾਪੂ ਲੋਕੀ ਜਿਹਨੂੰ ਮਰਜ਼ੀ ਕਹੀ ਜਾਣ ਫੋਟੋਆਂ ਜਿਹਦੀਆਂ ਮਰਜ਼ੀ ਚੁੱਕੀ ਫਿਰਨ ਚਰਖਿਆਂ ਨੇ ਆਜ਼ਾਦ ਕਰਾ ਦਿੱਤਾ ਇੱਦਾਂ ਕਰਤਾ ਕਰਤਾ ਆ ਫੋਟੋਆਂ ਕਈ ਪੁੱਠੀਆਂ ਸਿੱਧੀਆਂ ਨੱਚਦਿਆਂ ਦੀਆਂ ਡਾਂਸ ਕਰਦਿਆਂ ਦੀਆਂ ਕਈ ਕੁਝ ਆਉਂਦੀਆਂ ਨੇ ਵੇਖਦੇ ਰਹੀ ਪਤਾ ਲੱਗਦਾ ਪਰ ਜਦੋਂ ਸਵਾਦ ਆ ਜਾਂਦਾ ਜਦੋਂ ਕਹਿੰਦੇ ਆ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਉਹ ਹੈ ਸਾਡਾ ਬਾਪੂ ਸਵਾਦ ਜਿਹਾ ਆ ਜਾਂਦਾ ਆਨੰਦ ਜਿਹਾ ਆ ਜਾਂਦਾ ਇੱਕ ਕਰੀ ਨਾ ਸਰੂਰ ਜਿਹਾ ਚੜ੍ਹਦਾ ਸਰੂਰ ਜਿਹਾ ਵੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਾਡੇ ਧਰਮ ਦੇ ਪਿਤਾ ਨੇ ਕੀ ਸਿਧਾਂਤ ਨੇ ਉਹਨਾਂ ਦੇ ਕਈ ਵਾਰੀ ਆ ਮੈਂ ਦੱਸਿਆ ਤੁਹਾਨੂੰ ਮੈਂ ਗਿਆ ਸੀ ਪਿੱਛੇ ਜਿਹਾ ਹੁਣ ਬਾਹਰ ਇਲਾਜ ਵਾਸਤੇ ਗਿਆ ਤੇ ਉੱਥੇ ਮੈਨੂੰ ਕਈ ਬੰਦੇ ਹੋਰ ਬੈਠੇ ਬੈਠੇ ਪੁੱਛ ਲਿਆ ਕਰਨ ਇਹ ਧਰਮ ਤੁਹਾਡਾ ਕੀ ਹੈ ਜੀ ਇਹ ਕਿਵੇਂ ਹੈ ਜੀ ਫਿਰ ਕਈ ਵਾਰੀ ਉਹਨਾਂ ਨਾਲ ਗੱਲਬਾਤ ਕਰਦਿਆਂ ਹੈਰਾਨ ਹੋ ਅੱਛਾ ਜੀ ਏਦਾਂ ਵੀ ਆ ਵੀ ਹੈ ਹੈਰਾਨ ਹੋ ਜਾਂਦੀ ਦੁਨੀਆ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿਧਾਂਤਾਂ ਦੀ ਗੱਲ ਕਰਦੇ ਆ ਕੱਲੀ ਫੋਟੋ ਲਾ ਕੇ ਨਹੀਂ ਸਰਦਾ ਪਰ ਵਿਖਾਓ ਵੀ ਉਹ ਕਿੱਦਾਂ ਦੇ ਸੀ
ਦੱਸੋ, ਮਾਫ ਕਰਨਾ ਜੀ, ਦੱਸੀਏ ਤੇ ਤਾਂ ਜੇ ਸਾਨੂੰ ਆਪ ਨੂੰ ਪਤਾ ਹੋਵੇ ਫਲਾਣਾ ਗਾਇਕ ਇਦਾਂ ਦਾ ਹੈ, ਫਲਾਣਾ ਐਕਟਰ ਇਦਾਂ ਦਾ ਹੈ, ਫਲਾਣੇ ਥਾਂ ਤੇ ਵਿਆਹਿਆ ਹੈ, ਇੰਨੇ ਉਹਦੇ ਬੱਚੇ ਆ, ਇਹਨਾਂ ਗੱਲਾਂ ਤੋਂ ਵੇਲ ਨਹੀਂ ਮਿਲਦੀ। ਉਧਰ ਤੇ ਧਿਆਨ ਹੀ ਨਹੀਂ ਗਿਆ ਤੇ ਵੇਖਿਓ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮੇਰੇ ਯਾਰ ਬਣ ਗਏ। ਪੀਰ ਬੁੱਧੂ ਸ਼ਾਹ ਕਹਿੰਦਾ ਲਖਨੌਰ ਸਾਹਿਬ, ਲਖਨੌਰ ਸਾਹਿਬ ਦੀ ਧਰਤੀ ਅੰਬਾਲੇ ਦੇ ਕੋਲ ਹੀ ਹੈ। ਤਿੰਨ ਚਾਰ ਵਾਰੀ ਮੈਂ ਹੁਣ ਪਿਛਲੇ ਸਮੇਂ ਵਿੱਚ ਗਿਆ, ਉੱਥੇ ਦਰਸ਼ਨ ਵੀ ਕੀਤੇ, ਗੁਰੂ ਗੋਬਿੰਦ ਸਿੰਘ ਦਾ ਉੱਥੇ ਆਸਣ ਵੀ, ਬੈੱਡ ਵੀ ਵੇਖਿਆ। ਉੱਥੋਂ ਦੇ ਪ੍ਰਬੰਧਕਾਂ ਨੇ ਚਾਦਰ ਚੁੱਕ ਕੇ ਵਿਖਾਇਆ, ਫੋਲਡਿੰਗ ਬੈੱਡ ਹੈ, ਫੋਲਡ ਹੋਣ ਵਾਲਾ। ਉਹਨਾਂ ਵੇਲਿਆਂ ਵਿੱਚ ਇਦਾਂ ਦਾ ਮਹਾਰਾਜ ਦਾ ਤਖਤ ਹੈ ਗੁਰੂ ਗੋਬਿੰਦ ਸਿੰਘ ਦਾ, ਜਿਹੜਾ ਫੋਲਡ ਹੋ ਕੇ ਬਿਲਕੁਲ ਇੱਡਾ ਛੋਟਾ ਜਿਹਾ ਬਣ ਜਾਂਦਾ, ਜਦੋਂ ਉਹਨੂੰ ਸਿੱਧਾ ਕਰ ਦਈਏ, ਖੋਲ ਦਈਏ, ਪੂਰਾ ਮੰਜਾ ਬਣ ਜਾਂਦਾ। ਭਾਵ ਜਿੱਥੇ ਜਾਂਦੇ ਸੀ ਛੋਟਾ ਜਿਹਾ ਬੈੱਡ ਨਾਲ ਹੀ, ਸਤਿਕਾਰ ਵਿੱਚ ਫਰਕ ਨਹੀਂ ਸੀ ਰੱਖਦੇ ਸੇਵਾਦਾਰ, ਵੀ ਜਿਹੋ ਜਿਹੇ ਮਰਜ਼ੀ ਸਮੇਂ ਵਿੱਚ ਹੋਈਏ ਮਹਾਰਾਜ ਦਾ ਆਸਣ ਵਧੀਆ ਲਾਉਣਾ ਆ। ਉੱਥੋਂ ਸਤਨਾਮ ਸ੍ਰੀ ਵਾਹਿਗੁਰੂ, ਵੀ ਆਸਣ ਵਧੀਆ ਲਾਉਣਾ ਆ ਆਪਾਂ ਗੁਰੂ ਸਾਹਿਬ ਦਾ। ਉਹ ਮੈਂ ਵੇਖਿਆ, ਬੜਾ ਖੁਸ਼ ਹੋਇਆ ਵੇਖ ਕੇ ਮਨ, ਵੀ ਉਹਨਾਂ ਵੇਲਿਆਂ 'ਚ ਵੀ ਕਮਾਲ ਕੀਤੀ ਪਈ ਸੀ ਕਾਰੀਗਰਾਂ ਨੇ, ਇਦਾਂ ਦੇ ਆਸਣ ਗੁਰੂ ਸਾਹਿਬ ਵਾਸਤੇ ਬਣਾਏ। ਪੀਰ ਬੁੱਧੂ ਸ਼ਾਹ ਨੇ ਦਰਸ਼ਨ ਕੀਤੇ, ਭੀਖਣ ਸ਼ਾਹ ਫਕੀਰ ਦੇ ਨਾਲ ਕਲਗੀ ਵਾਲੇ ਸੱਚੇ ਪਾਤਸ਼ਾਹ। ਜਦੋਂ ਲਖਨੌਰ ਸਾਹਿਬ ਮਹਾਰਾਜ ਆਏ, ਉਦੋਂ ਬਚਨ ਬਲਾਸ ਨਹੀਂ ਬਹੁਤੇ ਹੋਏ, ਏਦਾਂ ਹੀ ਵੇਖਿਆ ਮਹਾਰਾਜ ਨੂੰ, ਬਚਨ ਨਹੀਂ ਹੋਏ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਪਾਉਂਟਾ ਸਾਹਿਬ ਜਦੋਂ ਆਏ, ਪਾਉਂਟਾ ਸਾਹਿਬ ਉੱਥੇ ਫਿਰ ਕਲਗੀ ਵਾਲੇ ਸੱਚੇ ਪਾਤਸ਼ਾਹ ਨਾਲ ਨਾ ਮੁਲਾਕਾਤ ਹੋਈ। ਤੇ ਕੱਲਾ ਏਦਾਂ ਹੀ ਨਹੀਂ ਵੇਖਿਆ, ਮਹਾਰਾਜ ਨੂੰ ਸਵਾਲ ਕੀਤੇ, ਕੁਐਸਚਨ ਹੋਏ, ਬੇਨਤੀ ਕਰਕੇ ਪੁੱਛਿਆ ਖੁਦਾ ਕਿਵੇਂ ਮਿਲੇ, ਰੱਬ ਕਿਵੇਂ ਮਿਲਦਾ ਹੈ, ਕਿਹੜੀਆਂ ਅੱਖਾਂ ਨਾਲ ਦਿਸਦਾ ਹੈ, ਤਪ ਕਰਕੇ ਸਾਧਨਾ ਕਰਕੇ ਵੇਖ ਲਿਆ। ਮਹਾਰਾਜ ਕਹਿਣ ਲੱਗੇ ਸਾਧਨਾ ਤੇ ਹੰਕਾਰ ਦੀ ਖੁਰਾਕ ਬਣ ਜਾਂਦੀ ਹੈ, ਸਗੋਂ ਅੱਗੇ ਨਾਲੋਂ ਜ਼ਿਆਦਾ ਹੰਕਾਰ ਵੱਧ ਜਾਂਦਾ ਵੀ ਮੈਂ ਬੜਾ ਤਪ ਕਰ ਲਿਆ ਹੈ। ਖੁਦ ਹੀ ਮਿਟ ਜਾਵੇ ਤਾਂ ਖੁਦਾ ਹਰ ਪਾਸੇ ਨਜ਼ਰ ਆਏਗਾ, ਹੋਮੈ ਨੂੰ ਮਾਰ ਹੋਮੈ ਬੂਝੈ ਤਾਂ ਦਰ ਸੂਝੈ। ਚਲੋ ਬੜੀ ਡਿਸਕਸ਼ਨ ਹੋਈ, ਲੰਮੀ ਵਾਰਤਾਲਾਪ ਗੁਰੂ ਗੋਬਿੰਦ ਸਿੰਘ ਨਾਲ ਹੋਈ ਪੀਰ ਬੁੱਧੂ ਸ਼ਾਹ ਦੀ। ਲੋਕੀ ਮੈਨੂੰ ਮੱਥੇ ਟੇਕਦੇ ਆ, ਇਹਨੂੰ ਪੀਰ ਮੰਨਦੇ ਨੇ, ਇਹਦੇ ਮੁਰੀਦ ਨੇ, ਇਹਦੇ ਸੇਵਕ ਨੇ, ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੱਚ ਦਾ ਰਾਹ ਸੁਣਿਆ, ਥੋੜ੍ਹੀ ਜਿਹੀ ਮੁਲਾਕਾਤ ਨਾਲ ਰਾਹ ਪੱਧਰਾ ਜਿਹਾ ਹੋ ਗਿਆ। ਕਈ ਵਾਰੀ ਨਾ ਮਾੜੇ ਮਾੜੇ ਡਾਊਟ ਹੁੰਦੇ ਨੇ ਸਾਡੇ ਅੰਦਰ, ਡਾਊਟ ਜਿੰਨਾ ਚਿਰ ਕਲੀਅਰ ਨਾ ਹੋਵੇ ਉਹਨਾਂ ਚਿਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਡਾਊਟ ਕਲੀਅਰ ਹੋਣਾ ਬੜਾ ਲਾਜ਼ਮੀ ਹੁੰਦਾ ਹੈ। ਸ਼ੰਕਾ ਜਿੰਨਾ ਚਿਰ ਰਹੇ ਉਹਨਾਂ ਚਿਰ ਸ਼ਰਧਾ ਨਹੀਂ ਬਣਦੀ, ਪਿਆਰ ਨਹੀਂ ਬਣਦਾ। ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਇਸ਼ਾਰੇ ਕੀਤੇ, ਮੇਰੀ ਗੱਲ ਧਿਆਨ 'ਚ ਰੱਖਿਓ, ਗੁਰਬਾਣੀ 'ਚੋਂ ਅਸੀਂ ਇਸ਼ਾਰੇ ਲੈਣੇ ਨੇ।
ਫਿਰ ਅਸੀਂ ਕਿੰਨੇ ਕੁ ਮਚੋਰ ਹਾਂ, ਸਾਡਾ ਮਾਈਂਡ ਕਿੰਨਾ ਕੁ ਡਿਵੈਲਪ ਹੈ, ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਅਕਲ ਕਿੰਨੀ ਕੁ ਹੈ, ਉਸ ਹਿਸਾਬ ਨਾਲ ਬੁੱਝਾਂਗੇ। ਜਿਨ੍ਹਾਂ ਨੇ ਬੁਝਾਰਤ ਬੁੱਝ ਲਈ, ਜਿਨ ਬੂਝਿਆ ਤਿਨ ਆਇਆ ਸਵਾਦ, ਉਹਨਾਂ ਨੂੰ ਸਵਾਦ ਆਉਂਦਾ ਜ਼ਿੰਦਗੀ ਜਿਉਣ ਦਾ। ਮੇਰੀ ਗੱਲ ਫਿਰ ਸੁਣੋ, ਜਿਵੇਂ ਆਪਾਂ ਸੁਣਦੇ ਹਾਂ ਨਾ ਵੀ ਬੁਝਾਰਤ ਪਾ ਦਿੰਦਾ ਕੋਈ ਬੰਦਾ, ਬੁਝਾਰਤ ਆਪਾਂ ਸੁਣਿਆ ਨਾ ਵੀ ਬੁਝਾਰਤ ਪਾਓ, ਉਹ ਜਿਵੇਂ ਕਹਿੰਦੇ ਦੋ ਸਿਪਾਹੀ ਲੜਦੇ ਜਾਣ, ਅੱਗੇ ਕੀ ਕਹਿੰਦੇ ਨੇ, ਕਾਹਦੇ ਪੱਤੇ ਚੜਦੇ ਜਾਣ, ਨਿੰਮ ਦੇ ਪੱਤੇ, ਚਲੋ ਨਿੰਮ ਦੇ ਪੱਤੇ ਝੜਦੇ ਜਾਣ, ਐ ਬੁਝਾਰਤ ਪਾਉਂਦੇ ਆਪਾਂ ਸੁਣਿਆ। ਅੱਛਾ ਫਿਰ ਉਹ ਕੀ ਕਹਿਣਗੇ, ਬਈ ਮੈਨੂੰ ਪਤਾ ਨਹੀਂ ਲੱਗਦਾ ਕੋਈ ਮਾੜਾ ਜਿਹਾ ਨਾ ਹਿੰਟ ਦੇ ਵੀ ਨੇੜੇ ਲੱਗੇ ਗੱਲ ਵੀ ਕੀ ਹੈ। ਫਿਰ ਉਹ ਕਹਿਣਗੇ ਉਹ ਤੁਹਾਡੇ ਘਰ 'ਚ ਵਰਤਣ ਵਾਲੀ ਚੀਜ਼ ਹੈ। ਅੱਛਾ ਮੱਝਾਂ ਦੇ ਕੰਮ ਆਉਂਦੀ ਹੈ। ਫਿਰ ਆਪਾਂ ਹਿਸਾਬ ਜਿਹਾ ਲਾ ਕੇ ਜੇ ਦਿਮਾਗ ਕੰਮ ਕਰ ਗਿਆ ਆਪਾਂ ਕਹਿ ਦਾਂਗੇ ਟੋਕਾ, ਏਦਾਂ ਕਹਾਂਗੇ ਨਾ ਫਿਰ ਆਪਾਂ। ਬੁਝਾਰਤ ਬੁੱਝ ਗਏ, ਇਸ਼ਾਰੇ ਕਰਤੇ ਇਸ਼ਾਰੇ, ਇਹ ਬੁਝਾਰਤ ਬੁੱਝਣੀ ਤੈਨੂੰ ਪੈਣੀ ਹੈ, ਗੁਰੂ ਜੀ ਨੇ ਇਸ਼ਾਰੇ ਕਰਨੇ ਨੇ, ਆਖੋ ਸਤਨਾਮ ਵੀ ਬੁੱਝ। ਹੁਣ ਹੁਣ ਜੇ ਤੇ ਆਪਾਂ ਮਚੌਰ ਹੋਏ, ਜੇ ਥੋੜਾ ਜਿਹਾ ਤੇਜ਼ ਹੋਇਆ, ਜੇ ਥੋੜਾ ਜਿਹਾ ਲਗਨ ਹੈ ਅੰਦਰ, ਫਿਰ ਤੇ ਬੁੱਝ ਜਾਏਗਾ, ਬੁੱਝ ਜਾਏਗਾ। ਗੁਰਬਾਣੀ ਚ ਇਸ਼ਾਰੇ ਨੇ, ਇਸ਼ਾਰਾ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਐਸੇ ਕਈ ਹਿੰਟ ਦਿੱਤੇ ਪੀਰ ਬੁੱਧੂ ਸ਼ਾਹ ਨੂੰ। ਮੈਂ ਕਹਿੰਦਾ ਰਾਹ ਹੀ ਐਂ ਪੱਧਰਾ ਹੀ ਹੋ ਗਿਆ, ਅੱਗੇ ਉਲਝੀ ਪਈ ਸੀ ਤਾਣੀ, ਮੇਰੀ ਉਲਝੀ ਪਈ ਹੈ ਤਾਣੀ, ਤੇਰੀ ਲੋੜ ਦਾ ਤਿਆ, ਤੇਰੇ ਵਿਛੜਿਆ ਮਰ ਜਾਵਾਂ ਨਾ ਵਿਛੋੜ ਦਾ ਤਿਆ। ਤਾਣੀਆਂ ਉਲਝਾਈਆਂ ਪਤਾ ਕਿਵੇਂ ਨੇ, ਇਹ ਆਪਾਂ ਆਪਣੀਆਂ ਤਾਣੀਆਂ ਆਪ ਉਲਝਾਈਆਂ ਨੇ। ਭਲਾ ਕਿਵੇਂ, ਫਲਾਣਾ ਬਾਬਾ ਐਂ ਕਹਿੰਦਾ, ਫਲਾਣਾ ਫਲਾਣੇ ਕਿਤਾਬ ਚ ਐਂ ਲਿਖਿਆ, ਫਲਾਣਾ ਇਦਾਂ ਕਹਿੰਦਾ, ਚੰਗੀਆਂ ਭਲੀਆਂ ਤਾਣੀਆਂ ਉਲਝਾ ਲਈਆਂ ਕਈਆਂ ਨੇ। ਤੇ ਕਰੀਏ ਕੀ, ਗੁਰਬਾਣੀ ਪੜ੍ਹੋ, ਗੁਰਬਾਣੀ ਸਮਝੋ, ਫਿਰ ਤਾਣੀਆਂ ਸੁਲਝ ਜਾਣਗੀਆਂ ਆਪਣੇ ਆਪ। ਫਲਾਣਾ ਇਦਾਂ ਕਹਿੰਦਾ, ਫਲਾਣਾ ਇਦਾਂ ਕਹਿੰਦਾ, ਗੁਰਬਾਣੀ ਕੀ ਕਹਿੰਦੀ ਹੈ ਵੇਖੋ, ਸਾਡੇ ਸਤਿਗੁਰ ਕੀ ਕਹਿੰਦੇ ਨੇ ਇਹ ਵੇਖੋ। ਪੀਰ ਬੁੱਧੂ ਸ਼ਾਹ ਨੂੰ ਇਸ਼ਾਰੇ ਕਰਤੇ, ਐਸੇ ਇਸ਼ਾਰੇ ਮਹਾਰਾਜ ਨੇ, ਉਹ ਰਾਹ ਪੱਧਰਾ ਹੋ ਗਿਆ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਜ਼ਿੰਦਗੀ ਦਾ ਰਾਹ ਪੱਧਰਾ ਹੋ ਜਾਂਦਾ ਹੈ ਜਿਹੜਾ ਬੰਦਾ ਸਤਿਗੁਰ ਦੇ ਬਚਨ ਸੁਣਦਾ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਸਤਿਗੁਰ ਦੇ ਬਚਨ ਨਿਸਤਾਰਾ ਕਰਦੇ ਆ। ਪਰ ਜੇ ਧਿਆਨ ਲਾ ਕੇ ਸੁਣੀਏ, ਧਿਆਨ ਲਾ ਕੇ ਸਤਿਗੁਰ ਦੀ ਬਾਣੀ ਪੜ੍ਹੀਏ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜੋ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜੋ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜੋ, ਪੜੋ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜੋ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜੋ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਜੋ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ
ਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਮੈਂ ਜਾਗਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਮੈਂ ਜਾਗਾ ਸਤਿਗੁਰ ਬਚਨ ਬਚਨ ਹੈ ਸਤਿਗੁਰ ਬਾਣੀ ਗੁਰੂ ਗੁਰੂ ਹੈ ਬਾਣੀ ਮਹਾਰਾਜ ਕਹਿੰਦੇ ਆ ਸਤਿਗੁਰੂ ਕੀ ਹੈ ਬਚਨ ਗੁਰੂ ਕੀ ਸਤਿਗੁਰੂ ਦਾ ਬਚਨ ਸਤਿਗੁਰੂ ਹੁੰਦਾ ਹੈ ਜੋ ਸਤਿਗੁਰੂ ਕਹਿਣ ਬਚਨ ਕਰਨ ਉਹ ਸਤਿਗੁਰੂ ਹੈ ਗੁਰੂ ਦਾ ਗਿਆਨ ਤੇ ਜਦੋਂ ਆਪਣੀ ਜ਼ਿੰਦਗੀ ਵਿੱਚ ਲੈ ਆਵਾਂਗੇ ਫਿਰ ਸਿੱਖ ਪੈਦਾ ਹੋ ਗਿਆ ਮਾਤਾ ਪਿਤਾ ਦੇ ਸੰਯੋਗ ਤੋਂ ਸਰੀਰ ਪੈਦਾ ਹੋਇਆ ਹੈ ਸਿੱਖ ਤੇ ਗੁਰਬਾਣੀ ਤੋਂ ਪੈਦਾ ਹੁੰਦਾ ਹੈ ਆਖੋ ਸਤਨਾਮ ਸਿੱਖ ਮਾਂ ਪਿਓ ਨਹੀਂ ਜੰਮ ਸਕਦੇ ਸਿੱਖ ਨਹੀਂ ਜੰਮਣਾ ਮਾਂ ਪਿਓ ਨੇ ਤੇ ਬੱਚਾ ਜੰਮਿਆ ਸਿੱਖ ਗੁਰੂ ਗੁਰੂ ਦੀ ਬਾਣੀ ਤੋਂ ਪੈਦਾ ਹੁੰਦਾ ਹੈ ਤੇ ਜਿਵੇਂ ਪਿੱਛੇ ਜੇ ਕਹਿੰਦੇ ਸੀ ਨਾ ਵੀ ਚਾਰ ਚਾਰ ਬੱਚੇ ਹੋਣ ਭਾਈ ਸਿੱਖਾਂ ਦੀ ਪਾਪੂਲੇਸ਼ਨ ਵੱਧ ਜੇ ਘੱਟ ਗਈ ਜਨਸੰਖਿਆ ਜ਼ਰੂਰ ਘੱਟ ਗਈ ਇਹ ਸੱਚ ਹੈ ਸਿੱਖਾਂ ਦੀ ਜਨਸੰਖਿਆ ਕਿਵੇਂ ਘੱਟ ਗਈ ਹੁਣ ਵੇਖੋ 10 ਲੜਕੇ 10 ਲੜਕੀਆਂ ਵਿਆਹ ਹੋ ਗਿਆ ਟੋਟਲ 20 ਜੋੜੇ ਕਿੰਨੇ ਬਣੇ 10 10 ਲੜਕੀਆਂ 10 ਲੜਕੇ ਟੋਟਲ ਤੇ 20 ਸੀ ਜੋੜੇ ਬਣੇ 10 ਗਾਂ ਇੱਕ ਇੱਕ ਨਿਆਣਾ ਫਿਰ ਆਪਸ 'ਚ ਵਿਆਹ ਦਿਓ ਜੋੜੇ ਕਿੰਨੇ ਰਹਿ ਗਏ 5 5 ਰਹਿ ਗਏ ਜੋੜੇ ਫਿਰ ਇੱਕ ਇੱਕ ਨਿਆਣਾ ਵੀ ਜੇ ਇੱਕ ਜੋੜਾ ਤੇ ਗਾਂ 2 ਫਿਰ 2 ਦੇ ਗਾਂ 2 2 ਦੇ ਗਾਂ 2 ਫਿਰ ਤੇ ਇੰਨੀ ਹੀ ਰਹੇਗੀ ਪਾਪੂਲੇਸ਼ਨ ਵੀ ਜਿੰਨੇ ਕੋ ਹੈ ਨੇ ਉਹਨੇ ਗਾਂ 2 2 ਤੇ ਜੇ 2 ਗਾਂ 1 ਹੁਣ ਪਹਿਲਾਂ ਕੀ ਸੀ 2 ਗਾਂ 12 ਇਦਾਂ ਹੁੰਦੇ ਸੀ ਨਾ ਵੀ ਬੱਚੇ 2 ਹੀ ਅੱਛੇ 10 12 ਹੁੰਦੇ ਸੀ 2 ਕੱਛੇ ਨਿਕਲ ਆਉਂਦੇ ਸੀ 10 12 ਚੋਂ 2 ਕੱਛੇ ਬਾਕੀ ਚਲੋ ਇਦਾਂ ਹੀ ਸੀ ਕੰਮ ਹੁਣ ਜਿਵੇਂ ਹੁਣ ਆਪਾਂ ਕਹਿੰਦੇ ਨਾ ਵੀ ਹਮ 2 ਹਮਾਰੇ 2 ਪਹਿਲੇ ਸਮਿਆਂ 'ਚ 10-10 ਵੀ ਹੁੰਦੇ ਹੀ ਸੀ ਨਾ ਇਸ ਗੱਲ ਨੂੰ ਸਭ ਤੋਂ ਵੱਧ ਲਾਗੂ ਸਿੱਖਾਂ ਨੇ ਕੀਤਾ ਹਮ 2 ਹਮਾਰੇ 2 ਵਾਲੀ ਗੱਲ ਹੈ ਜਿਹੜੀ ਅੱਛਾ ਹੁਣ ਪਾਪੂਲੇਸ਼ਨ ਜਿਵੇਂ ਹੁਣ ਬਿਆਨ ਆਇਆ ਸਾਡੇ ਜਥੇਦਾਰ ਜੀ ਦਾ ਵੀ ਬੱਚੇ ਪੈਦਾ ਕਰੋ 4-4 ਹੋਣ ਸਾਡੀ ਗਿਣਤੀ ਵੱਧ ਜਾਏਗੀ ਨਹੀਂ ਸਿੱਖ ਪੈਦਾ ਕਿਵੇਂ ਹੋਣਗੇ ਇਹ ਵੇਖੋ ਸਿੱਖ ਨਹੀਂ ਜੰਮਦਾ ਉਹ ਤੇ ਬੱਚੇ ਜੰਮਣਗੇ ਅੱਗੇ ਹੁਣ 20 ਬੈਠੇ ਨੇ ਖੁੰਡਾਂ ਤੇ ਨਸ਼ਾ ਕਰੀ ਫਿਰ 50 ਬੈਠੇ ਹੋਣਗੇ ਆਖੋ ਸਤਨਾਮ ਸਿੱਖ ਕਿਵੇਂ ਵਧੇ ਸਿੱਖ ਕਿਵੇਂ ਵਧੇ ਇਹ ਗੱਲ ਕਰੋ ਜੇ ਤੇ ਸਿੱਖ ਵਧਾਉਣੇ ਆ ਅੱਛਾ ਜੀ ਉਦਾਂ ਹੀ ਪੈਦਾ ਕਰਨੇ ਨੇ ਫਿਰ ਤੇ ਬਥੇਰੇ ਪਹਿਲਾਂ ਹੀ ਹੈ ਨੇ ਸਿੱਖ ਕਿੱਥੋਂ ਪੈਦਾ ਹੁੰਦਾ ਹੈ ਇਹ ਸਿੱਖ 2 ਤੋਂ ਏਦਾਂ ਨਹੀਂ ਹੋਣਾ ਸਿੱਖ ਸਿੱਖੀ ਸਿੱਖਿਆ ਗੁਰ ਵਿਚਾਰ ਮਾਰ ਦੇ ਬਚਨਾਂ ਤੋਂ ਸਿੱਖ ਪੈਦਾ ਹੁੰਦਾ ਹੈ ਅੱਜ ਚਾਹੋ ਜਿੰਨੇ ਮਰਜ਼ੀ ਪੈਦਾ ਕਰ ਲਓ ਜਿਹਨੂੰ ਮਰਜ਼ੀ ਗੁਰਬਾਣੀ ਸਮਝਾ ਕੇ ਸਿੱਖ ਬਣਾ ਲਓ ਆਖੋ ਸਤਨਾਮ ਜਿਹਨੂੰ ਮਰਜ਼ੀ ਸਮਝਾ ਦਿਓ ਭਾਵੇਂ ਇਸਲਾਮ 'ਚ ਪੈਦਾ ਹੋਇਆ ਭਾਵੇਂ ਹਿੰਦੂਆਂ 'ਚ ਪੈਦਾ ਹੋਇਆ ਗੁਰਬਾਣੀ ਨੂੰ ਸਮਝ ਗਿਆ ਜਿਹੜਾ ਸਿੱਖ ਬਣ ਗਿਆ ਸਹੀ ਢੰਗ ਨਾਲ ਸਮਝ ਜਾਏਗਾ ਅਪਣਾ ਲਏਗਾ ਸਿੱਖ ਬਣ ਗਿਆ ਇਦਾਂ ਵਧਣੇ ਨੇ ਤੇ ਨਹੀਂ ਨਹੀਂ ਜੇ ਬਾਣੀ ਨੂੰ ਪੜ੍ਹਦਾ ਸਮਝਦਾ ਭਾਵੇਂ ਸਿੱਖਾਂ ਘਰ ਪੈਦਾ ਵੀ ਹੋ ਜਾਏ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਸੰਗਤ ਆਈ ਹੈ ਨਾਲ ਆਪਾਂ ਨਾਲ ਨਾਲ ਬੇਨਤੀ ਕਰਦੇ ਹਾਂ ਵੀ ਅੱਜ ਸਮਾਪਤੀ ਛੇਤੀ ਹੋ ਜਾਏਗੀ ਪੰਜ ਪਿਆਰੇ ਵੀ ਅੱਜ ਜਲਦੀ ਆ ਗਏ ਤੇ ਆਪਾਂ ਬਹੁਤਾ ਤੁਹਾਡਾ ਸਮਾਂ ਨਹੀਂ ਲੈਣਾ ਇਸ ਕਰਕੇ ਤੁਸੀਂ ਇਕਾਗਰਤਾ ਬਣਾ ਕੇ ਰੱਖਿਓ ਭਾਈ ਮਨ ਜੋੜ ਕੇ ਰੱਖਿਓ ਆਓ ਜੀ ਆਇਆਂ ਨੂੰ ਪੰਜ ਪਿਆਰਿਆਂ ਨੂੰ ਕਹੀਏ
ਜਿਹੜੇ ਜਿਹੜੇ ਗੁਰੂ ਵਾਲੇ ਬਣ ਕੇ ਆਏ, ਅੰਮ੍ਰਿਤਧਾਰੀ ਹੋ ਕੇ ਆਏ, ਜਿਵੇਂ ਆਪਾਂ ਅੱਗੇ ਪੰਜ ਪਿਆਰਿਆਂ ਦਾ ਸਤਿਕਾਰ ਕਰਦੇ ਹਾਂ, ਉਵੇਂ ਜਿਵੇਂ ਅੱਜ ਵੀ ਕਰੀਏ। ਕਿਤੇ ਮੇਰੀ ਵੀ ਨਵਾਈ ਬਾਜਾਂ ਵਾਲਿਆਂ, ਮਿਹਰ ਕਰਿਓ ਮਹਾਰਾਜ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਵੀਂ, ਮੇਰੀ ਵੀ ਨਵਾਈ ਬਾਜਾਂ ਵਾਲਿਆਂ, ਜਿਨ੍ਹਾਂ ਲਾਈ ਉਹਨਾਂ ਦੀ ਨਵੀਂ, ਉਹ ਮੇਰੀ ਵੀ ਨਵਾਈ ਬਾਜਾਂ ਵਾਲਿਆਂ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਵੀਂ, ਰਾਹ ਜਿਹੜਾ ਬਣਿਆ ਇਹਦੇ ਚ ਬਹਿ ਜਾਓ ਭਾਈ ਸਿੰਘੋ ਸਾਰੇ, ਕਿਤੇ ਮੇਰੀ ਵੀ ਨਭਾਈ ਨਭਾਈ ਸੱਚੇ ਪਾਤ, ਜਿਨ੍ਹਾਂ ਲਾਈ ਉਹਨਾਂ ਦੀ, ਮੇਰੀ ਵੀ ਨਭਾਈ ਬਾਜਾਂ ਵਾਲ, ਜਿਨ੍ਹਾਂ ਲਾਈ ਉਹਨਾਂ ਦੀ ਬੀਬੀ, ਕਿਤੇ ਮੇਰੀ ਵੀ ਨਭਾਈ ਬਾਜਾਂ ਵਾਲ, ਜਿਨ੍ਹਾਂ ਨੇ ਲਾਈ ਉਹਨਾਂ ਦੀ ਬੀਬੀ, ਬੋਲਿਆ ਕਿਤੇ ਮੇਰੀ ਵੀ ਨਭਾਈ ਬਾਜਾਂ ਵਾਲ, ਜਿਨ੍ਹਾਂ ਨੇ ਲਾਈ ਉਹਨਾਂ ਦੀ ਬੀਬੀ, ਕਿਤੇ ਮੇਰੀ ਵੀ ਨਭਾਈ ਬਾਜਾਂ ਵਾਲ, ਜਿਨ੍ਹਾਂ ਨੇ ਦੇਵ ਦੇ ਵਾਹਿਗੁਰੂ, ਦੇਵ ਦੇ ਵਾਹਿਗੁਰੂ, ਦੇਵ ਦੇ ਵਾਹਿਗੁਰੂ, ਦੇਵ ਦੇ
723 ਪ੍ਰਾਨੀ ਗੁਰੂ ਕੇ ਜਹਾਜ਼ੇ ਚ। ਵਾਹ, ਬਹੁਤ ਬਹੁਤ ਵਧਾਈਆਂ ਬਈ, ਬਹੁਤ ਵਧਾਈਆਂ। ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ। ਬੜਿਆ ਕਰੋ ਬੜੋ, ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ, ਇਹ ਜਿਹੜੇ 423 ਪ੍ਰਾਨੀ ਮਹਾਰਾਜ ਸਾਹਿਬ ਜੀ ਦੇ ਲੜ ਲੱਗ ਗਏ। ਅੰਮ੍ਰਿਤ ਛਕਣ ਦਾ ਮਤਲਬ ਪਤਾ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ
ਅੱਜ ਤੋਂ ਤੁਹਾਡਾ ਹਰ ਬਚਨ ਸਤ ਕਰਕੇ ਮੰਨਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਤਲਬ ਹੈ ਗੁਰੂ ਮੰਨਣਾ ਅੱਜ ਤੋਂ ਬਾਅਦ ਪੱਕਾ ਹੈ ਜੀ, ਵੀ ਤੁਹਾਡਾ ਬਚਨ ਸਤ ਕਰਕੇ ਮੰਨਾਂਗੇ। ਤੇ ਜੇ ਗੁਰਬਾਣੀ ਨੂੰ ਸਤ ਕਰਕੇ ਮੰਨਿਆ ਨਹੀਂ, ਜਿਹੋ ਜਿਹਾ ਅੰਮ੍ਰਿਤ ਛਕਿਆ ਜਿਹੋ ਜਿਹਾ, ਫਿਰ ਨਹੀਂ ਗੱਲ ਬਣਦੀ। ਜੇ ਅੰਮ੍ਰਿਤ ਛੱਕ ਕੇ ਤੇ ਹੋਰ ਵੀ ਤੁਰੇ ਫਿਰਨਾ, ਵੀ ਕਦੇ ਉੱਥੇ ਚਲੋ ਜੋ ਇੱਕ ਪਹਾੜਾਂ 'ਚ ਬਾਬਾ ਜੀ ਉੱਥੇ ਚੱਲੀਏ ਜੀ ਉੱਥੇ ਚੱਲੀਏ, ਕਿਰਪਾਨਾਂ ਵਾਲੇ ਵੀ ਤੁਰੇ ਫਿਰਦੇ ਨੇ। ਕੱਲ ਮੈਂ ਬੈਠਾ ਇੱਥੇ ਬਾਹਰ ਤੇ ਕੈਂਟਰ ਸੰਗਤ ਦਾ ਆਇਆ ਭਰਿਆ, ਕਿੱਥੋਂ ਆਏ ਹੋ ਭਾਈ? ਬਾਬਾ ਜੀ ਬਸ ਐਂ ਚੁੱਪ ਜੇ, ਕਿੱਥੋਂ ਆਏ ਹੋ? ਇੱਧਰ ਬਠਿੰਡੇ ਕਿ ਨਹੀਂ? ਹੁਣ ਬਠਿੰਡੇ ਤੋਂ ਆਏ ਹੋ? ਨਾ ਇੱਧਰੋਂ ਅੱਗੋਂ ਆਏ ਆ। ਕਿੱਥੋਂ? ਬਸ ਪਟਿਆਲੇ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਿਆ। ਅੱਛਾ, ਪਟਿਆਲੇ ਤੋਂ ਹੀ ਆਇਓ? ਨਹੀਂ ਅੱਗੇ ਗਏ ਤੇ ਕਿੱਥੇ? ਫਿਰ ਹੌਲੀ ਹੌਲੀ ਡੇਰਾ ਸਾਹਿਬ ਗਏ ਸੀ, ਹੌਲੀ ਹੌਲੀ ਘੁੰਮ ਘੁੰਮ ਗਏ ਤੇ ਕਿਰਪਾਨਾਂ ਸਾਰਿਆਂ ਦੇ ਪਾਈਆਂ ਹੋਈਆਂ, ਕਿਰਪਾਨਾਂ ਪਾਈਆਂ ਨੇ, ਸਿਰ ਮਾਰਦੇ ਸਿਰ ਘੁਮਾਉਂਦੇ, ਕੀ ਉੱਥੇ ਹੁੰਦਾ ਤੁਹਾਨੂੰ ਪਤਾ ਹੀ ਹੈ। ਸੋ ਆਪਾਂ ਕੀ ਲੈਣਾ ਕਿਤੇ ਜਾ ਕੇ? ਗੁਰੂ ਵਾਲੇ ਬਣ ਗਏ, ਅੰਮ੍ਰਿਤਧਾਰੀ ਹੋ ਗਏ। ਬਸ ਅੰਮ੍ਰਿਤ ਛਕਾਉਣ ਵੇਲੇ ਕਿਹਾ ਜਾਂਦਾ ਹੈ, ਰਾਮ ਰਾਈਆਂ ਨਾਲ ਨਹੀਂ ਵਰਤਣਾ, ਧੀਰ ਮੱਲੀਆਂ ਨਾਲ ਨਹੀਂ ਵਰਤਣਾ, ਸਾਡੀ ਕੋਈ ਸਾਂਝ ਨਹੀਂ। ਬਾਕੀ ਬੰਦਾ ਡਰਦਾ ਹੀ ਨਹੀਂ, ਜਦੋਂ ਪਿਆਰ ਅਕਾਲ ਪੁਰਖ ਨਾਲ ਸੁਰਤ ਚ ਜੁੜ ਜਾਏ ਨਾ, ਉਹਨਾਂ ਚਿਰ ਡਰ ਜਿਆ ਰਹਿੰਦਾ ਹੈ। ਜਦੋਂ ਮਨ ਜੁੜਿਆ ਹੋਵੇ ਫਿਰ ਕੋਈ ਡਰ ਨਹੀਂ। ਜਿਵੇਂ ਹੁਣ ਵੇਖੋ ਸਿੱਧੀ ਜੀ ਗੱਲ, ਜਦੋਂ ਪੂਰਾ ਚੱਲਦਾ ਹੈ ਤੇ ਕਈਆਂ ਦੇ ਹੱਡ ਗੋਡੇ ਦੁਖਦੇ ਆ। ਪੂਰਾ ਚੱਲਦਾ ਜਦੋਂ ਵੀ ਅੱਜ ਪੂਰਾ ਹੈ ਭਾਈ, ਵੀ ਸਰੀਰ ਟੁੱਟਦਾ ਜੇ ਹੈ, ਹੱਡ ਗੋਡੇ ਜੇ ਦੁਖੀ ਜਾਂਦੇ ਆ, ਕੀ ਹੈ ਵੀ ਅੱਜ ਪੂਰਾ ਚੱਲਦਾ ਬਈ। ਪੁਲਿਸ ਵਾਲੇ ਜਦੋਂ ਕੁੱਟਦੇ ਆ ਨਾ, ਕਹਿਣਗੇ ਜਦੋਂ ਪੂਰਾ ਚੱਲਿਆ ਕਰੂ ਤੈਨੂੰ ਸਾਡੀ ਯਾਦ ਆਊ। ਜਿਨ੍ਹਾਂ ਨੂੰ ਕੁੱਟ ਪੈਂਦੀ ਹੈ ਪੁਲਿਸ ਦੀ, ਉਹ ਕਹਿੰਦੇ ਆ ਕੁੱਟਣਗੇ। ਜਦੋਂ ਰਿਮਾਂਡ ਲੈਂਦੇ ਨੇ ਨਾ, ਜਦੋਂ ਟੋਰਚਰ ਕਰਦੇ ਆ, ਫਿਰ ਕਹਿਣਗੇ ਜਦੋਂ ਪੂਰਾ ਚੱਲੇਗਾ ਨਾ ਫਿਰ ਯਾਦ ਕਰੇਗਾ ਤੂੰ ਸਾਨੂੰ ਘੋਟਾ ਲਾਇਆ ਤੇਰੇ ਤੇ। ਸੱਚੀ ਗੱਲ ਹੈ, ਜਿਨ੍ਹਾਂ ਨੂੰ ਪੁਲਿਸ ਦੀ ਮਾਰ ਪਈ ਹੈ, ਕਈ ਤੇ ਚਲੋ ਜੀ ਪੰਥ ਵਾਸਤੇ ਗਏ ਆ, ਕਈਆਂ ਨੇ ਧਰਮ ਲਈ ਗਏ ਆ, ਮਾਰਾਂ ਖਾਧੀਆਂ, ਨਹੁੰ ਕਢਾਏ, ਮਾਰਾਂ ਖਾਧੀਆਂ, ਪਰ ਕਈਆਂ ਨੇ ਪਟੇ ਮੋਟਰਾਂ ਚੋਰੀਆਂ ਕੀਤੀਆਂ। ਇਦਾਂ ਦੇ ਵੀ ਹੈ ਨਾ ਬੜੇ, ਵੀ ਪਟੇ ਚੋਰੀ ਕੀਤੇ, ਮੋਟਰਾਂ ਚੋਰੀ ਕੀਤੀਆਂ, ਪਰਤੂਤ ਇਦਾਂ ਦੀ ਕੀਤੀ ਗਈ, ਗਏ ਜੇਲ੍ਹਾਂ ਚ ਬੜੇ ਇਦਾਂ ਦੇ। ਅੱਛਾ, ਉਹ ਹੁਣ ਜਦੋਂ ਵੀ ਕਿਤੇ ਸੱਟ ਕਿਸੇ ਦੇ ਵੱਜੀ ਹੈ, ਟੁੱਟ ਬਾਂਹ ਟੁੱਟੀ ਹੈ, ਲੱਤ ਟੁੱਟੀ ਹੈ, ਜਿੱਦਣ ਪੂਰਾ ਚੱਲਦਾ ਹੈ ਨਾ ਉਦਣ ਦਰਦ ਕਰਦਾ ਹੈ। ਅੱਛਾ ਹੁਣ ਵੇਖੋ, ਉਧਰੋਂ ਚੱਲੇ ਪੂਰਾ ਸਰੀਰ ਦਰਦ ਕਰਦਾ ਹੈ, ਉਦਣ ਹੀ ਤੇਰਾ ਵੀਜ਼ਾ ਲੱਗ ਜੇ, ਅਮਰੀਕਾ ਦਾ ਵੀਜ਼ਾ ਆ ਗਿਆ, ਕਿਧਰੇ ਹੀ ਜਾਂਦਾ ਪੂਰਾ ਪਰਾ। ਆਖੋ ਸਤਨਾਮ ਲੈ, ਉਦਣ ਤੇਰੀ ਬਰਾਤ ਹੋਵੇ, ਉਦਣ ਸਿਹਰਾ ਬੰਨ ਕੇ ਤੁਰਿਆ ਹੋਵੇ, ਉਦਣ ਨਹੀਂ ਪੂਰਾ ਲੱਗਦਾ। ਵੇਖੋ ਵੀ ਚਾਅ ਹੀ ਇੰਨਾ ਚੜਿਆ ਪਿਆ, ਪਤਾ ਹੀ ਨਹੀਂ। ਆਖੋ ਸਤਨਾਮ। ਆ ਜਿਹੜੀਆਂ ਨੇ ਨਾ ਦੁੱਖ ਸੁੱਖ ਜੇ ਕੁਛ ਨਹੀਂ ਲੱਗਦੇ, ਜਦੋਂ ਮਨ ਵਿਆਹ ਉਹਦੇ ਨਾਲ ਹੋ ਰਿਹਾ ਹੈ, ਹੋ ਗਿਆ ਹੈ, ਉਹ ਮਨ ਭਾਉਂਦਾ, ਉਹ ਜਿਹਦੇ ਨਾਲ ਪਿਆਰ ਹੈ ਉਹ ਮਾਲਕ ਤੁਹਾਨੂੰ ਫੀਲ ਹੁੰਦਾ ਹੈ, ਫਿਰ ਕਿਹੜੇ ਆ ਨਿੱਕੇ ਨਿੱਕੇ ਦੁੱਖ ਸੁੱਖ, ਫਿਰ ਨਹੀਂ ਬੰਦਾ ਮੰਨਦਾ। ਐਡੇ ਵੱਡੇ ਨਾਲ ਪਿਆਰ ਪਾ ਕੇ ਜਾ ਕਾ ਮੀਤ ਸਾਜਨ ਹੈ, ਉਹ ਸਾਡਾ ਮਿੱਤਰ ਬਣ ਜਾਏ ਜੇ, ਫਿਰ ਕਾਹਦਾ ਡਰ ਹੈ? ਇਹ ਡਰ ਕਿੰਨਾ ਚਿਰ ਨੇ, ਡਰ ਕਿੰਨਾ ਚਿਰ ਨੇ, ਜਿੰਨਾ ਚਿਰ ਉਹਦੇ ਨਾਲ ਨਹੀਂ ਜੁੜੇ। ਇਸ ਕਰਕੇ ਭਾਈ ਅੰਮ੍ਰਿਤ ਛਕ ਲਿਆ ਜਿਨ੍ਹਾਂ ਨੇ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਤੇ ਜਿਹੜੇ ਗੁਰੂ ਵਾਲੇ ਬਣੇ ਹੋ ਹੁਣ ਕਾਇਮ ਰਹੋ,
ਅੱਜ ਕੱਲ ਮੈਂਬਰੀ ਸਾਡੀ ਬੜੀ ਥੋੜੀ ਹੈ। ਪਹਿਲੇ ਸਮਿਆਂ 'ਚ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਹੁੰਦਾ ਵੀ ਇੱਕ ਦੀਵਾਨ ਸੁਣਦੇ ਸੀ ਆਪਾਂ, ਸਾਲ ਸਾਲ ਨਹੀਂ ਸੀ ਭੁੱਲਦਾ ਇੰਨੀ, ਕਿਉਂਕਿ ਸੁਣਨ ਲਈ ਹੋਰ ਕੁਝ ਨਹੀਂ ਸੀ ਹੁੰਦਾ। ਇੱਕ ਦੀਵਾਨ ਲੱਗਿਆ ਸੁਣਿਆ। ਸਾਡੀ ਆਪਣੀ ਮੇਰੀ ਵੇਖਣ ਦੀ ਗੱਲ ਹੈ ਕਿ ਜਦੋਂ ਅੱਜ ਤੋਂ ਸਮਝ ਲਓ 17-18 ਸਾਲ ਪਹਿਲਾਂ ਦੀਵਾਨ ਸੁਣਿਆ, ਭੁੱਲਿਆ ਨਹੀਂ। ਅੱਜ ਇੱਥੋਂ ਬਾਹਰ ਨਿਕਲਣ ਸਾਰੀ ਭੁੱਲ ਜਾਂਦਾ ਹੈ। ਫੇਸਬੁੱਕ ਵਟਸਐਪ ਤੇ ਕੀ ਆਇਆ ਹੈ, ਉਹ ਇਹੋ ਜਿਹੀਆਂ 10 ਵੀਡੀਓ ਵੇਖ ਕੇ ਦੀਵਾਨ ਦਾ ਚੇਤਾ ਹੀ ਭੁੱਲ ਜਾਂਦਾ। ਉਦੋਂ ਵੇਖਣ ਨੂੰ ਕੁਝ ਨਹੀਂ ਸੀ ਹੁੰਦਾ, ਨਾ ਟੀਵੀ ਸੀ, ਨਾ ਇੰਨੇ ਚੈਨਲ ਚੱਲਦੇ ਸੀ, ਨਾ ਇੰਟਰਨੈਟ ਸੀ, ਨਾ ਫੇਸਬੁੱਕ ਸੀ, ਨਾ ਯੂਟਿਊਬ ਸੀ, ਨਾ ਵਟਸਐਪ ਸੀ, ਕੁਛ ਨਹੀਂ ਸੀ। ਉਦੋਂ ਫਿਰ ਜਿੰਨਾ ਕੁ ਸੁਣਿਆ ਉਹ ਯਾਦ ਰਹਿੰਦਾ ਸੀ। ਹੁਣ ਬਹੁਤ ਔਖਾ ਯਾਦ ਰੱਖਣਾ, ਹੁਣ ਗੰਦ ਮੰਦ ਪਰੋਸਿਆ ਬਹੁਤ ਹੈ, ਬਹੁਤ ਕੁਝ ਪਿਆ, ਇਦਾਂ ਦਾ ਸੁਣ ਸੁਣ ਕੇ ਸਭ ਭੁੱਲ ਜਾਂਦਾ ਹੈ। ਕੋਈ ਕੋਈ ਹੈ ਜਿਹੜਾ ਆਖੇ ਸਹੀ ਸੁਣਨਾ ਹੈ, ਚੰਗਾ ਸੁਣਨਾ ਹੈ, ਚੰਗਾ ਵੇਖਣਾ ਹੈ, ਮਾੜਾ ਡਿਲੀਟ ਕਰ ਦੇ, ਛੱਡ ਪਰੇ ਛੱਡ ਦੇ, ਇਦਾਂ ਦੇ ਯਾਰ ਗਰੁੱਪ ਛੱਡ ਦੇ, ਇਦਾਂ ਦੇ ਜਿਹੜੇ ਗੰਦ ਭੇਜਦੇ ਨੇ ਆਖੋ ਸਤਨਾਮ ਛੱਡ ਦੇ, ਇਹ ਮਾੜਾ ਕੱਢ ਇਹਦੇ ਚੋਂ, ਇਹ ਫੋਨ 'ਚ ਨਹੀਂ ਭਰਿਆ ਹੋਇਆ, ਇਹ ਤੇਰੇ ਦਿਮਾਗ 'ਚ ਭਰਿਆ ਹੋਇਆ, ਇਹ ਫੋਨ 'ਚ ਨਹੀਂ ਹੈ, ਤੇਰੇ ਦਿਮਾਗ 'ਚ ਹੈ, ਕੱਢ ਇਹਨੂੰ ਸਭ ਨੂੰ, ਡਿਲੀਟ ਕਰ ਦੇ, ਛੱਡ, ਸਹੀ ਸਹੀ ਸੁਣ ਇੱਕ ਚੀਜ਼ ਜ਼ਿੰਦਗੀ। ਮੈਂ ਕੱਲ ਗੱਲ ਕਰਦਾ ਸੀ ਰਾਤ ਮਹਾਂਪੁਰਸ਼ਾਂ ਦੀ ਧਾਰਨਾ ਮੈਂ ਇੱਕ ਸੁਣੀ ਸਾਡੇ ਨੇੜੇ, ਮੈਂ ਪਹਿਲਾਂ ਵੀ ਇਹ ਦੱਸੀ ਹੈ ਗੱਲ, ਦੁਬਾਰਾ ਦੱਸਦਾ ਆ ਪਿੱਛੇ ਉਹਨਾਂ ਦੀ ਯਾਦ ਵੀ 14 ਜੂਨ ਨੂੰ ਉਹਨਾਂ ਨੂੰ ਸਰੀਰ ਛੱਡੇ ਨੂੰ 15 ਸਾਲ ਹੋ ਗਏ, 16ਵਾਂ ਸਟਾਰਟ ਹੋ ਗਿਆ ਤੇ ਸਾਡੇ ਉੱਥੇ ਨੇੜੇ ਦੀਵਾਨ ਹੁੰਦਾ ਸੀ, ਮੈਂ ਅੱਗੇ ਬੈਠਾ ਸੀ ਜਿਵੇਂ ਤੁਸੀਂ ਬੈਠੇ। ਬਈ ਮੈਨੂੰ ਕੋਈ ਗੱਲ ਸਮਝ ਨਹੀਂ ਸੀ ਆਉਂਦੀ ਉਦੋਂ, ਹੁਣ 12 ਸਾਲ ਦੀ ਉਮਰ ਵਿੱਚ ਗੁਰਮਤ ਦੀ ਸਮਝ ਨਹੀਂ ਆਉਂਦੀ, ਪਤਾ ਨਹੀਂ ਸੀ ਲੱਗਦਾ। ਇੱਥੇ ਤੇ ਬੱਚੇ ਬਹੁਤ ਸਿਆਣੇ ਨੇ, 6-6 ਸਾਲ ਦੇ ਮੇਰੀ ਗੱਲ ਸੁਣਦੇ ਵੀ, ਸਮਝਦੇ ਵੀ ਤੇ ਗਾਂਹ ਵੀ ਦੱਸ ਸਕਦੇ ਆ, ਕਰਦੇ ਆ। ਮੈਂ ਦੋਨ ਦਿਮਾਗ ਸੀ 12 ਸਾਲ ਦਾ, ਮੇਰੇ ਦਿਮਾਗ 'ਚ ਨਹੀਂ ਸੀ ਵੜਦੀ ਵੀ ਉਹ ਕੀ ਕਥਾ ਕਰਦੇ, ਮੈਨੂੰ ਨਹੀਂ ਸੀ ਪਤਾ ਲੱਗਦਾ। ਪਰ ਇੱਕ ਗੱਲ ਵੇਖੋ, ਉਹਨਾਂ ਨੇ ਧਾਰਨਾ ਫੜੀ ਅੱਧੀ ਅੱਧੀ ਧਾਰਨਾ, ਉਹ ਮੈਂ ਅੱਗੇ ਬੈਠਾ ਸੀ, ਅੱਧੀ ਅੱਧੀ ਧਾਰਨਾ ਨੇ ਐਸਾ ਮੇਰੇ ਮਨ 'ਤੇ ਅਸਰ ਪਾਇਆ, ਮੈਂ ਉਹਨਾਂ ਦੀ ਕੋਈ ਕੈਸਟ ਨਹੀਂ ਛੱਡੀ। ਮੈਨੂੰ ਸਾਰੇ ਪਿੰਡਾਂ 'ਚੋਂ ਵੀ, ਮੈਂ ਨੇੜੇ ਨੇੜੇ ਦੇ 4 ਪਿੰਡਾਂ 'ਚ ਵੀ ਘਰ ਪਤਾ ਵੀ ਉਹ ਵੀ ਜਾਂਦਾ ਉੱਥੇ, ਉਹ ਵੀ ਜਾਂਦਾ ਉਹਦੇ ਤੋਂ ਵੀ ਕੈਸਟ ਲਿਆਂਦੀ, ਉਹਦੇ ਤੋਂ ਵੀ ਲਿਆਂਦੀ, ਸਾਰੀਆਂ ਸੁਣਦਾ ਸੀ ਵੀ ਅੱਧੀ ਅੱਧੀ ਧਾਰਨਾ ਕਿੱਥੇ ਪੜਨਗੇ। ਪਰ ਜਦੋਂ ਉਹ ਕਿਤੇ ਮਿਲ ਜਾਂਦੀ ਸੀ ਆਹ ਆਹ ਲੈ, ਉਹ ਇੱਕ ਚੀਜ਼ ਹੀ ਸੀ, ਫਿਰ ਹਰੇਕ ਦੀਵਾਨ ਸੁਣਨ ਦੀ ਚਾਅ ਪੈਦਾ ਹੋ ਗਿਆ ਵੀ ਸੁਣਨਾ ਹੀ ਸੁਣਨਾ। ਉਹ ਅੱਧੀ ਅੱਧੀ ਧਾਰਨਾ ਨਹੀਂ, ਫਿਰ ਜਦੋਂ ਅੱਧੀ ਅੱਧੀ ਸੁਣਦੇ ਸੀ ਫਿਰ ਪੂਰੀ ਵੀ ਸਮਝਣ ਲੱਗਣ ਲੱਗ ਗਈ, ਫਿਰ ਉਹਨਾਂ ਦੀ ਗੱਲਾਂ ਵੀ ਸਮਝਣ ਲੱਗ ਆਉਣ ਲੱਗ ਗਈ। ਤੇ ਜਿਵੇਂ ਆ ਨਿਆਣਿਆਂ ਨੂੰ ਛੁੱਟੀਆਂ ਹੋਈਆਂ ਨੇ, ਮੈਂ ਛੁੱਟੀਆਂ ਕੱਟਣ ਗਿਆ ਸੀ ਉੱਥੇ, ਅੱਗੇ ਨਾਨਕੇ ਜਾਈਦਾ ਸੀ, ਉਦੋਂ ਮੈਂ ਕਿਹਾ ਮੈਂ ਤੇ ਉੱਥੇ ਹੀ ਜਾਣਾ ਹੈ, ਲੈ ਇਹੋ ਜਿਹੇ ਛੁੱਟੀਆਂ ਕੱਟਣ ਗਏ, ਮੁੜ ਕੇ ਆਇਆ ਹੀ ਨਹੀਂ ਘਰ। ਹੁਣ ਵੇਖੋ ਪਤਾ ਕੋਈ ਨਹੀਂ ਕਿਹੜੀ ਚੀਜ਼ ਨੇ ਬਦਲ ਦੇਣਾ ਹੈ, ਠੀਕ ਹੈ ਅੱਗੇ ਧਾਰਨਾ ਦੀ ਗੱਲ ਹੈ, ਫਿਰ ਉਹਨਾਂ ਦੇ ਬਚਨ ਸਮਝਦੇ ਹਾਂ, ਫਿਰ ਭਾਈ ਗੁਰਬਾਣੀ ਨਾਲ ਪਿਆਰ ਪੈ ਗਿਆ, ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ, ਸ਼ੁਰੂ ਤੇ ਉੱਥੋਂ ਹੀ ਹੋਇਆ,
ਪਿਆਰ ਤੇ ਉਹਨਾਂ ਕਰਕੇ ਹੁਣ ਵੇਖੋ ਪ੍ਰੋਫੈਸਰ ਬਣ ਜਾ ਬੜੇ ਨੇ ਤੁਹਾਡੇ ਚ ਪੜ੍ਹੇ ਲਿਖੇ ਬਹੁਤ ਆ ਐਮਏ ਕੀਤੀ ਹੈ ਕਈਆਂ ਨੇ ਡਬਲ ਐਮਏ ਟ੍ਰਿਪਲ ਐਮਏ ਪੀਐਚਡੀ ਕਰਨਾ ਹੈ ਵੀ ਪ੍ਰਾਇਮਰੀ ਵਾਲਾ ਜਿਹੜਾ ਤੇਰਾ ਟੀਚਰ ਹੈ 10 ਪੜ੍ਹਿਆ ਹੈ ਪ੍ਰਾਇਮਰੀ ਵਾਲਾ 10 ਹੀ ਪੜ੍ਹਿਆ ਹੈ ਜੇ ਤੈਨੂੰ ਮਿਲ ਪਵੇ ਤੂੰ ਐਮਏ ਕਰੀ ਫਿਰਦਾ ਹੈ ਤੇ ਫਿਰ ਕੀ ਕਹੇਗਾ ਲੈ ਯਾਰ ਇਹ 10ਵੀਂ ਪਾਸ ਮੈਂ ਐਮਏ ਪਾਸ ਨਹੀਂ ਤੂੰ ਭਾਵੇਂ ਐਮਏ ਵੀ ਪਾਸ ਕਰ ਜਾ ਡਬਲ ਐਮਏ ਕਰ ਜਾ ਪੀਐਚਡੀ ਕਰ ਲੈ ਪਰ ਜਿੱਦਣ ਪ੍ਰਾਇਮਰੀ ਵਾਲਾ ਮਾਸਟਰ ਮਿਲ ਪਿਆ ਨਾ ਉਦੋਂ ਉਹਦੇ ਗੋਡੀ ਹੱਥ ਲਾ ਕੇ ਝੁੱਕ ਕੇ ਉਹਨੂੰ ਮਿਲੇਗਾ ਕਿਉਂ ਇਹਨੇ ਮੈਨੂੰ ਕਦੇ ਪੜ੍ਹਾਇਆ ਹੈ ਪੜ੍ਹਾਇਆ ਭੁੱਲ ਨਹੀਂ ਸਕਦੇ ਜਿੱਥੋਂ ਸ਼ੁਰੂਆਤ ਹੋਵੇ ਜਦੋਂ ਸਾਨੂੰ ਚਾਚਾ ਜੇ ਜਿਉਣ ਦਾ ਉਸ ਵੇਲੇ ਸਾਨੂੰ ਉਹਨਾਂ ਦੀ ਲੋੜ ਸੀ ਅੱਜ ਵੀ ਲੋੜ ਹੈ ਅੱਜ ਜੇ ਅੱਜ ਵੀ ਹੁੰਦੇ ਤੇ ਮੈਂ ਸਮਝਦਾ ਵੀ ਮੈਨੂੰ ਜਿਹੜੀ ਗੱਲ ਨਹੀਂ ਮੇਰੇ ਸਮਝ ਚ ਪੈਂਦੀ ਮੈਂ ਉਹਨਾਂ ਨੂੰ ਪੁੱਛਦਾ ਉਹ ਮੈਨੂੰ ਜਵਾਬ ਦਿੰਦੇ ਮੈਨੂੰ ਉਹ ਸਮਝਾਉਂਦੇ ਮੇਰੇ ਉਸ ਲੈਵਲ ਦੀ ਗੱਲ ਕੋਈ ਨਹੀਂ ਕਰਦਾ ਉਹ ਕਰਦੇ ਉਹਨਾਂ ਨੂੰ ਪੁੱਛਦਾ ਵੀ ਆਹ ਦੱਸੋ ਮਹਾਰਾਜ ਆ ਕਿੱਦਾਂ ਹੈ ਤੇ ਸਮਝਾਉਂਦੇ ਜ਼ਰੂਰ ਸੋ ਮੇਰੇ ਕਹਿਣ ਨੂੰ ਸਮਝ ਲਓ ਗੱਲ ਮੈਂ ਕਹਿਣੀ ਕੀ ਚਾਹੁੰਦਾ ਵੀ ਉਹ ਇੱਕ ਅੱਧੀ ਅੱਧੀ ਧਾਰਨਾ ਆ ਜਿਵੇਂ ਆਪਾਂ ਹੁਣ ਪੜ੍ਹਦੇ ਸੀ ਨਾ ਉਹਨਾਂ ਨੇ ਧਾਰਨਾ ਪੜ੍ਹੀ ਬਾਬਾ ਫਰੀਦ ਸਾਹਿਬ ਦੀ ਸਾਖੀ ਸੁਣਾ ਰਹੇ ਸੀ ਤੇ ਉਦੋਂ ਉਹਨਾਂ ਨੇ ਧਾਰਨਾ ਪੜ੍ਹੀ ਤਨ ਸੁੱਕ ਕੇ ਹੱਡਾਂ ਦਾ ਹੋਇਆ ਪਿੰਜਰਾ ਅਜੇ ਵੀ ਨਾ ਰੱਬ ਬੌੜਿਆ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਇਹਦੀ ਵਿਆਖਿਆ ਕੀਤੀ ਤੇ ਜਦੋਂ ਇਦਾਂ ਉਹਨਾਂ ਨੇ ਧਾਰਨਾ ਪੜ੍ਹਦਿਆਂ ਪੜ੍ਹਦਿਆਂ ਨੇ ਨਾ ਅੰਤਰਾ ਲਾ ਕੇ ਜਿਵੇਂ ਆਪਾਂ ਅੰਤਰਾ ਲਾਉਂਦੇ ਹਾਂ ਨਾ ਅੱਧੀ ਅੱਧੀ ਧਾਰਨਾ ਛੱਡਤੀ ਉਹ ਸਾਜ਼ ਹੋਰ ਤਰ੍ਹਾਂ ਵੱਜਦੇ ਸੀ ਸਾਡੇ ਥੋੜ੍ਹਾ ਜਿਹਾ ਹੋਰ ਤਰ੍ਹਾਂ ਵਜਾਉਂਦੇ ਨੇ ਥੋੜ੍ਹਾ ਜਿਹਾ ਫਰਕ ਤੇ ਪੈ ਗਿਆ ਉਦਾਂ ਕਦੀ ਕਦੀ ਦਿਲ ਕਰਦਾ ਹੁੰਦਾ ਕੀਰਤਨ ਕਰਨ ਨੂੰ ਨਾ ਵੀ ਉਸ ਰਾੜਾ ਸਾਹਿਬ 'ਚ ਰਹਿਣ ਕਰਕੇ ਤੇ ਕਦੇ ਕਦੇ ਦਰਬਾਰ ਸਾਹਿਬ ਵਿੱਚ ਮੈਂ ਇੱਥੇ ਕੀਰਤਨ ਕਰਦਾ ਹੁੰਦਾ ਉਦੋਂ ਫਿਰ ਇੱਕ ਢੋਲਕ ਵੱਜਦੀ ਹੈ ਦੋ ਚਿਮਟੇ ਵੱਜਦੇ ਨੇ ਫਿਰ ਉਦੋਂ ਇੱਦਾਂ ਕਦੀ ਕਦੀ ਕਰੀਦਾ ਪਰ ਹੁਣ ਚਲੋ ਉਦੋਂ ਉਹਨਾਂ ਨੇ ਧਾਰਨਾ ਆ ਪੜ੍ਹੀ ਜਿਹਦੇ ਕਰਕੇ ਖਿੱਚ ਪਈ ਉਹ ਸਾਜ਼ ਬੜੇ ਸੋਹਣੇ ਲੱਗੇ ਜਦੋਂ ਚਿਮਟੇ ਉੱਪਰ ਥੱਲੇ ਜਾਣ ਉਹ ਚਿਮਟੇ ਜੇ ਸੋਹਣੇ ਲੱਗੇ ਬਸ ਲੈ ਉੱਥੋਂ ਹੀ ਅੱਗੇ ਨੂੰ ਤੁਰ ਪੈਂਦਾ ਤਾਂ ਕਰਕੇ ਵੀ ਬੱਚੇ ਜਿਹੜੇ ਆ ਨਿੱਕੇ ਨਿੱਕੇ ਨਿਆਣੇ ਕੋਈ ਪਤਾ ਨਹੀਂ ਇਹਨਾਂ ਨੂੰ ਕਿਹੜੀ ਗੱਲ ਚੰਗੀ ਲੱਗੇ ਅੱਜ ਕਾਰੇ ਲਾਉਣਾ ਨਾ ਮੈਂ ਹੁਣ ਮੈਨੂੰ ਕਈ ਵਾਰੀ ਮਨ ਚ ਆਉਂਦਾ ਵੀ ਹੁਣ ਛੱਡੋ ਬਹੁਤ ਸਾਲ ਹੋ ਗਏ ਪਰ ਫਿਰ ਮੈਂ ਸੋਚਦਾ ਵੀ ਨਾ ਇਹਦੇ ਨਾਲ ਸਪਿਰਿਟ ਬਣਦਾ ਨਿੱਕੇ ਨਿੱਕੇ ਨਿਆਣਿਆਂ ਨੂੰ ਨਾ ਖਿੱਚ ਪੈਂਦੀ ਹੈ ਟੀਵੀ ਅੱਗੇ ਬੈਠੇ ਹੀ ਰਹਿੰਦੇ ਨੇ ਗ੍ਰੀਸ ਦੇ ਵਿੱਚ ਇੱਕ ਬੱਚੀ ਸੀ ਛੋਟੀ ਜਿਹੀ ਉਹਨਾਂ ਨੇ ਇੱਕ ਕੈਸਟ ਦੇ ਵਿੱਚ 4 ਕੈਸਟਾਂ ਰਿਕਾਰਡ ਕਰਤੀਆਂ ਤੇ ਇੰਨੀ ਕਮਾਲ ਦੀ ਗੱਲ ਸੀ ਵੀ ਇੱਕ ਦੀਵਾਨ ਖਤਮ ਹੁੰਦਾ ਸੀ ਦੂਜਾ ਸਟਾਰਟ ਦੂਜੇ ਤੋਂ ਤੀਜਾ 8 ਘੰਟੇ ਡਿਊਟੀ ਜਾਂਦੇ ਸੀ ਬੱਚੀ ਨੂੰ ਸੋਫੇ ਤੇ ਇਦਾਂ ਬਾ ਦੇਣਾ ਕੋਲ ਰੱਖ ਦੇਣੀ ਪਾਣੀ ਭਰ ਦੇਣਾ ਦੁੱਧ ਧਰ ਦੇਣਾ ਇਦਾਂ ਉਹ ਵੇਖੀ ਜਾਂਦੀ ਸੀ ਇੱਕ ਕੈਸਟ ਖਤਮ ਹੁੰਦੀ ਸੀ ਦੂਜੀ ਦੂਜੀ ਤੋਂ ਤੀਜੀ ਆ ਕੇ ਵੇਖਦੇ ਸੀ ਉੱਥੇ ਹੀ ਬੈਠੀ ਹੁੰਦੀ ਸੀ 2-2.5 ਸਾਲ ਦੀ ਬੱਚੀ ਉਵੇਂ ਹੀ ਬੈਠੀ ਰਹਿੰਦੀ ਸੀ ਕਈ ਤੁਹਾਡੇ ਨਿਆਣੇ ਇਦਾਂ ਦੇ ਮੈਨੂੰ ਪਤਾ ਮਿਲਦੇ ਆ ਅੱਜ ਮੈਂ ਇੱਥੇ ਮਿਲਦਾ ਸੀ ਮੈਨੂੰ ਘੱਟ ਤੋਂ ਘੱਟ 10 ਬੱਚੇ ਇਦਾਂ ਦੇ ਮਾਪਿਆਂ ਨੇ ਮਿਲਾਏ ਆ ਬਾਬਾ ਜੀ ਇਹਨੂੰ ਮਿਲਿਓ ਮਾੜਾ ਜਿਹਾ ਬਾਹਲਾ ਹੀ ਕਹਿੰਦਾ ਵੀ ਮੈਂ ਉੱਥੇ ਜਾਣਾ ਮੈਂ ਵੇਖ ਕੇ ਆਉਣਾ ਹੈ ਤੇ ਉਹਨਾਂ ਨੂੰ ਦੱਸੋ ਕੀ ਸਮਝ ਆਉਂਦੀ ਹੈ ਉਹਨਾਂ ਨੂੰ ਆ ਚਿਮਟੇ ਹੀ ਚੰਗੇ ਲੱਗੀ ਜਾਂਦੇ ਆ ਆਖੋ ਸਤਨਾਮ ਭਾਵੇਂ ਲੋਕੀ ਚਿਮਟਿਆਂ ਤੇ ਤਵੇ ਬੜੇ ਲਾਉਂਦੇ ਅੱਜ ਕੱਲ੍ਹ ਕਥਾਵਾਚਕ ਤਵੇ ਲਾਉਣਗੇ ਅੱਜ ਕੱਲ੍ਹ ਚਿਮਟੇ ਵਜਾਉਣਗੇ ਢੋਲਕੀਆਂ ਵਜਾਉਣਗੇ ਕਦੇ ਕੋਈ ਢਾਡੀ ਤਵਾ ਲਾਏਗਾ ਕੋਈ ਰਾਗੀ ਤਵਾ ਲਾਉਂਦਾ ਸਭ ਰਾਗੀ ਢਾਡੀ ਸਾਰਿਆਂ ਦੀ ਗੱਲ ਨਹੀਂ ਭਾਈ ਸਾਰੇ ਚੰਗੇ ਸਾਰਿਆਂ ਨਹੀਂ ਇੱਦਾਂ ਹੁੰਦੇ ਪਰ ਬਹੁਤੇ ਅੱਜ ਕੱਲ੍ਹ ਇਸ ਗੱਲ ਨੂੰ ਬਹੁਤ ਕਹਿਣਗੇ
ਵੀ ਚਿਮਟਾ ਡਿਪਾਰਟਮੈਂਟ ਇਦਾਂ ਬੋਲਣਗੇ, ਚਿਮਟਿਆਂ ਵਾਲੇ ਇਦਾਂ ਕਰਦੇ। ਪਰ ਕਈ ਗੱਲਾਂ ਆ ਨਿਆਣਿਆਂ ਨੂੰ ਉਹੀ ਸੋਹਣੇ ਲੱਗੀ ਜਾਂਦੇ ਆ, ਉਹੀ ਪਿਆਰੇ ਲੱਗਦੇ ਆ। ਇਸ ਕਰਕੇ ਇਦਾਂ ਹੀ ਅੱਗੇ ਅੱਗੇ ਲਗਨ ਲੱਗਦੀ ਹੈ। ਜਦੋਂ ਗਹਿਰਾਈ ਤੱਕ ਜਾਣਗੇ, 18-20 ਸਾਲਾਂ ਦੇ ਹੋਣਗੇ, ਫਿਰ ਆਪੇ ਰਸ ਆਉਣ ਲੱਗ ਜਾਏਗਾ, ਫਿਰ ਗੱਲ ਸਮਝਣ ਵੀ ਲੱਗ ਜਾਣਗੇ। ਇਸ ਕਰਕੇ ਸਾਰਿਆਂ ਨੂੰ ਟ੍ਰੀਟਮੈਂਟ ਦੇਣਾ ਹੈ, ਸਾਰਿਆਂ ਦਾ ਇਲਾਜ ਹੋਣਾ ਹੈ, ਬੱਚੇ ਨੂੰ ਬੱਚੇ ਦਾ ਰਸ ਆਉਣਾ ਚਾਹੀਦਾ ਹੈ। ਗਿਆਨੀ ਫਿਰ ਗਿਆਨ ਲੈ ਲਵੇ, ਆਖੋ ਸਤਨਾਮ ਸ੍ਰੀ ਵਾਹ। ਵੀ ਭਾਵੇਂ ਪਹਿਲੀ ਵਾਲਾ ਪੜ੍ਹੇ ਭਾਵੇਂ ਐਮਏ ਵਾਲਾ ਪੜ੍ਹੇ, ਦੋਵੇਂ ਪੜ੍ਹੋ। ਹੁਣ ਐਮਏ ਦੀ ਗੱਲ ਕਰੋ, ਨਿਆਣੇ ਨੂੰ ਸਮਝ ਨਹੀਂ ਆਉਣੀ। ਜੇ ਨਿਆਣੇ ਦੀ ਗੱਲ ਕਰਾਂਗੇ ਫਿਰ ਵੱਡਾ ਕਹੇਗਾ ਯਾਰ ਗੁਰਬਾਣੀ ਦੀ ਗੱਲ ਹੀ ਕੋਈ ਨਹੀਂ। ਦੋਵੇਂ ਭਾਵ ਇਹ ਗੁਰੂ ਦਾ ਸਕੂਲ ਹੈ, ਇੱਥੇ ਸਾਰੇ ਇੱਕੋ ਸਮੇਂ ਸਾਰੇ ਤਰ੍ਹਾਂ ਦੇ ਵਿਦਿਆਰਥੀ ਬੈਠੇ ਹੁੰਦੇ ਆ, ਆਪਾਂ ਸਾਰੇ ਵਿਦਿਆਰਥੀ ਹੀ ਹਾਂ। ਤੇ ਸਾਰੇ ਤਰ੍ਹਾਂ ਦੀ ਸਮਝ ਆਵੇ, ਸਮਝਦਾਰ ਆਪਣੇ ਆਪਣੇ ਮਤਲਬ ਦੀ ਗੱਲ ਲਵੇ, ਬੱਚਾ ਉਹ ਆਪਣਾ ਰਸ ਲਈ ਜਾਏ, ਫਿਰ ਤੂੰ ਉਸ ਵੇਲੇ ਤਿਉੜੀ ਜੀ ਨਾ ਪਾਇਆ ਕਰ ਵੀ ਯਾਰ ਫਿਰ ਧਾਰਨਾ ਪੜ੍ਹਤੀ, ਇਹ ਹੁਣ ਦੂਜੇ ਦਾ ਇਲਾਜ ਚੱਲ ਰਿਹਾ। ਆਖੋ ਸਤਨਾਮ ਸ੍ਰੀ ਵਾਹ। ਇਹ ਹੁਣ ਬੱਚੇ ਵਾਸਤੇ ਹੈ, ਇਹ ਨਿਆਣਿਆਂ ਲਈ ਹੈ, ਉਹ ਸਮਝਣਗੇ। ਹੁਣ ਤੂੰ ਔਖਾ ਜਿਹਾ ਨਾ ਹੋ, ਜਦੋਂ ਤੇਰੇ ਵਾਲੀ ਗੱਲ ਆਏਗੀ ਫਿਰ ਉਹ ਬੱਚਾ ਵਿਆਸੀਆਂ ਲਈ ਜਾਂਦਾ ਵੀ ਉਹ ਹੁਣ ਉਹਨੂੰ ਸਮਝ ਨਹੀਂ ਪੈਂਦੀ। ਫਿਰ ਇਹ ਸਾਰਿਆਂ ਵਾਸਤੇ ਹੈ। ਇਸ ਕਰਕੇ ਕਈ ਵਾਰੀ ਗੱਲ ਚੱਲਦੀ ਚੱਲਦੀ ਅੱਗੇ ਚੱਲ ਪੈਂਦੀ ਹੈ, ਇੱਥੋਂ ਹੀ ਸ਼ੁਰੂਆਤ ਹੁੰਦੀ, ਬੰਦਾ ਗਾਂਹ ਨੂੰ ਤੁਰ ਪੈਂਦਾ, ਕੋਈ ਪਤਾ ਨਹੀਂ ਕਿਹੜੀ ਧਾਰਨਾ ਜੀ ਨਾਲ ਹੀ ਮਨ ਜਾ ਜੁੜ ਜਾਏ, ਇੱਦਾਂ ਹੀ ਚੱਲ ਪੈਂਦਾ ਅੱਗੇ ਅੱਗੇ, ਪਿਆਰ ਪੈ ਜਾਂਦਾ ਹੈ, ਇੱਦਾਂ ਹੀ ਸਟਾਰਟ ਹੁੰਦਾ ਹੈ। ਵੇਖੋ ਨਾ ਜੀ, ਮੈਂ ਮੇਰੀ ਮਾਂ ਨੂੰ ਸਿੱਖੀ ਸਮਝ ਆਈ ਹੈ, ਰੁਮਾਲਾ ਚੜਾਉਣਾ, ਰੁਮਾਲਾ ਚੜਾਉਣਾ। ਬੜੇ ਵੀਰੋ ਤੁਸੀਂ ਨੌਜਵਾਨ ਹੋ, ਇੱਦਾਂ ਨਹੀਂ, ਆਪਣੀਆਂ ਮਾਵਾਂ ਨੂੰ ਕਿੰਨੀ ਕੁ ਸਿੱਖੀ ਸਮਝ ਆਈ ਹੈ ਵੀ ਪੁੱਤ ਰੁਮਾਲਾ ਚੜਾ ਦੋ, ਇੱਦਾਂ ਹੀ ਸਮਝ ਆਈ ਹੈ। ਚਲੋ ਸਤਿਗੁਰਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਥੋੜ੍ਹੀ ਜਿਹੀ ਅੱਗੇ ਵਧੇ ਹਾਂ ਵੀ ਰੁਮਾਲਾ ਚੜਾਉਣੇ ਵੀ ਆ ਅਤੇ ਰੁਮਾਲਾ ਇੱਦਾਂ ਚੁੱਕ ਕੇ ਵੇਖਦੇ ਵੀ ਆ। ਅਤੇ ਜੇ ਹੁਣ ਮੈਂ ਕਹਾਂ ਵੀ ਮੇਰੀ ਮਾਂ ਵੀ ਰੁਮਾਲਾ ਚੁੱਕ ਕੇ ਵੇਖੇ, ਉਹ ਆਖੇਗੀ ਮੈਂ ਤਾਂ ਅਨਪੜ੍ਹਾਂ, ਮੈਨੂੰ ਤਾਂ ਪੁੱਤ ਰੁਮਾਲਾ ਚੜਾਉਣਾ ਹੀ ਆਉਂਦਾ। ਇੰਨਾ ਹੀ ਕਰ ਸਕਦੀਆਂ ਵੀ ਰੁਮਾਲਾ ਚੜਾ ਦਿਆਂ, ਲੈ ਰੁਮਾਲਾ ਚੜਾ ਦਿੰਦੇ ਹਾਂ, 1,000 ਰੁਪਈਆ ਮੱਥਾ ਟੇਕ ਦਿੰਦੇ ਹਾਂ, ਲੈ ਆਟਾ ਚੜਾ ਦਿਓ, ਸੀਧਾ ਦੇ ਦਿਓ, ਰਾਸ਼ਨ ਦੇ ਦਿਓ। ਤੇ ਜੇ ਮੈਂ ਆਖਾਂ ਬੇਬੇ ਰੁਮਾਲਾ ਚੁੱਕ ਕੇ ਵੀ ਵੇਖਣਾ ਹੈ, ਠੀਕ ਹੈ, ਸਾਨੂੰ ਮਹਾਰਾਜ ਨੇ ਹੋਰ ਥੋੜ੍ਹੀ ਜਿਹੀ ਗਾਂਹ ਕਿਰਪਾ ਕਰ ਦਿੱਤੀ ਵੀ ਆਪਾਂ ਚੁੱਕ ਕੇ ਵੀ ਵੇਖਦੇ ਹਾਂ, ਤੇ ਗਾਂਹ ਦੀ ਗਾਂਹ ਹੋਰ ਵੀ ਸਤਿਗੁਰੂ ਕਿਰਪਾ ਕਰਨ। ਸੋ ਮਹਾਰਾਜ ਇਹ ਮਿਹਰ ਸਾਡੇ ਤੇ ਕਰਨ ਰੁਮਾਲਾ। ਹੁਣ ਜੇ ਤੂੰ ਆਖੇ ਵੀ ਮੈਂ ਵੀ ਰੁਮਾਲਾ ਆਪਣੀ ਮਾਂ ਵਾਂਗੂ, ਵੀ ਮੇਰੀ ਮਾਂ ਵੀ ਰੁਮਾਲਾ ਚੜਾਉਂਦੀ ਹੈ, ਮੈਂ ਵੀ ਮਗਰੀ ਚੜਾਉਣਾ ਹੈ, ਰੁਮਾਲਾ ਚੜਾ, ਪਰ ਤੇਰੇ ਤੇ ਥੋੜ੍ਹੀ ਕਿਰਪਾ, ਤੂੰ ਚੁੱਕ ਕੇ ਪੜ੍ਹ ਵੀ ਸਕਦਾ ਹੈ, ਤੂੰ ਸਮਝ ਸਕਦਾ ਹੈ, ਤੂੰ ਅੱਗੇ ਵੱਧ, ਖੜਨਾ ਅੱਗੇ ਨੂੰ ਤੁਰ, ਤੇਰੇ ਤੇ ਕਿਰਪਾ ਹੈ। ਇਸ ਕਰਕੇ ਚਲੋ ਮੈਂ ਜੋ ਕਹਿ ਰਿਹਾ ਸੀ ਉਹਨਾਂ ਨੇ ਆਹ ਧਾਰਨਾ ਪੜ੍ਹੀ ਸੀ। ਵਾਹ 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 ਵਾਹ, ਅਜੇ ਵੀ ਨਾ ਰੱਬ ਗੋੜੇ, ਅਜੇ ਵੀ ਨਾ ਰੱਬ ਗੋੜਿਆ, 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 ਬਾਬਾ ਬਾਬਾ ਅਜੇ ਵੀ ਨਾ ਰੱਬ ਗੋੜਿਆ। ਤਨ ਸੁੱਕ ਕੇ ਹਟਾਦਾ ਹੋਇਆ, ਤਨ ਸੁੱਕ ਕੇ ਹਟਾਦਾ
ਪਿਆਰ ਪੈ ਗਿਆ, ਅੱਧੀ ਅੱਧੀ ਧਾਰਨਾ ਨਹੀਂ ਪਿਆਰ ਪਾ ਦਿੱਤਾ, ਖਿੱਚ ਬਣ ਗਈ ਖਿੱਚ, ਲਗਨ ਲੱਗ ਗਈ। ਵੇਖੋ ਮੈਂ ਬੇਨਤੀ ਕਰਦਾ, ਪਤਾ ਹੀ ਨਹੀਂ ਕਦੋਂ ਮਿਹਰ ਹੋ ਜਾਣੀ। ਹੁਣ ਡਾਊਟ ਕਲੀਅਰ ਨਾ ਹੋਵੇ ਸ਼ਾਂਤੀ ਨਹੀਂ ਆਉਂਦੀ, ਡਾਊਟ ਕਲੀਅਰ ਹੋ ਜਾਵੇ। ਬੜੇ ਸ਼ੰਕੇ ਸਵਾਲ ਪੀਰ ਬੁੱਧੂ ਸ਼ਾਹ ਦੇ ਮਨ 'ਚ ਸਨ ਜਦੋਂ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਦੱਸੇ। ਮਹਾਰਾਜ ਨੇ ਬਸ ਇਸ਼ਾਰੇ ਹੀ ਇੱਦਾਂ ਦੇ ਕੀਤੇ, ਸਮਝਦਾਰ ਨੂੰ ਇਸ਼ਾਰਾ ਕਾਫੀ ਹੈ। ਬਾ ਪੀਰ ਬੁੱਧੂ ਸ਼ਾਹ ਇਹ ਬੜਾ ਗਿਆਨਵਾਨ ਸੀ, ਮਹਾਰਾਜ ਨੇ ਬਾ ਮਾੜੀ ਜੀ ਐਸੇ ਇਸ਼ਾਰੇ ਕੀਤੇ ਸਮਝਾਇਆ, ਇੱਕਦਮ ਸਮਝ ਗਿਆ, ਰਾਹ ਹੀ ਪੱਧਰਾ ਹੋ ਗਿਆ। ਕਹਿੰਦਾ ਮਹਾਰਾਜ ਮੌਜਾਂ ਲਾਤੀਆਂ, ਐਵੇਂ ਹੀ ਭਟਕਦੇ ਫਿਰਦੇ ਸੀ, ਆ ਇਸ਼ਾਰਾ ਜਿਹਾ ਹੀ ਕਰਕੇ ਦੱਸਤਾ ਵੀ ਇੱਦਾਂ ਬਈ ਇੱਦਾਂ। ਲਓ ਜੀ ਪੀਰ ਬੁੱਧੂ ਸ਼ਾਹ ਘਰ ਤੇ ਮੁੜ ਆਇਆ, ਪਰ ਮਾਨੇ ਦਾ ਉੱਥੇ ਹੀ ਰਹਿ ਗਿਆ। ਮੇਰੇ ਸਤਿਗੁਰ ਨੇ ਮਨ ਮੋਹਿਆ ਨੈਣੀ ਵਸ ਵਸ ਕੇ, ਮਨ ਨੈਣਾ ਚ ਵਸ ਗਏ ਮਹਾਰਾਜ, ਅੰਦਰ ਵਸ ਗਏ ਹਰ ਵੇਲੇ, ਤੇ ਥੋੜੇ ਦਿਨ ਨਹੀਂ ਸੀ ਟੱਪਦੇ, ਫਿਰ ਜਾਇਆ ਕਰੇ ਉੱਡਦਾ ਹੀ, ਥੋੜੇ ਦਿਨਾਂ ਬਾਅਦ ਫਿਰ ਜਾਇਆ ਕਰੇ, ਮਹਾਰਾਜ ਨਾਲ ਬਚਨ ਕਰਿਆ ਕਰੇ। ਫਿਰ ਪੀਰ ਬੁੱਧੂ ਸ਼ਾਹ ਨਾਲ ਪਿਆਰ ਪੈ ਗਿਆ ਕਲਗੀ ਵਾਲੇ ਸੱਚੇ ਪਾਤਸ਼ਾਹ ਦਾ। ਜਦੋਂ ਮਹਾਰਾਜ ਆਉਂਦੇ ਸੀ ਨਾ, ਫਿਰ ਕਲਗੀਆਂ ਵਾਲੇ ਵੀ ਸੰਢੋਰੇ ਹੋ ਕੇ ਹੀ ਜਾਂਦੇ ਸੀ, ਇਹਨੇ ਵੀ ਭੱਜੇ ਜਾਣਾ ਤੇ ਮਹਾਰਾਜ ਨੇ ਵੀ ਪੀਰ ਬੁੱਧੂ ਸ਼ਾਹ ਕੋਲ ਆਉਣਾ। ਹੈ ਮੁਸਲਮਾਨ ਹੈ ਪਰ ਪਿਆਰ ਗੁਰੂ ਗੋਬਿੰਦ ਸਿੰਘ ਨੂੰ ਕਰਦਾ। ਇਸਲਾਮ ਧਰਮ 'ਚ ਪੈਦਾ ਹੋ ਕੇ ਆਸ਼ਕ ਹੋ ਗਿਆ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ, ਮੁਰੀਦ ਹੋ ਗਿਆ। ਕਈਆਂ ਨੇ ਕਹਿਣਾ ਪੀਰ ਜੀ ਕਿਉਂ ਲੱਗੇ ਫਿਰਦੇ ਹੋ ਗੁਰੂ ਗੋਬਿੰਦ ਸਿੰਘ ਦੇ ਪਿੱਛੇ। ਇਹਨੇ ਕਹਿਣਾ ਜਦੋਂ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਦਰਗਾਹ ਵਿੱਚ ਜਾਣਾ, ਮੈਨੂੰ ਅੱਗੇ ਬੈਠਾ ਵੀ ਬਾਜਾਂ ਵਾਲਾ ਹੀ ਦਿਸਦਾ। ਜਦੋਂ ਮੇਰੀ ਸੁਰਤ ਜੁੜਦੀ ਹੈ ਮੈਨੂੰ ਬਾਜਾਂ ਵਾਲਾ ਦਿਸਦਾ। ਬਚਨਾਂ ਚੋਂ, ਗੁਰੂ ਦੇ ਬਚਨਾਂ ਦੇ ਵਿੱਚ ਹੀ ਪਰਮਾਤਮਾ ਹੈ, ਬਸ ਸਤਿਗੁਰ ਦੇ ਬਚਨ ਹੀ ਸਭ ਕੁਝ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਸਤ ਸਰੂਪ ਹੈ। ਸਤਿਗੁਰ ਦੇ ਬਚਨਾਂ ਨੂੰ ਹੀ ਰੱਬ ਜਾਣੋ, ਰੱਬ ਪਰਮਾਤਮਾ ਹੀ ਹੈ। ਮਹਾਰਾਜ ਦੇ ਬਚਨ ਵਾਹ ਬਾਣੀ ਨਿਰੰਕਾਰ ਹੈ, ਮੰਨੋ ਇਸ ਗੱਲ ਨੂੰ। ਤਿਸ ਜੇਵੜ ਅਵਰ ਨਾ ਕੋਏ, ਕੋਈ ਨਹੀਂ ਇਹਦੇ ਬਰਾਬਰ, ਬਚਨ ਹੀ ਬਸ ਪਰਮਾਤਮਾ ਹੈ। ਬਚਨਾਂ ਤੇ ਭਰੋਸਾ ਰੱਖੋ। ਹੁਣ ਪੀਰ ਬੁੱਧੂ ਸ਼ਾਹ ਦਾ ਪੈ ਗਿਆ ਪਿਆਰ। ਹੁਣ ਇੱਥੇ ਥੋੜ੍ਹਾ ਜਿਹਾ ਸੁਣਿਓ ਧਿਆਨ ਨਾਲ। ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਬੀਬੀ ਸੀ ਨਸੀਰਾਂ, ਤੇ ਇੱਕ ਵਾਰੀ ਔਰੰਗਜ਼ੇਬ ਬਾਦਸ਼ਾਹ ਨੇ 500 ਪਠਾਣਾਂ ਨੂੰ ਕੱਢਿਆ, ਕੋਈ ਕਾਰਨ ਬਣਿਆ ਕੱਢਤੇ। ਉਹ 500 ਪਠਾਣ ਪੀਰ ਬੁੱਧੂ ਸ਼ਾਹ ਕੋਲ ਆਏ, ਕਹਿੰਦੇ ਪੀਰ ਜੀ ਸਾਨੂੰ ਕੋਈ ਨਹੀਂ ਰੱਖਦਾ, ਔਰੰਗਜ਼ੇਬ ਬਾਦਸ਼ਾਹ ਤੋਂ ਸਭ ਡਰਦੇ ਆ ਵੀ ਜਿਹੜਾ ਇਹਨਾਂ ਨੂੰ ਰੱਖੇਗਾ ਬਾਦਸ਼ਾਹ ਉਹਦੇ ਵਿਰੁੱਧ ਹੋ ਜਾਏਗਾ, ਸਾਰੇ ਬਾਦਸ਼ਾਹ ਤੋਂ ਡਰਦੇ ਆ, ਬਾਗੀ ਕੌਣ ਹੋਵੇ। ਤੇ ਪੀਰ ਜੀ ਦੱਸੋ ਹੁਣ ਕੋਈ ਤਰੀਕਾ। ਕਹਿੰਦੇ ਜੀ ਤੁਹਾਨੂੰ ਉਹ ਰੱਖ ਸਕਦਾ ਜਿਹੜਾ ਬਾਦਸ਼ਾਹ ਤੋਂ ਡਰਦਾ ਨਹੀਂ, ਨੌਕਰੀ ਤੇ ਉਹ ਰੱਖ ਸਕਦਾ ਹੈ
ਜਿਹੜਾ ਬਾਦਸ਼ਾਹ ਤੋਂ ਨਹੀਂ ਡਰਦਾ, ਕਹਿੰਦੇ ਬਾਦਸ਼ਾਹ ਤੋਂ ਕੌਣ ਨਹੀਂ ਡਰਦਾ, ਕਹਿੰਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਉਹ ਨਹੀਂ ਡਰਦੇ ਕਿਸੇ ਤੋਂ, ਉਹ ਰੱਖ ਲੈਣਗੇ। ਫਿਰ ਪੀਰ ਜੀ ਸਾਡੇ ਵੱਲੋਂ ਬੇਨਤੀ ਕਰ ਦਿਓ ਤੇ ਮਹਾਰਾਜ ਕੋਲ ਨੌਕਰੀ ਰਖਾ ਦਿਓ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਇਹ 500 ਪਠਾਨ ਗੁਰੂ ਗੋਬਿੰਦ ਸਿੰਘ ਜੀ ਨੌਕਰੀ ਤੇ ਰੱਖ ਲਓ। ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਕਲਗੀਧਰ ਜੀ ਨੇ ਨੌਕਰੀ ਤੇ ਰੱਖ ਲਏ। ਜਦੋਂ ਭੰਗਾਣੀ ਦਾ ਜੰਗ ਸਟਾਰਟ ਹੋਇਆ, ਅਗਲਿਆਂ ਨੇ ਇਸ਼ਾਰਾ ਕੀਤਾ ਆ ਜਾਓ ਇੱਧਰ, ਸਭ ਕੁਝ ਛੱਡ ਕੇ 500 ਦਾ 500 ਪਠਾਨ ਫੇਰ ਹੀ ਉਹਨਾਂ ਨਾਲ ਰਲ ਗਿਆ, ਬਾਦਸ਼ਾਹ ਨਾਲ ਧੋਖਾ ਦੇ ਗਿਆ। ਪੀਰ ਬੁੱਧੂ ਸ਼ਾਹ ਨੂੰ ਜਾ ਕੇ ਸੁਨੇਹਾ ਦਿੱਤਾ, ਕਹਿੰਦੇ ਪੀਰ ਜੀ ਤੁਹਾਡੇ ਰਖਾਏ ਹੋਏ ਭੱਜ ਗਏ। ਪੀਰ ਬੁੱਧੂ ਸ਼ਾਹ ਕਹਿੰਦਾ ਵੀ ਮੈਂ ਬੇਨਤੀ ਕੀਤੀ, ਮੇਰੇ ਕਹਿਣ ਤੇ ਰਖਾਏ, ਮਹਾਰਾਜ ਨੇ ਰੱਖ ਲਏ, ਹੁਣ ਜੰਗ 'ਚ ਧੋਖਾ ਦੇ ਗਏ। ਆਪਣੇ ਪੁੱਤਰਾਂ ਨੂੰ ਚਾਰ ਪੁੱਤ ਤਿਆਰ ਕੀਤੇ ਨੇ, ਭਰਾ ਤਿਆਰ ਕੀਤੇ ਨੇ ਤੇ 200 ਮੁਰੀਦ ਇਹਦਾ ਸੇਵਕ। ਕਹਿੰਦਾ ਆਪਾਂ ਚੱਲੋ, ਉਹ ਤੇ ਧੋਖਾ ਦੇ ਗਏ, ਹੁਣ ਆਪਾਂ ਹੀ ਜੰਗ 'ਚ ਚੱਲੀਏ। ਆਖੋ ਸਤਨਾਮ ਮਾਲਾ ਫੇਰਨ ਵਾਲਾ ਪੀਰ ਹੈ, ਅੱਜ ਤਲਵਾਰ ਚੁੱਕ ਕੇ ਆ ਗਿਆ ਗੁਰੂ ਗੋਬਿੰਦ ਸਿੰਘ ਨਾਲ ਸਾਥ ਦੇਣ ਲਈ ਭੰਗਾਣੀ ਦੇ ਜੰਗ 'ਚ। ਹੁਣ ਸੁਣਿਓ, ਭੰਗਾਣੀ ਦਾ ਜੰਗ ਹੋਇਆ, ਦੋ ਪੁੱਤਰ ਸ਼ਹੀਦ ਹੋ ਗਏ ਪੀਰ ਬੁੱਧੂ ਸ਼ਾਹ ਦੇ। ਬੜਾ ਘਮਸਾਨ ਦਾ ਜੰਗ ਹੋਇਆ, ਗੱਲ ਖਤਮ ਕਰੀਏ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਵੇਰੇ ਸਵੇਰੇ ਕੇਸਾਂ ਨੂੰ ਕੰਘਾ ਕਰਦੇ ਆ, ਕੇਸਾਂ ਨੂੰ ਕੰਘਾ ਕਰਦੇ ਨੇ ਤੇ ਮਹਾਰਾਜ ਨੂੰ ਪੀਰ ਜੀ ਮਿਲਣ ਆਏ। ਮਹਾਰਾਜ ਆਉਂਦੇ ਨੇ, ਪੀਰ ਜੀ ਦੋ ਪੁੱਤ ਸ਼ਹੀਦ ਹੋ ਗਏ, ਧੰਨ ਤੁਹਾਡੀ ਕੁਰਬਾਨੀ। ਸੱਚੇ ਪਾਤਸ਼ਾਹ ਇਦਾਂ ਨਾ ਕਹੋ, ਚੰਗਾ ਧਰਮ ਯੁੱਧ ਵਿੱਚ ਮੇਰੇ ਵੀ ਹਿੱਸਾ ਪੈ ਗਿਆ, ਮੇਰਾ ਧਰਮ ਯੁੱਧ 'ਚ ਮੇਰਾ ਹਿੱਸਾ ਪੈ ਗਿਆ, ਦੋ ਪੁੱਤ। ਮਹਾਰਾਜ ਆਉਂਦੇ ਨੇ, ਪੀਰ ਜੀ ਮੰਗ ਲਓ ਕੁਝ। ਕਹਿੰਦੇ ਮਹਾਰਾਜ ਤੁਸੀਂ ਮੈਨੂੰ ਇੰਨਾ ਮਾਣ ਦਿੰਦੇ ਹੋ, ਜਦੋਂ ਆਉਂਦਾ ਗਲਵੱਕੜੀ 'ਚ ਲੈਂਦੇ ਹੋ, ਮੈਨੂੰ ਬੁਲਾ ਲੈਂਦੇ ਹੋ, ਹੱਸ ਕੇ ਵੇਖ ਲੈਂਦੇ ਹੋ, ਮੈਨੂੰ ਹੋਰ ਕੀ ਚਾਹੀਦਾ? ਤੇ ਬਾਕੀ ਜਿਹੜੇ ਛੰਕੇ ਮੇਰੇ ਕੱਢਤੇ ਤੁਸੀਂ, ਮੈਨੂੰ ਜਿਉਣ ਦਾ ਚੱਜ ਆ ਗਿਆ, ਨਹੀਂ ਤੇ ਮੈਂ ਤੇ ਨਕਲੀ ਤਪਾਂ 'ਚ ਫਸਿਆ ਬੈਠਾ ਸੀ, ਮੈਂ ਤੇ ਐਵੇਂ ਪੁੱਠੇ ਕੰਮ ਕਰਦਾ ਸੀ ਸਾਰੇ। ਤੁਸੀਂ ਕਿਰਪਾ ਕਰਕੇ ਮੈਨੂੰ ਅਕਲ ਦਿੱਤੀ ਹੈ, ਹੁਣ ਮੈਨੂੰ ਘਟਾਂ ਘਟਾਂ ਵਿੱਚ ਵਸਿਆ ਰੱਬ ਨਜ਼ਰ ਆਉਂਦਾ, ਖੁਦਾ ਨਜ਼ਰ ਆਉਂਦਾ, ਇਹ ਤੁਹਾਡੀ ਕਿਰਪਾ ਹੈ। ਮਹਾਰਾਜ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ, ਇਹ ਕਿਹੜੇ ਦੋ ਪੁੱਤ ਬਾਕੀ ਦੇ ਵੀ ਲੇਖੇ ਲੱਗ ਜਾਣ। ਕਲਗੀਆਂ ਵਾਲੇ ਕਹਿੰਦੇ ਨਹੀਂ ਪੀਰ ਜੀ ਕੁਝ ਮੰਗ ਲਓ। ਕਹਿੰਦੇ ਮਹਾਰਾਜ ਫਿਰ ਜੇ ਬਹੁਤੇ ਹੀ ਖੁਸ਼ ਹੋ, ਆ ਕੇਸਾਂ ਸਣੇ ਕੰਘਾ ਦੇ ਦਿਓ। ਕੰਘਾ ਕਰਦੇ ਸੀ, ਦੱਸਿਆ ਜਾਂਦਾ ਵੀ ਆਹ ਜਿਹੜਾ ਆ ਹੁਣ ਯਾਤਰਾ ਨਿਕਲੀ ਹੈ ਸ਼ਸਤਰ ਦਰਸ਼ਨ, ਉਹਦੇ ਵਿੱਚ ਕੰਘਾ ਤੇ ਉਹ ਕੇਸ ਉਹ ਜਿਹੜੇ ਪੀਰ ਬੁੱਧੂ ਸ਼ਾਹ ਨੂੰ ਮਿਲੇ। ਪਰ ਕੰਟਰੋਵਰਸੀ ਇਹਦੇ ਵਾਸਤੇ ਵੀ ਰਹੀ ਹੈ, ਇਹ ਅਮਰੀਕਾ ਦੇ ਵਿੱਚ ਇੱਕ ਪਰਿਵਾਰ ਨੇ ਦਾਅਵਾ ਕੀਤਾ ਵੀ ਉਹ ਸਾਡੇ ਕੋਲ ਨੇ ਕੰਘਾ ਤੇ ਕੇਸ। ਚਲੋ ਇਹਦੇ ਵਾਸਤੇ ਤੇ ਮੈਂ ਨਹੀਂ ਬੋਲਦਾ, ਕਿਉਂਕਿ ਤੇ ਇਹ ਖੋਜ ਦਾ ਵਿਸ਼ਾ ਹੈ ਵੀ ਉਹ ਅਸਲੀ ਨੇ ਕਿ ਇਹ ਅਸਲੀ ਨੇ, ਇਹ ਖੋਜ ਦਾ ਵਿਸ਼ਾ ਹੈ ਵੀ ਇਹ ਕੰਘਾ ਕੇਸ ਅਸਲੀ ਨੇ ਕਿ ਜਿਹੜੇ ਅਮਰੀਕਾ 'ਚ ਪਏ ਨੇ ਉਹ ਅਸਲੀ। ਇਹ ਤੇ ਹੁਣ ਖੋਜ ਦਾ ਵਿਸ਼ਾ, ਇਹਦੇ ਬਾਰੇ ਮੈਂ ਕੋਈ ਬਿਆਨ ਨਹੀਂ ਦੇ ਰਿਹਾ, ਪਤਾ ਨਹੀਂ। ਪਰ ਉਹ ਪੀਰ ਬੁੱਧੂ ਸ਼ਾਹ ਨੇ ਇਦਾਂ ਉਸ ਵੇਲੇ ਇਤਿਹਾਸ ਕਹਿੰਦਾ ਹੈ, ਝੋਲੀ ਅੱਡ ਕੇ ਮੰਗ ਲਈ ਦਾਤ, ਮਹਾਰਾਜ ਆ ਕੇਸ ਤੇ ਕੰਘਾ ਮੈਨੂੰ ਦੇ ਦੇ। ਮਹਾਰਾਜ ਨੇ ਨਵਾਂ ਕੰਘਾ ਲਾ ਲਿਆ, ਸਣੇ ਕੇਸਾਂ ਦੇ ਪੀਰ ਜੀ ਨੂੰ ਕੰਘਾ ਦੇ ਦਿੱਤਾ।
ਇੱਕ ਛੋਟੀ ਜੀ ਸ੍ਰੀ ਸਾਹਿਬ ਦਿੱਤੀ, ਕੇਸਕੀ ਦਿੱਤੀ ਇੱਕ ਦਸਤਾਰ, ਫਿਰ ਇਹਨੇ ਚਰਨ ਧੂੜ ਮਹਾਰਾਜ ਦੀ ਇਦਾਂ ਧਰਤੀ ਤੋਂ ਚੁੱਕ ਲਈ, ਉਹ ਵੀ ਲੈ ਗਿਆ ਘਰ। ਇਹ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਕਹਿੰਦੀ, ਪੀਰ ਜੀ ਕਿਆ ਲੈ ਕੇ ਆਏ ਹੋ, ਕੀ ਖੱਟਿਆ? ਦੋ ਪੁੱਤ ਚਾਰ ਲਗਾਏ, ਦੋ ਮੋੜ ਕੇ ਲਿਆਏ, ਕੀ ਖੱਟਿਆ? ਲੋਕੀ ਕਹਿੰਦੇ ਇਦਾਂ ਹੀ ਹੁੰਦੇ ਨੇ ਵੀ ਕੀ ਖੱਟਿਆ ਜੀ, ਇਹਨੇ ਸੱਚ ਦੇ ਰਾਹ ਤੇ ਤੁਰ ਕੇ ਕੀ ਪੈ ਗਿਆ ਇਹਦੇ ਪੱਲੇ। ਬਾਬਾ ਜਰਨੈਲ ਸਿੰਘ ਹੋਣਾ ਨੂੰ ਕਹਿੰਦੇ ਸੀ ਲੋਕੀ, ਲੈ ਕੀ ਖੱਟਿਆ। ਹੁਣ ਵੇਖੋ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਉਵੇਂ ਉਵੇਂ ਚੜ੍ਹਦੀ ਕਲਾ ਹੋ ਰਹੀ ਹੈ। ਜਿੰਨੇ ਸਾਲ ਹੋਰ ਲੰਘਣਗੇ ਹੋਰ ਉੱਪਰ ਨੂੰ ਜਾਣਗੇ, ਆ ਬਾਕੀ ਬਰਸੀਆਂ ਖਤਮ ਹੋ ਰਹੀਆਂ ਨੇ, ਬਾਬਾ ਜਰਨੈਲ ਸਿੰਘ ਦੀਆਂ ਯਾਦਾਂ ਵੱਧ ਰਹੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਆ ਰਿਹਾ ਨਾ ਹੌਲੀ ਹੌਲੀ, ਬਾਕੀ ਇਕੱਠ ਘਟਣਗੇ, ਦਾਵੇ ਨਾਲ ਕਹਿ ਰਹੇ ਹਾਂ, ਲਿਖ ਲਓ, ਬਾਕੀ ਇਕੱਠ ਘਟਣਗੇ, ਇੱਥੇ ਵਧਣਗੇ। ਬਾਬਾ ਜਰਨੈਲ ਸਿੰਘ ਦੀ ਜਿੱਥੇ ਯਾਦ ਹੋਏਗੀ ਉੱਥੇ ਵਧਣਗੇ ਲੋਕ। ਕਿਉਂ ਭਲਾ? ਸੱਚ ਸਾਹਮਣੇ ਆ ਗਿਆ। ਤੇ ਮੈਂ ਪਿਛਲੀ ਵਾਰ ਵੀ ਕਿਹਾ ਸੀ, ਜਿੰਨੇ ਖੋਜੀ ਹੋ, ਜਿੰਨੇ ਭਾਵੇਂ ਕੋਈ ਇੰਟੈਲੀਜੈਂਸੀ 'ਚ ਕੰਮ ਕਰਦਾ ਹੈ, ਭਾਵੇਂ ਕਿਤੇ ਕੰਮ ਕਰਦਾ ਹੈ, ਅਫਸਰਾਂ ਦੀਆਂ ਲੋਕਾਂ ਦੀਆਂ ਸੁਣ ਕੇ ਨਾ ਕਹਿ ਦੀ, ਘੱਟ ਤੋਂ ਘੱਟ 50 ਕਿਤਾਬਾਂ ਨੇ ਪੜ੍ਹ ਲੈ ਉਹਨਾਂ ਦੀ ਜੀਵਨੀ ਦੀਆਂ, ਵਿਰੋਧੀਆਂ ਨੂੰ ਵੀ ਪੜ੍ਹ ਲੈ, ਇੰਟਰਵਿਊ ਸੁਣ ਲੈ, ਉਹਨਾਂ ਦੀਆਂ ਸਪੀਚਾਂ ਸੁਣ ਲੈ, ਫਿਰ ਰਿਜ਼ਲਟ ਕੱਢੀ, ਫਿਰ ਪਤਾ ਲੱਗੇਗਾ ਵੀ ਕਿੱਦਾਂ ਦੀ ਸ਼ਖਸੀਅਤ ਸੀ। ਚੰਗੀ ਤਰ੍ਹਾਂ ਘੋਖ ਕਰ ਲੈ, ਘੋਖ ਐਵੇਂ ਹੀ ਨਾ ਲੋਕਾਂ ਪਿੱਛੇ ਲੱਗ ਕੇ ਕਹਿ ਦੀ, ਘੋਖ ਕਰ ਲੈ, ਫਿਰ ਤੈਨੂੰ ਪਤਾ ਲੱਗੇਗਾ ਵੀ ਸੱਚ ਕੀ ਹੈ, ਸੱਚਾਈ ਕੀ। ਨਸੀਰਾ ਪੀਰ ਬੁੱਧੂ ਸ਼ਾਹ ਨੂੰ ਕਹਿੰਦੀ, ਕੀ ਖੱਟਿਆ ਤੁਸੀਂ? ਮਹਾਰਾਜ ਕਹਿੰਦੇ, ਨਸੀਰਾ ਮਿਲ ਇੱਕ ਵਾਰੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ। ਕਹਿੰਦੇ ਫਿਰ ਨਸੀਰਾ ਮਿਲੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ, ਜੈਸਾ ਸਤਿਗੁਰ ਤੈਸੋ ਹੀ ਮੈਂ। ਤੈਸੋ ਹੀ ਮੈਂ ਦੀਖੋ, ਤੈਸੋ ਹੀ ਮੈਂ ਦੀਖੋ, ਤੈਸੋ ਹੀ ਮੈਂ ਦੀਖੋ, ਤੈਸੋ ਹੀ ਮੈਂ ਦੀਖੋ। ਜੈਸਾ ਸਤਿਗੁਰ ਸੁਣੀ ਜਾ, ਐਸਾ ਸਤਿਗੁਰ ਸੁਣੀ ਜਾ, ਐਸਾ ਸਤਿਗੁਰ ਜੈਸਾ ਸਤਿਗੁਰ ਸੁਣੀ ਜਾ, ਜੈਸਾ ਸਤਿਗੁਰ ਸੁਣੀ ਜਾ, ਜੈਸਾ ਸਤਿਗੁਰ ਸੁਣੀ ਜਾ, ਜੈਸਾ ਸਤਿਗੁਰ ਸੁਣੀ ਜਾ। ਐਸੇ ਹੀ ਮੈਂ ਸਾਰੇ ਫਿਰ ਪੜੋ। ਤੈਸੋ ਹੀ ਮੈਂ,
ਫਿਰ ਬੋਲੋ। ਤੈ ਸੋਹੀ ਮੈਂ ਆ ਫਿਰ ਪੜੋ। ਤੈ ਸੋਹੀ ਮੈਂ ਬੋਲੋ। ਜੈਸਾ ਸਤਿਗੁਰ ਸੁਣੀ ਦਾ, ਜੈਸਾ ਸਤਿਗੁਰ ਸੁਣੀ ਦਾ, ਗੱਜ ਕੇ ਡਿੱਠਾ ਨਾਲ ਅੱਖੀਆਂ ਸੁਣਿਆ ਪਿਆਰਾ, ਸੁਣਿਆ ਪਿਆਰਾ ਮੇਰਾ, ਸੁਣਿਆ ਜੈਸਾ ਸੁਣਿਆ ਪਿਆਰਾ ਮੇਰਾ, ਮਹਾਰਾਜ ਨਾਲ ਪ੍ਰੇਮ ਬਣ ਗਿਆ ਨਸੀਰਾਂ ਦਾ ਵੀ। ਪੀਰ ਬੁੱਧੂ ਸ਼ਾਹ ਦੇ ਕਰਦਾ ਹੀ ਸੀ, ਨਸੀਰਾਂ ਦਾ ਵੀ। ਹੁਣ ਵੇਖੋ ਦੋਵੇਂ ਪਤੀ ਪਤਨੀ ਇੱਕ ਜਗ੍ਹਾ ਜੁੜੇ ਆ ਤੇ ਉਸ ਘਰ ਵਰਗਾ ਸਵਰਗ ਕੋਈ ਨਹੀਂ। ਭਾਈ ਵੀ ਕਹਿੰਦਾ ਮੈਂ ਮਹਾਰਾਜ ਦੇ ਮੱਥਾ ਟੇਕਣਾ, ਮਹਾਰਾਜ ਦੀ ਬਾਣੀ ਪੜ੍ਹਨੀ। ਬੀਬੀ ਵੀ ਕਵੇ, ਭਾਈ ਕਵੇ ਮੈਂ ਗੁਰਦੁਆਰੇ ਜਾਣਾ, ਬੀਬੀ ਕਵੇ ਮੈਂ ਪੀਰ ਮਨਾਉਣੇ ਨੇ, ਫਿਰ ਤੇ ਨਰਕ ਬਣ ਜਾਂਦਾ ਘਰ ਤੇਰਾ ਬਾਬਾ ਮੇਰਾ ਬਾਬਾ, ਏਦਾਂ ਚੱਲਦੀ ਹੈ ਘਰਾਂ ਚ। ਪਰ ਕੋਸ਼ਿਸ਼ ਕਰੋ ਬਾਣੀ ਨਾਲ ਜੁੜੋ। ਸਿੱਖਾਂ ਦੇ ਘਰ ਜੰਮੇ ਆ ਸੀ, ਗੁਰਬਾਣੀ ਨਾਲ ਜੁੜ ਕੇ ਸਿੱਖ ਬਣੀਏ। ਜਿਹੜੀ ਗੱਲ ਕਹਿ ਰਿਹਾ ਸੀ ਵਿੱਚ ਰਹਿ ਗਈ ਸੀ, ਪਾਪੂਲੇਸ਼ਨ ਵਧੇਗੀ, ਸਿੱਖ ਵਧਣਗੇ। 10 ਨਿਆਣੇ ਪੈਦਾ ਕਰ ਦੋ, 50 ਨਿਆਣੇ ਹੋ ਜਾਣ ਭਾਵੇਂ, ਸਿੱਖ ਗੁਰਬਾਣੀ ਤੋਂ ਪੈਦਾ ਹੁੰਦਾ ਹੈ, ਮਾਂ ਪਿਓ ਤੋਂ ਨਹੀਂ। ਜਿਹੜਾ ਗੁਰਬਾਣੀ ਪੜ੍ਹੇਗਾ, ਸਿੱਖਿਆ ਤੇ ਚੱਲੇਗਾ, ਉਹ ਸਿੱਖ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਮਹਾਰਾਜ ਦੀ ਬਾਣੀ ਨਾਲ ਜੁੜੇਗਾ ਤਾਂ ਸਿੱਖ ਬਣੇਗਾ, ਤਾਂ ਵਧਣੀ ਹੈ ਗਿਣਤੀ ਸਿੱਖਾਂ ਦੀ। ਤੂੰ ਛੱਡ ਆਮ ਬੰਦੇ ਦੇ ਘਰ ਜੰਮ ਕੇ ਤੇ ਕੀ ਸਿੱਖ ਬਣ ਜਾਏਗਾ। ਕਈ ਤੇ ਗੁਰੂ ਘਰ, ਗੁਰੂ ਅਰਜਨ, ਗੁਰੂ ਰਾਮਦਾਸ ਜੀ ਦੇ ਘਰ ਜੰਮ ਕੇ ਪ੍ਰਿਥੀ ਚੰਦ ਸਿੱਖ ਨਹੀਂ ਬਣ ਸਕਿਆ, ਗੁਰੂ ਘਰ ਜੰਮ ਕੇ। ਬੀਬੀ ਭਾਨੀ ਦੀ ਕੁੱਖੋਂ ਜਨਮ ਲੈ ਕੇ ਪ੍ਰਿਥੀ ਚੰਦ ਸਿੱਖ ਨਹੀਂ ਬਣ ਸਕਿਆ। ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਨੇ ਦਰਸ਼ਨ ਕੀਤੇ, ਉਹ ਵੀ ਪ੍ਰੇਮ ਲੱਗ ਗਈ ਕਰਨ। ਹੁਣ ਆਹ ਗੱਲ ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਵੇਖੋ ਜੇ ਯਾਰ ਸਮਝਿਆ, ਪਿਆਰ ਕੀਤਾ ਗੁਰੂ ਗੋਬਿੰਦ ਸਿੰਘ ਨਾਲ, ਕਹਿੰਦੇ ਇੱਕ ਵਾਰੀ ਕਲਗੀਆਂ ਵਾਲੇ ਪੀਰ ਬੁੱਧੂ ਸ਼ਾਹ ਨੂੰ ਮਿਲਣ ਆਏ ਹੋਏ ਨੇ, ਘਰ ਆਏ ਨੇ। ਉਧਰੋਂ ਪੈ ਗਿਆ ਘੇਰਾ, ਘੇਰਾ ਪੈ ਗਿਆ, ਸਾਰਾ ਘਰ ਘੇਰ ਲਿਆ। ਉਸਮਾਨ ਖਾਂ ਉਸ ਵੇਲੇ ਦਾ ਨਵਾਬ, ਉਹ ਆਇਆ ਹੈ। ਪੀਰ ਬੁੱਧੂ ਸ਼ਾਹ ਤੇਰੇ ਘਰ ਕਲਗੀਆਂ ਵਾਲੇ ਆਏ ਨੇ ਬਾਹਰ ਕੱਢ। ਪੀਰ ਨੇ ਵੇਖਿਆ ਵੀ ਇਹ ਤੇ ਮਹਾਰਾਜ ਮੇਰੇ ਘਰ ਨੂੰ ਘੇਰਾ ਪੈ ਗਿਆ। ਪੀਰ ਬੁੱਧੂ ਸ਼ਾਹ ਨੇ ਥੋੜਾ ਚਿਰ ਸੋਚਿਆ ਤੇ ਬਾਹਰ ਗਿਆ, ਕਹਿੰਦਾ ਉਸਮਾਨ ਖਾਂ ਕੀ ਗੱਲ ਬਈ, ਤੇਰੇ ਘਰ ਕਲਗੀਆਂ ਵਾਲੇ ਆਏ ਨੇ? ਕਹਿੰਦਾ ਆਏ ਨੇ, ਗ੍ਰਿਫਤਾਰ ਕਰਕੇ ਲੈ ਜਾਂਗੇ। ਕਹਿੰਦੇ ਇੱਦਾਂ ਸੁਣੋ,
ਮੇਰੀ ਵੀ ਬਦਨਾਮੀ ਹੋਏਗੀ ਪਰ ਮੈਂ ਹੈ ਤੁਹਾਡਾ ਹੀ ਸਾਥੀ ਹਾਂ। ਅੰਦਰ ਆਏ ਨੇ ਮੈਂ ਆਪੇ ਕਤਲ ਕਰਕੇ ਤੁਹਾਨੂੰ ਖੂਨ ਦੀ ਬੋਤਲ ਭਰ ਕੇ ਦੇ ਦਿੰਦਾ, ਫਿਰ ਤੇ ਇਤਬਾਰ ਕਰੋਗੇ? ਮੈਂ ਸਾਥੀ ਤੁਹਾਡਾ ਹੀ ਹਾਂ, ਮੈਂ ਉਲਟ ਨਹੀਂ ਹਾਂ ਤੁਹਾਡੇ, ਮੈਂ ਵੀ ਵਿਰੋਧੀ ਹਾਂ ਇਹਨਾਂ ਦਾ, ਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਖੂਨ ਦੀ ਬੋਤਲ ਭਰ ਕੇ ਤੁਹਾਨੂੰ ਦੇ ਦਿਆਂਗਾ, ਬਾ ਮੇਰੇ ਘਰ ਨੂੰ ਨਾ ਛੇੜਿਓ, ਮੈਂ ਆਪੇ ਮਾਰ ਦਿਆਂਗਾ ਉਹਨਾਂ ਨੂੰ ਅੰਦਰ ਹੀ। ਮਹਾਰਾਜ ਅੰਦਰ ਨੇ ਤੇ ਪੀਰ ਬੁੱਧੂ ਸ਼ਾਹ ਨੇ ਸੱਚੇ ਪਾਤਸ਼ਾਹ ਨੂੰ ਆਖਿਆ ਮਹਾਰਾਜ ਚਲੇ ਜਾਓ, ਪਿੱਛੋਂ ਦੀ ਰਾਹ ਸੀ ਕੱਢਤਾ ਮਹਾਰਾਜ ਨੂੰ ਇੱਧਰ। ਹੁਣ ਕਹਿੰਦੇ ਖੂਨ ਦੀ ਬੋਤਲ ਕਿੱਥੋਂ ਆਏਗੀ, ਘਰਾਂ 'ਚ ਹੁਣ ਖੂਨ ਥੋੜਾ ਪਿਆ ਹੁੰਦਾ, ਉਦੋਂ ਅੱਜ ਕੱਲ੍ਹ ਵਾਂਗੂ ਥੋੜਾ ਵੀ ਖੂਨ ਕਢਾਓ, ਕੋਈ ਬਲੱਡ ਡੋਨੇਟ ਕਰਦਾ ਸੀ ਜਾਂ ਅੱਗੇ ਚੜ੍ਹਾਇਆ ਜਾਂਦਾ ਸੀ, ਇੱਦਾਂ ਦਾ ਸਿਸਟਮ ਨਹੀਂ ਸੀ ਉਸ ਵੇਲੇ। ਫਿਰ ਇਹਦਾ ਤੀਜਾ ਪੁੱਤ ਆਇਆ, ਕਹਿੰਦਾ ਬਾਪੂ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦੇ ਹੋ? ਕਹਿੰਦੇ ਹਾਂ। ਕਹਿੰਦੇ ਅਸੀਂ ਵੀ ਕਰਦੇ ਹਾਂ। ਦੋ ਭਰਾ ਮੇਰੇ ਚਲੇ ਗਏ, ਮੈਨੂੰ ਵੀ ਲੇਖੇ ਲਾ ਦੇ ਬਾਪੂ, ਹੋਰ ਨਹੀਂ ਕੋਈ ਆਏਗਾ ਅੱਗੇ, ਤੂੰ ਬਸ ਮੇਰੇ ਤੇ ਕਿਰਪਾ ਕਰ ਦੇ, ਸਰੀਰ ਨੇ ਤੇ ਇੱਕ ਦਿਨ ਮਰਨਾ ਹੀ ਹੈ, ਆ ਸ਼ਾਹ ਰਗ ਵੱਢ ਲੈ, ਖੂਨ ਦੀ ਬੋਤਲ ਭਰ ਕੇ ਲੈ ਜਾ ਬਾਹਰ। ਤੇ ਪੀਰ ਬੁੱਧੂ ਸ਼ਾਹ ਕਹਿਣ ਲੱਗਾ ਪੁੱਤ ਔਖਾ ਕੰਮ ਹੈ, ਮੇਰੇ ਤੋਂ ਨਹੀਂ ਹੋਣਾ ਬਾਪੂ, ਹੁਣ ਤੂੰ ਔਖਾ ਸੌਖਾ ਨਾ ਵੇਖ, ਬੋਤਲ ਭਰ ਕੇ ਖੂਨ ਦੀ ਦੇ ਦੇ। ਤੇ ਇੰਨਾ ਪਿਆਰ ਕਰਨ ਵਾਲੇ ਵੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਮੁਸਲਮਾਨ ਜਿਵੇਂ ਯੋਗੀ ਅੱਲਾ ਯਾਰ ਖਾਂ ਸੀ, ਗੰਜੇ ਸ਼ਹੀਦਾਂ ਕੌਮੀ ਕਵਿਤਾ ਸਾਡੀ ਹੈ ਜਿਹੜੀ, ਸਿੱਖਾਂ ਦੀ ਜਿਹੜੀ ਕੌਮੀ ਕਵਿਤਾ ਹੈ ਉਹਦਾ ਨਾਂ ਹੈ ਗੰਜੇ ਸ਼ਹੀਦਾਂ। ਤੇ ਕਮਾਲ ਦੀ ਗੱਲ ਹੈ, ਗੰਜੇ ਸ਼ਹੀਦਾਂ ਇੱਕ ਮੁਸਲਮਾਨ ਦੀ ਲਿਖੀ ਹੋਈ ਹੈ, ਸਿੱਖਾਂ ਦੀ ਕੌਮੀ ਕਵਿਤਾ ਮੁਸਲਮਾਨ ਦੀ ਲਿਖੀ ਹੋਈ ਹੈ ਗੰਜੇ ਸ਼ਹੀਦਾਂ। ਜੋਗੀ ਅੱਲਾ ਯਾਰ ਖਾਂ ਵਰਗੇ ਇੰਨਾ ਪਿਆਰ ਕਰਦੇ ਸੀ ਸਤਿਗੁਰ ਨੂੰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਿਆਰ ਕਰਨ ਵਾਲਾ ਉਹਦਾ ਪੁੱਤ ਕਹਿਣ ਲੱਗਾ ਬਾਪੂ ਇਹ ਨਾ ਵੇਖ, ਲਾ ਦੇ ਜਿੰਦੜੀ ਲੇਖੇ। ਫਿਰ ਆਪਣੇ ਪੁੱਤ ਤੇ ਛੁਰਾ ਚਲਾਇਆ ਪੀਰ ਬੁੱਧੂ ਸ਼ਾਹ ਨੇ। ਹੱਦ ਨਹੀਂ ਪ੍ਰੇਮ ਦੀ, ਏਦਾਂ ਪ੍ਰੇਮ ਕੌਣ ਕਰ ਸਕਦਾ ਹੈ? ਆਪਣੇ ਪੁੱਤਰ ਦੀ ਸ਼ਾਹ ਰਗ ਵੱਢ ਕੇ ਖੂਨ ਦੀ ਬੋਤਲ ਭਰ ਕੇ ਏਦਾਂ ਫੜਾਤੀ। ਕਹਿੰਦਾ ਹੱਥ ਲਿਬੜੇ ਨੇ, ਕਹਿੰਦਾ ਬਸ ਕੰਮ ਹੋ ਗਿਆ, ਬਾ ਭੱਜ ਜਾਓ, ਖਤਮ ਕਰਤੇ। ਉਸਮਾਨ ਖਾਂ ਦੌੜਿਆ, ਦਿੱਲੀ ਪਹੁੰਚਿਆ, ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਤਾ, ਗੁਰੂ ਗੋਬਿੰਦ ਸਿੰਘ ਨੂੰ ਮਾਰਤਾ, ਆ ਭਰ ਲਿਆ ਇਹ, ਕਹਿੰਦੇ 2-3 ਲੀਟਰ ਖੂਨ ਲੈ ਆਏ, ਭਰ ਕੇ ਲੈ ਗਏ। ਉਹ ਵੱਡੀ ਸਾਰੀ ਕੱਚ ਦੀ ਬੋਤਲ ਲਈ ਫਿਰਦੇ ਆ, ਭਾ ਖਤਮ ਕਰਤਾ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ। ਉੱਥੇ ਸ਼ਾਹੀ ਹਕੀਮ ਸੱਦਿਆ, ਚੈੱਕ ਕਰ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ, ਡਰਦੇ ਕਿਉਂ ਨਹੀਂ ਸੀ ਉਹ ਕਿਸੇ ਤੋਂ, ਐਡੇ ਨਡਰ ਕਿਉਂ ਸੀ, ਐਡੇ ਜੋਧੇ ਕਿਉਂ ਸੀ, ਇਹਨਾਂ ਦਾ ਬਲੱਡ ਚੈੱਕ ਕਰੋ, ਹੈ ਕੀ ਗੱਲ, ਕਾਰਨ ਕੀ ਸੀ? ਕਹਿੰਦੇ ਜਦੋਂ ਸ਼ਾਹੀ ਹਕੀਮ ਆਇਆ, ਫਿਰ ਵੇਖੋ ਉਹਨੇ ਆਪਣੇ ਰੰਗ 'ਚ ਕਹਿ ਦਿੱਤਾ, ਰੰਗ 'ਚ ਉਹ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਦਾ ਖੂਨ ਨਹੀਂ। ਕਹਿੰਦੇ ਤੈਨੂੰ ਕਿਵੇਂ ਪਤਾ ਲੱਗ ਗਿਆ? ਬਾਦਸ਼ਾਹ ਪੁੱਛਦਾ ਉਹ ਤੈਨੂੰ ਕਿਵੇਂ ਪਤਾ ਲੱਗ ਗਿਆ? ਕਹਿੰਦੇ ਜੇ ਉਹਨਾਂ ਦਾ ਖੂਨ ਹੁੰਦਾ ਹੁਣ ਉਬਾਲੇ ਮਾਰ ਕੇ ਇਹਨੇ ਬੋਤਲ ਹੀ ਪਾੜ ਦੇਣੀ ਸੀ। ਇਹ ਉਹਨਾਂ ਦਾ ਖੂਨ ਨਹੀਂ, ਇਹ ਕੋਈ ਹੋਰ ਹੈ, ਇਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਉਹਨੇ ਆਪਣੇ ਰੰਗ 'ਚ ਕਹਿ ਦਿੱਤਾ ਉਸ ਵੇਲੇ।
ਕਹਿੰਦਾ ਉਹਨਾਂ ਦਾ ਖੂਨ ਹੀ ਨਹੀਂ। ਬਸ ਫਿਰ ਉਦੋਂ ਹੀ ਜਦੋਂ ਪਤਾ ਕਰਵਾਇਆ ਕਹਿੰਦੇ ਆਪਣੇ ਪੁੱਤ ਨੂੰ ਵੱਢਿਆ, ਫਿਰ ਇਹਨੇ ਭੇਜਿਆ ਕਹਿੰਦੇ ਖਤਮ ਕਰ ਦਿਓ ਪੀਰ ਬੁੱਧੂ ਸ਼ਾਹ। ਇੱਕ ਪੁੱਤਰ ਸੀ, ਇੱਕ ਪੁੱਤ, ਘਰ ਵਾਲੀ ਤੇ ਨਿਆਣੇ ਪੋਤਰੇ ਸਾਰੇ ਬੱਚੇ ਮੇਦਨੀ ਪ੍ਰਕਾਸ਼ ਰਾਜੇ ਦੇ ਪਾਸ ਨਾਹਨ ਭੇਜੇ ਤੇ ਪੀਰ ਬੁੱਧੂ ਸ਼ਾਹ ਨੇ ਇਹ ਆਪ ਰਿਹਾ ਘਰ, ਇਹਦਾ ਘਰ ਘੇਰਿਆ, ਇਹਦੇ ਘਰ ਨੂੰ ਪਹਿਲਾਂ ਅੱਗ ਲਾਈ, ਅੱਗ ਲਾ ਕੇ ਫਿਰ ਪੀਰ ਬੁੱਧੂ ਸ਼ਾਹ ਨੂੰ ਘੜੀਸ ਕੇ ਲੈ ਗਏ ਘਰੋਂ ਬਾਹਰ। ਦੇਖੋ ਸਤਿਕਾਰ ਸੀ ਇਹਦਾ ਆਪਣੇ ਆਪਣੀ ਉਮਤ ਚ, ਆਪਣੇ ਲੋਕਾਂ ਵਿੱਚ, ਆਪਣੇ ਧਰਮ ਵਿੱਚ, ਪਰ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਪਿਆਰ ਕਰਨ ਕਰਕੇ ਅੱਜ ਫੜ ਕੇ ਲੈ ਗਏ ਘੜੀਸ ਕੇ ਤੇ ਜੰਗਲ ਵਿੱਚ ਲਿਜਾ ਕੇ ਪੀਰ ਬੁੱਧੂ ਸ਼ਾਹ ਨੂੰ ਧਰਤੀ ਚ ਨੱਪਿਆ, ਸਿਰ ਤੇ ਦਹੀਂ ਪਾਇਆ, ਉੱਤੇ ਭੁੱਖੇ ਕੁੱਤੇ ਛੱਡੇ, ਚੀਥਰੇ ਚੀਥਰੇ ਕਰਤਾ ਪੀਰ ਬੁੱਧੂ ਸ਼ਾਹ ਦਾ ਸਰੀਰ, ਫਿਰ ਬਾਹਰ ਕੱਢ ਕੇ ਧਰਤੀ ਚੋਂ ਫਿਰ ਇਹਦੇ ਟੁਕੜੇ ਟੁਕੜੇ ਕਰਕੇ ਪੀਰ ਬੁੱਧੂ ਸ਼ਾਹ ਦੇ ਦਰਖਤਾਂ ਨਾਲ ਲਟਕਾ ਦਿੱਤੇ ਇਸਲਾਮ ਵਿੱਚ, ਵੀ ਇਹ ਮੁਸਲਮਾਨ ਫਕੀਰ ਹੋ ਕੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦਾ। ਟੋਟੇ ਟੋਟੇ ਹੋ ਗਿਆ, ਰੋਮ ਰੋਮ ਉਹਦਾ ਕਹਿੰਦਾ ਸੀ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ। ਵੇਖੋ ਜਰਾ, ਆਪਾਂ ਸਿੱਖਾਂ ਘਰ ਜੰਮੇ ਆ, ਸ਼ਰਾਬ ਪੀਣਾ ਨੀਂਦ ਨਹੀਂ ਜੀ ਆਉਂਦੀ, ਮੇਰਾ ਨਹੀਂ ਜੀ ਸਰਦਾ। ਓਏ ਸਾਰੋ ਮੇਰਾ ਵੀਰ ਕੋਈ ਭਰਾ ਤੁਹਾਡੇ ਚ ਬੈਠਾ ਨਾ ਨਸ਼ਾ ਕਰਨ ਵਾਲਾ, ਸਿੱਟ ਦੇ ਸਭ ਕੁਝ ਬਾਹਰ, ਘਰੋਂ ਬੋਤਲਾਂ ਚਲਾ ਕੇ ਮਾਰ, ਘਰ ਚ ਲਿਆ ਗੁਰੂ ਗੋਬਿੰਦ ਸਿੰਘ ਦਾ ਪਿਆਰ, ਧੰਨ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਲਿਆ ਘਰ ਵਿੱਚ, ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨਾਲ ਪਿਆਰ ਕਰੀਏ। ਉਹ ਛੱਡ, ਬੜੇ ਆਏ ਬੜੇ ਚਲੇ ਗਏ, ਇਹ ਕਿਹੜੇ ਨਸ਼ੇ। ਆ ਵੇਖ ਇਹੋ ਜਿਹੇ ਲੋਕ ਵੀ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਨ ਵਾਲੇ ਸਨ, ਜਿਨ੍ਹਾਂ ਨੇ ਆਪਣੀ ਜਾਨ ਹੀ ਵਾਰ ਦਿੱਤੀ ਗੁਰੂ ਗੋਬਿੰਦ ਸਿੰਘ ਤੋਂ। ਪਰ ਕੀਤਾ ਕੀ ਜਾਏ, ਕੀਤਾ ਕੀ ਜਾਏ, ਜਿਨ੍ਹਾਂ ਨੇ ਭੈੜੀਆਂ ਫਿਲਮਾਂ ਵੇਖਣੀਆਂ ਨੇ, ਭੈੜੇ ਹੀ ਗਾਣੇ ਸੁਣਨੇ ਨੇ, ਆ ਪੀਰ ਬੁੱਧੂ ਸ਼ਾਹ ਵਰਗਿਆਂ ਨਾਲ ਕਿਵੇਂ ਪਿਆਰ ਪਵੇ ਉਹਨਾਂ ਦਾ। ਜਿਹੜੇ ਤੋੜੀਆਂ ਖਰੀਦਣ ਵਾਲੇ ਲਾਲਾ ਦੀ ਕਸਾਰ ਜਾਣ, ਜਿਹੜੇ ਤੋੜੀਆਂ ਖਰੀਦਣ ਵਾਲੇ ਲਾਲਾ ਦੀ ਕਸਾਰ ਜਾਣ, ਜਿਹੜੇ ਤੋੜੀਆਂ ਖਰੀਦਣ ਵਾਲੇ ਲਾਲਾ ਦੀ ਕਸਾਰ ਜਾਣ, ਜਿਹੜੇ ਤੋੜੀਆਂ ਬੋਲਿਆ ਕਰੋ।
ਲੋਕੀ ਸਮਝਣਗੇ ਸਤਿਗੁਰ ਦੇ ਇਤਿਹਾਸ ਨੂੰ, ਜਿਨ੍ਹਾਂ ਨੇ ਕੱਚੀਆਂ ਹੀ ਗੱਲਾਂ ਸੁਣਨੀਆਂ ਨੇ ਸਦਾ। ਭਰਮ ਭੂਲੇ ਨਰ ਕਰਤ ਕਚਰਾਇਣ, ਕੱਚੀਆਂ ਹੀ ਗੱਲਾਂ ਕਰਦੇ ਆ ਬਸ। ਉਹ ਸੀ ਜਿਹੜਾ ਕਹਿੰਦਾ ਸੀ ਪਿਆਰ ਹੈ, ਤੈਨੂੰ ਮਿੱਤਰ ਬਣਾ ਲਿਆ ਆਪਣਾ, ਇਹਨੂੰ ਕਹਿੰਦੇ ਨੇ ਯਾਰੀ ਨਿਭਾ ਦੇਣੀ। ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਪਤਾ ਤੇ ਉਦੋਂ ਹੀ ਲੱਗਦਾ ਨਾ। ਉਦਾਂ ਤੇ ਬਥੇਰੇ ਆ ਪ੍ਰੇਮ ਕਰਨ ਵਾਲੇ, ਪਰ ਨਿਭਾਈ ਟੁਕੜੇ ਟੁਕੜੇ ਹੋ ਗਿਆ, ਪਰ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਛੱਡਿਆ। ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨਾਲ ਇੰਨਾ ਪਿਆਰ, ਏਦਾਂ ਪੈਂਦਾ ਹੈ। ਪੜੋ ਜਾ ਕਾਮੀ, ਜਾ ਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕੋ ਕਾਹਦੀ ਕਮੀਆਂ। ਉਹ ਦੱਸ ਭਾਈ ਉਹਨੂੰ ਕਾਹਦੀ ਕਮੀ ਹੈ, ਜਿਹਦਾ ਸੱਜਣ ਐਡਾ ਵੱਡਾ ਮਾਲਕ ਹੋਵੇ, ਜਿਹਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜਿਹਦਾ ਪਿਆਰ ਹੈ, ਉਹਨੂੰ ਕੋਈ ਕਮੀ ਨਹੀਂ ਕਿਸੇ ਗੱਲ ਦੀ। ਉਹ ਕਹਿੰਦਾ ਗਿਆਨ ਹੈ, ਸੋਝੀ ਹੈ, ਬਾਕੀ ਆਪੇ ਆਉਂਦਾ ਰਹੇਗਾ ਸਭ ਕੁਛ। ਅੱਗੇ ਸੁਣੋ। ਹਾਂਜੀ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਪ੍ਰਮਤਾ ਕਾ ਪਾਗੀ। ਸਭ ਦੁੱਖ ਦਰਦ ਉਹਦੇ ਭੱਜ ਗਏ ਜਿਹਦੀ ਪ੍ਰੀਤ ਗੋਬਿੰਦ ਨਾਲ, ਪਰਮਾਤਮਾ ਵਾਹਿਗੁਰੂ ਜੀ ਨਾਲ ਲੱਗ ਗਈ। ਮਨ ਦੇ ਦੁੱਖ ਦਰਦ ਭ੍ਰਮ ਖਤਮ ਹੋ ਗਏ। ਇਹ ਮਨ ਦੇ ਦੁੱਖ ਨੇ, ਤਨ ਦੇ ਨਹੀਂ, ਮਨ ਦੇ ਅੰਦਰ ਨੂੰ ਜਿਹੜੇ ਦੁੱਖ ਲੱਗੇ ਆ ਸਭ ਖਤਮ ਹੋ ਜਾਣਗੇ। ਹਾਂਜੀ, ਅੱਗੇ ਸੁਣੋ ਧਿਆਨ ਨਾਲ। ਜਾ ਕੋ ਰਸ ਹਰ ਰਸ ਹੈ, ਸੋ ਅਨ ਰਸ ਨਾਹੀ ਲਪਟਾਇਓ। ਜਿਹਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨਾਲ ਨਾਮ ਦਾ ਰਸ ਆ ਜਾਏ, ਉਹ ਝੂਠਿਆਂ ਰਸਾਂ ਵਿੱਚ ਲਪਟਦਾ ਨਹੀਂ, ਉਹ ਭੈੜਿਆਂ ਰਸਾਂ 'ਚ ਨਹੀਂ ਪੈਂਦਾ। ਫਿਰ ਸੱਚਾ ਰਸ ਆ ਗਿਆ, ਉਹ ਫਿਰ ਪੁੱਠੇ ਕੰਮ ਨਹੀਂ ਕਰਦਾ, ਸਭ ਛੱਡ ਦਿੰਦਾ ਹੈ। ਸਭ ਰਸ ਉਹਨੂੰ ਫਿੱਕੇ ਫਿੱਕੇ ਲੱਗਦੇ ਆ, ਜਦੋਂ ਆਹ ਰਸ ਆ ਗਿਆ ਫਿਰ ਕੁਛ ਨਹੀਂ ਚੰਗਾ ਲੱਗਦਾ। ਹਾਂਜੀ। ਜਾ ਕਾ ਕਹਿਆ ਦਰਗਹਿ ਚੱਲੇ, ਸੋ ਕਿਸ ਕੋ ਨਦਰ ਲੈ ਆਵੇ ਤਲੇ। ਉਹ ਫਿਰ ਆਪਣੇ ਕਿਸੇ ਨੂੰ ਨਦਰ ਥੱਲੇ ਨਹੀਂ ਲਿਆਉਂਦਾ, ਜਿਹਦਾ ਕਿਹਾ ਦਰਗਾਹ 'ਚ ਚੱਲਦਾ ਹੈ, ਉਹ ਕਿਸੇ ਨੂੰ ਹੋਰ ਨਹੀਂ ਸਮਝਦਾ ਕੁਛ ਵੀ। ਫਿਰ ਸੁਣਿਓ, ਜਿਹੜਾ ਵਾਹਿਗੁਰੂ ਨੂੰ ਹਰ ਵੇਲੇ ਹਾਜ਼ਰ ਸਮਝਦਾ ਹੈ, ਤੇ ਜਿਹਦੀ ਕੀਤੀ ਫਰਿਆਦ ਸੁਣੀ ਵੀ ਜਾਂਦੀ ਹੈ। ਅਸੀਂ ਸੁਰਤ ਕਰਕੇ ਦਰਗਾਹ 'ਚ ਜਾਂਦੇ ਨਹੀਂ ਨਾ ਸਾਡੀ ਸੁਣੀ ਜਾਵੇ, ਪਰ ਜਿਹੜਾ ਸੁਰਤ ਕਰਕੇ ਪਰਮਾਤਮਾ ਨੂੰ ਮਹਿਸੂਸ ਕਰਦਾ ਹੈ ਤੇ ਬੇਨਤੀ ਕਰਦਾ, ਉਹਦੀ ਸੁਣੀ ਵੀ ਜਾਂਦੀ ਹੈ ਦਰਗਾਹ 'ਚ ਕਹਿ ਲਓ, ਉਹ ਫਿਰ ਕਿਸੇ ਦੂਜੇ ਤੀਜੇ ਨੂੰ ਨਜ਼ਰ ਥੱਲੇ ਨਹੀਂ ਲਿਆਉਂਦਾ। ਜਿਵੇਂ ਆਪਾਂ ਕਹਿੰਦੇ ਹਾਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ, ਤਰੇ ਨਹੀਂ, ਹੋਰ ਨਹੀਂ ਕੋਈ ਅੱਖ ਥੱਲੇ ਆਉਂਦਾ ਫਿਰ ਕੋਈ, ਜਦੋਂ ਸਤਿਗੁਰੂ ਨਾਲ ਪਿਆਰ ਪੈ ਜਾਏ। ਹਾਂਜੀ। ਜਾ ਕਾ ਸਭ ਕਿਛ ਤਾ ਕਾ ਹੋਏ, ਨਾਨਕ ਤਾ ਕੋ ਸਦਾ ਸੁਖ ਹੋਏ। ਬਸ ਜਿਹਦਾ ਸਾਰਾ ਕੁਝ ਹੈ, ਇਹ ਸਾਰਾ ਕੁਝ ਇਹਨੇ ਬਣਾਇਆ ਹੈ, ਉਹਦਾ ਬਣ ਜਾ, ਜਿਹੜਾ ਉਹਦਾ ਬਣ ਗਿਆ ਉਹ ਸਦਾ ਸੁਖੀ ਰਹੇਗਾ, ਉਹਨੂੰ ਮਿੱਤਰ ਬਣਾ ਆਪਣਾ। ਛੱਡੋ ਵਹਿਮ ਭਰਮ ਸਾਰੇ, ਕੋਈ ਕਰਮ ਕਾਂਡ ਨਹੀਂ, ਬਸ ਗੁਰਬਾਣੀ ਨਾਲ ਜੁੜੋ। ਕੋਈ ਫੂਕਣ ਦੀ ਲੋੜ ਨਹੀਂ, ਕੋਈ ਘਿਓ ਨਾ ਫੂਕੋ, ਕੋਈ ਚੀਜ਼ ਨਹਿਰਾਂ 'ਚ ਨਾ ਸੁੱਟੋ, ਕੋਈ ਪਾਣੀ 'ਚ ਨਾ ਸੁੱਟੋ,
ਗਰੀਬ ਨੂੰ ਦਿਓ, ਲੋੜਵੰਦ ਨੂੰ ਦਿਓ ਜੇ ਜ਼ਿਆਦਾ ਹੈ, ਬਸ ਨੋਰਮਲ ਗੁਰਬਾਣੀ ਪੜ੍ਹ ਕੇ ਆਪਣੀ ਜ਼ਿੰਦਗੀ ਬਸਰ ਕਰੀਏ। ਬਸ ਐਵੇਂ ਲੋਕਾਂ ਦੇ ਪੁੱਠੇ ਕੰਮ ਕਰਨੇ ਛੱਡ ਕੇ, ਜੋ ਦੁਨੀਆ ਕਹਿੰਦੀ ਹੈ ਲੋਕ ਇੱਦਾਂ ਕਹਿੰਦੇ ਜੀ, ਦੁਨੀਆ ਇੱਦਾਂ ਕਹਿੰਦੀ, ਦੁਨੀਆ ਦੀ ਨਾ ਸੁਣੋ, ਸਤਿਗੁਰ ਦੀ ਸੁਣੋ ਮਹਾਰਾਜ ਕੀ ਕਹਿੰਦੇ। ਬੜੇ ਤਰ੍ਹਾਂ ਦੇ ਲੋਕੀ, ਕੋਈ ਵਰਤ ਰੱਖਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ ਹੈ, ਇਹ ਸਭ ਕੰਮ ਛੱਡੋ। ਜਿੰਨਾ ਚਿਰ ਗੁਰਬਾਣੀ ਦਾ ਗਿਆਨ ਨਹੀਂ ਸੀ ਉਹਨਾਂ ਚਿਰ ਬੰਦਾ ਸਭ ਕੁਝ ਹੀ ਕਰੀ ਜਾਂਦਾ, ਪਤਾ ਨਹੀਂ ਸੀ, ਉਹ ਤੇ ਇਹ ਗਲਤੀ ਉਹ ਮਾਫ ਹੋ ਜਾਂਦੀ। ਪਰ ਜੇ ਸਾਰਾ ਕੁਝ ਬੰਦੇ ਨੂੰ ਪਤਾ ਲੱਗ ਜਾਏ ਫਿਰ ਵੀ ਉਹੀ ਪੁੱਠੇ ਕੰਮ ਕਰਦਾ ਰਵੇ, ਫਿਰ ਇਹ ਗਲਤੀ ਨਹੀਂ, ਫਿਰ ਜਾਣ ਕੇ ਪਾਪ ਕਰਦਾ। ਹੁਣ ਜਾਣ ਕੇ ਕਰਦਾ, ਪਹਿਲਾਂ ਕਰਦਾ ਸੀ, ਚਲੋ ਗਲਤੀ ਹੈ ਭਾਈ, ਹੁਣ ਪਹਿਲਾਂ ਕੀ ਪਤਾ ਸੀ, ਬੜੀਆਂ ਬੀਬੀਆਂ ਨੇ ਵਰਤ ਰੱਖਦੀਆਂ ਹੋਣਗੀਆਂ, ਹੁਣ ਨਹੀਂ ਰੱਖਦੀਆਂ। ਕਿੰਨੀਆਂ ਭੈਣਾਂ ਨੇ ਜਿਹੜੀਆਂ ਵਰਤ ਨਹੀਂ ਰੱਖਦੀਆਂ। ਹੁਣ ਬਾਣੀ 'ਚ ਲਿਖਿਆ ਛੋਟਾ ਹੈ ਅੰਨ ਕਰਹਿ ਪਖੰਡ, ਛੋਟਾ ਹੈ ਅੰਨ ਕਰਹਿ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਨਾ ਉਹ ਸੁਹਾਗਣ ਹੈ ਨਾ ਉਹ ਰੰਡ। ਮਹਾਰਾਜ ਕਹਿੰਦੇ ਨੇ ਪਖੰਡ ਹੈ, ਛੱਡ ਦਿਓ। ਤੇ ਜਦੋਂ ਨਹੀਂ ਸੀ ਪਤਾ, ਵੇਖੋ ਬੜੀਆਂ ਭੈਣਾਂ ਵਰਤ ਰੱਖਦੀਆਂ ਰਹੀਆਂ ਹੋਣਗੀਆਂ, ਤੁਹਾਡੇ 'ਚ ਹੋਣਗੀਆਂ। ਪਰ ਜੇ ਕੋਈ ਹੁਣ ਵੀ ਵਰਤ ਵਾਲਾ ਪਖੰਡ ਕਰਦੀ ਹੈ ਉਹਨੂੰ ਛੱਡ ਦੇਣਾ ਚਾਹੀਦਾ। ਨਾਲੇ ਵਰਤ ਕਾਹਦਾ ਹੁੰਦਾ ਹੈ, ਟਾਈਮ ਦਾ ਅੱਗਾ ਪਿੱਛਾ ਜਾ ਕਰਕੇ ਖਾ ਤੇ ਅੱਗੇ ਨਾਲੋਂ ਜ਼ਿਆਦਾ ਲੈਂਦੀਆਂ ਨੇ। ਟਾਈਮ ਦਾ ਅੱਗਾ ਪਿੱਛਾ ਜ਼ਰੂਰ ਹੋ ਜਾਂਦਾ ਹੈ, ਵੀ ਦਿਨ ਚੜ੍ਹੇ ਤੋਂ ਪਹਿਲਾਂ ਪਹਿਲਾਂ ਖਾਣਾ ਸੂਰਜ ਚੜ੍ਹਨ ਤੋਂ, ਤੇ ਲੇਟ ਜਿਹੜਾ ਚੰਦਰਮਾ, ਜਦੋਂ ਚੰਦਰਮਾ ਨੂੰ ਵੇਖ ਕੇ ਕਹਿੰਦੇ, ਫਿਰ ਇੱਦਾਂ ਕਹਿੰਦੇ ਨੇ ਨਾ ਵਰਤ ਰੱਖਣ ਵਾਲੀਆਂ। ਪਰ ਜੇ ਤੁਸੀਂ ਉਸ ਦਿਨ ਦੁਕਾਨਾਂ ਤੇ ਚਲੇ ਜਾਓ, ਤੁਹਾਨੂੰ ਸੜੇ ਕੇਲੇ ਮਿਲਣਗੇ ਤੇ ਸੜੇ ਸੇਬ ਮਿਲਣਗੇ। ਤੁਸੀਂ ਪੁੱਛੋ ਵੀ ਅੱਜ ਕੀ ਗੱਲ, ਕਹਿੰਦੇ ਤੁਹਾਨੂੰ ਪਤਾ ਨਹੀਂ ਕਰੂਏ ਦਾ ਵਰਤ ਹੈ, ਭੈਣਾਂ ਸਾਰੀਆਂ ਖਾ ਗਈਆਂ, ਰੇਹੜੀਆਂ ਦਾ ਸਫਾਇਆ ਕਰਤਾ, ਕਹਿੰਦੀਆਂ ਵਰਤ ਹੈ ਸਾਡਾ। ਪਹਿਲਾਂ ਹੀ ਵੇਲੇ ਨਾਲ ਹੀ ਸਵੇਰੇ ਹੀ ਇੰਨਾ ਕੁਝ ਖਾ ਲਓ ਵੀ ਸਾਰਾ ਦਿਨ ਭੁੱਖ ਹੀ ਨਹੀਂ ਲੱਗਦੀ। ਤੇ ਵਰਤ ਕਾਹਦੇ ਨੇ, ਇੱਕ ਦੂਜੇ ਨਾਲ ਪਿਆਰ ਕਰੋ, ਇੱਕ ਦੂਜੇ ਨਾਲ ਧੋਖਾ ਨਾ ਕਰੋ, ਸੁਖੀ ਫੇਰ ਵਸਾਂਗੇ। ਉਹ ਸਵੇਰੇ ਸਵੇਰੇ ਕੜਾਈ 'ਚ ਖੁਰਚਣਾ ਮਾਰੇ, ਉਹ ਕਹਿੰਦਾ ਕੀ ਕਰਦੀ ਹੈ, ਟਿੱਕ ਕੇ ਪੈ ਜਾ। ਕਿਉਂ ਸਵੇਰੇ ਸਵੇਰੇ ਖੜਕਾ ਕੀਤਾ, ਕਹਿੰਦੀ ਪੈ ਜਾ ਟਿੱਕ ਕੇ, ਤੇਰਾ ਹੀ ਸਿਆਪਾ ਕਰਨੀ ਹੈ, ਕਹਿੰਦੀ ਵੀ ਤੇਰੇ ਲਈ ਵਰਤ ਰੱਖਣਾ ਮੈਂ, ਤੇ ਕਾਹਦੇ ਵਰਤ ਨੇ, ਫਿਰ ਛੱਡ ਦਿਓ। ਭੈਣੋ ਸਿਆਣੀਆਂ ਬਣੋ, ਫਿਰ ਕਰੂਏ ਦੀ ਕਥਾ ਸੁਣਨ ਵੀ ਜਾਂਦੀਆਂ ਨਾ ਬੀਬੀਆਂ, ਕਰੂਏ ਦੀ ਕਥਾ ਵੀ ਸੁਣ ਜਾਂਦੀਆਂ ਨੇ। ਉਹ ਫਿਰ ਜਾਂ ਬੀਬੀ ਸੁਣਾਉਂਦੀ ਹੈ, ਕਈ ਤੇ ਗੁਰਦੁਆਰਿਆਂ 'ਚ ਗ੍ਰੰਥੀ ਸੁਣਾਉਂਦੇ ਨੇ ਕਰੂਏ ਦੀ ਕਥਾ, ਐਡਾ ਦਿਮਾਗ ਹੱਲਿਆ। ਗੁਰਬਾਣੀ ਦੀ ਕਥਾ ਦਾ ਪਤਾ ਨਹੀਂ, ਕਰੂਏ ਦੀ ਕਥਾ ਆਉਂਦੀ ਗ੍ਰੰਥੀਆਂ ਨੂੰ। ਕਈ ਬੀਬੀਆਂ ਵੀ ਫਿਰ ਸਿਆਣੀਆਂ, ਲੈ ਭੈਣੇ ਤੂੰ, ਮੈਂ ਅੱਛਾ ਕਹਿਣਗੀਆਂ, ਜਦੋਂ ਮੈਂ ਤੈਨੂੰ ਕਥਾ ਸੁਣਾਵਾਂ ਤੂੰ ਹੰਗੂਰਾ ਭਰੀ ਜਾਈ ਅੱਗੋਂ। ਬੀਬੀਆਂ ਫਿਰ ਹੰਗੂਰਾ ਵੀ ਭਰਦੀਆਂ ਨੇ ਇੱਦਾਂ ਬਹਿ ਕੇ ਦੁਪਹਿਰੇ, ਕੀ ਅੱਛਾ ਕਥਾ ਕੀ ਸੁਣਾਉਣਗੀਆਂ, ਅੱਗੋਂ ਹੰਗੂਰਾ ਭਰੀ ਚੱਲੀ। ਇੱਕ ਸੀ ਬੀਬੀ ਵੀਰੋ, ਅੱਗੋਂ ਕਹਿਣਗੀਆਂ ਹੂੰ, ਬੀਬੀਆਂ ਅੱਗੋਂ ਹੰਗੂਰਾ ਭਰਦੀਆਂ ਹੂੰ। ਉਹਦੇ ਸੱਤ ਭਰਾ ਸੀ ਹੂੰ, ਤੂੰ ਹੂੰ ਕਹਿਤਾ ਕਮਲੀਏ, ਪੁੱਛ ਤੇ ਲੈ ਵੀ ਕਿੱਥੇ ਹੋਈ ਹੈ ਬੀਬੀ ਵੀਰੋ। ਉਹਦੇ ਸੱਤ ਭਰਾਵਾਂ ਦੇ ਨਾਂ ਕੀ ਨੇ, ਅੱਗੋਂ ਪੁੱਛੀ ਵੀ ਨਾਂ ਕੀ ਨੇ ਸੱਤ ਭਰਾਵਾਂ ਦੇ, ਪਤਾ ਹੀ ਨਹੀਂ। ਅੱਛਾ ਇੱਕ, ਅੱਛਾ ਉਹਨੇ ਰੱਖਿਆ ਵਰਤ ਹੂੰ, ਅੱਗੋਂ ਐਂ ਕਹਿਣਗੇ ਬੀਬੀਆਂ। ਅੱਛਾ ਫਿਰ ਕੀ ਹੋਇਆ, ਉਹਦੇ ਸੱਤ ਭਰਾ ਸੀ ਕਹਿੰਦੇ, ਉਹਨਾਂ ਨੂੰ ਆ ਗਿਆ ਤਰਸ, ਤਰਸ ਆ ਗਿਆ ਵੀ ਸਾਡੀ ਭੈਣ ਤੇ ਭੁੱਖੀ ਬੈਠੀ ਹੈ। ਉਹਨੇ ਕਰੂਏ ਦਾ ਵਰਤ ਰੱਖਿਆ ਸੀ ਆਪਣੇ ਘਰ ਵਾਲੇ ਲਈ। ਫਿਰ ਕਹਿੰਦੇ ਉਹਨਾਂ ਨੇ ਕੀ ਕੀਤਾ ਵੀ ਦੂਰ ਅੱਗ ਬਾਲ ਕੇ ਨਾ ਅੱਗੇ ਇੰਨਾ ਕੱਪੜਾ ਜਿਹਾ ਕਰਤਾ ਵੀ ਚੰਦ ਚੜ੍ਹ ਗਿਆ, ਚੰਦ ਚੜ੍ਹ ਗਿਆ ਬੀਬੀ ਨੂੰ ਵੀ ਭੈਣ ਸਾਡੀ ਭੁੱਖੀ ਤਰਸ ਆ ਗਿਆ ਵੀ ਰੋਟੀ ਖਾ ਲੇਗੀ। ਕਹਿੰਦੇ ਭੁਲੇਖਾ ਜਿਹਾ ਪੈ ਗਿਆ, ਚੰਦ ਚੜ੍ਹ ਗਿਆ ਤੇ ਉਹਨੇ ਰੋਟੀ ਖਾ ਲਈ। ਇਹ ਕਰਨਗੀ ਅੱਗੋਂ ਹੂੰ ਵੀ ਤੂੰ ਹੁਣ ਹੂੰ ਕਿਉਂ ਕਹਿੰਦੀ, ਤੂੰ ਪੁੱਛ ਵੀ ਕਦੇ ਚੰਦਰਮਾ ਦਾ ਭੁਲੇਖਾ ਅੱਗ ਨਾਲ ਪੈ ਸਕਦਾ।
ਅੱਗ ਬਾਲ ਕੇ ਕੋਈ ਚੰਦਰਮਾ ਦਾ ਭੁਲੇਖਾ ਪਾ ਸਕਦਾ? ਉਹਨਾਂ ਨੇ ਕਹਿੰਦੇ ਅੱਗ ਬਾਲ ਕੇ ਨਾ ਇੱਦਾਂ ਪੜਦਾ ਜਾ ਕਰਤਾ, ਕਹਿੰਦੇ ਇੱਦਾਂ ਲੱਗਿਆ ਵੀ ਚੰਦ ਚੜ ਗਿਆ। ਤੇ ਅੱਛਾ ਫੇਰ ਕੀ ਹੋਇਆ? ਕਹਿੰਦੇ ਉਹਦੇ ਘਰ ਵਾਲੇ ਦੇ ਸੂਈਆਂ ਹੀ ਸੂਈਆਂ ਚੁੱਭ ਗਈਆਂ। ਬੀਬੀਆਂ ਇੱਦਾਂ ਸੁਣਾਉਂਦੀਆਂ ਨਾ, ਉਹਦੇ ਘਰ ਵਾਲੇ ਦੇ ਫਿਰ ਸੂਈਆਂ ਚੁੱਭ ਗਈਆਂ ਸਾਰੇ ਸਰੀਰ ਤੇ। ਫੇਰ ਬਈ ਕਹਿੰਦੇ ਬਸ ਫਿਰ ਉਹ ਵਿਚਾਰੀ ਕੱਢੀ ਗਈ ਸੂਈਆਂ, ਤੇ ਸਾਡੀਆਂ ਭੈਣਾਂ ਅੱਗੋਂ ਬੈਠੇ ਹੂੰ ਵੀ ਤੂੰ ਪੁੱਛ ਵੀ ਚੰਦ ਚੜ ਗਿਆ ਉਹਨੇ ਰੋਟੀ, ਉਹਦੇ ਘਰ ਵਾਲੇ ਦੇ ਸੂਈਆਂ ਕਿਵੇਂ ਚੁੱਭ ਗਈਆਂ? ਇੱਕਦਮ ਕਿਵੇਂ ਗੱਲ ਇਹ ਕਿਵੇਂ ਹੋ ਗਿਆ? ਕਦੇ ਨੀ ਕੁਐਸਚਨ ਅੱਗੋਂ ਪੁੱਛਣਾ ਨਹੀਂ, ਬਸ ਅੱਗੋਂ ਹੂੰ ਹੂੰ ਕਰੀ ਦੇਣਾ। ਅੱਛਾ ਫੇਰ ਕੀ ਹੋਇਆ? ਫਿਰ ਕਹਿੰਦੇ ਉਹ ਸੂਈਆਂ ਕੱਢਦੀ ਰਹੀ ਕੱਢਦੀ ਰਹੀ, ਫਿਰ ਕਹਿੰਦੇ ਇੱਕ ਸੂਈ ਰਹਿ ਗਈ। ਬੀਬੀ ਏਦਾਂ ਹੀ ਆ ਨਾ ਵੀ ਇੱਕ ਸੂਈ ਰਹਿ ਗਈ, ਤੁਸੀਂ ਸੁਣੀ ਹੋਏਗੀ ਕਥਾ ਵੀ ਇੱਕ ਸੂਈ ਰਹਿ ਗਈ। ਅਗਲੇ ਸਾਲ ਇੱਕ ਸਾਲ ਕਹਿੰਦੇ ਉਹ ਸੂਈਆਂ ਕੱਢਦੀ ਰਹੀ, ਅਗਲਾ ਕਰੂ ਕਰੂਆ ਦਾ ਵਰਤ ਫੇਰ ਆ ਗਿਆ, ਸਾਲ ਬਾਅਦ ਆ ਗਿਆ ਵਰਤ, ਉਹ ਸੂਈਆਂ ਹੀ ਕੱਢਦੀ ਰਹੀ, ਇੱਕ ਸੂਈ ਰਹਿ ਗਈ। ਉਹ ਕਰੂਏ ਵੇਚਣ ਵਾਲਾ ਆਇਆ, ਸਮਾਨ ਵੇਚਣ ਵਾਲਾ, ਇਹ ਕਹਿੰਦੀ ਵੀ ਮੈਂ ਕਰੂਆ ਸਮਾਨ ਲੈ ਆਵਾਂ। ਕਹਿੰਦੇ ਉਹ ਸਮਾਨ ਲੈਣ ਚਲੀ ਗਈ, ਕੋਲ ਬੈਠੀ ਸੀ ਨੌਕਰਾਣੀ, ਤੇ ਨੌਕਰਾਣੀ ਨੇ ਇੱਕ ਸੂਈ ਰਹਿੰਦੀ ਸੀ ਉਹਨੇ ਕੱਢਤੀ। ਘਰ ਵਾਲੇ ਨੂੰ ਕਹਿੰਦੇ ਹੋਸ਼ ਆ ਗਈ, ਉਹਨੇ ਉਹਨੂੰ ਸਮਝ ਲਿਆ ਵੀ ਇਹੀ ਮੇਰੀ ਰਾਣੀ ਆ, ਕਹਿੰਦੇ ਉਹਨੂੰ ਰਾਣੀ ਬਣਾ ਲਿਆ, ਰਾਣੀ ਨੌਕਰਾਣੀ ਬਣ ਗਈ, ਨੌਕਰਾਣੀ ਰਾਣੀ ਬਣ ਗਈ। ਲੈ ਲਾ ਤੇ ਰੰਗ ਕਰੂਏ ਤੇ ਵੇਖ ਲਓ ਫਲ ਕੀ ਮਿਲਿਆ, ਬੱਲੇ ਬੱਲੇ ਵੀ ਰੰਗ ਲਾ ਤੇ ਉਹ ਵਿਚਾਰੀ ਨੌਕਰਾਣੀ ਬਣਾ ਦਿੱਤੀ, ਸਾਰਾ ਸਾਲ ਉਹਨੇ ਸੂਈਆਂ ਕੱਢੀਆਂ ਉਹਦੀਆਂ, ਰੰਗ ਲਾ ਤੇ ਕਰੂਏ ਨੇ। ਕਹਿੰਦੇ ਉਹ ਰਾਣੀ ਬਣ ਗਈ। ਫਿਰ ਏਦਾਂ ਨੀ ਬੀਬੀਆਂ ਰਾਣੀ ਗੋਲੀ ਹੋਈ ਗੋਲੀ ਰਾਣੀ, ਏਦਾਂ ਕਈ ਕੁਛ ਕਰਦੀਆਂ ਨੇ, ਕਹਾਵਤਾਂ ਜੀਆਂ ਬਣੀਆਂ ਏਦਾਂ ਦਾ ਕੁਛ। ਅੱਛਾ ਫਿਰ ਕਹਿੰਦੇ ਉਹ ਗੱਲਾਂ ਕਰਿਆ ਕਰੇ, ਏਦਾਂ ਅਖਾਣ ਪਾਇਆ ਕਰੇ ਵੀ ਰਾਣੀ ਗੋਲੀ ਰਾਣੀ ਹੋਈ ਕਈ ਏਦਾਂ। ਫਿਰ ਉਹ ਪੁੱਛਦਾ ਵੀ ਤੂੰ ਐਂ ਕਿਉਂ ਕਹਿੰਦੀ ਹੈ? ਫਿਰ ਕਹਿੰਦੇ ਉਹਨੇ ਸਾਰੀ ਸਾਖੀ ਸੁਣਾਈ ਵੀ ਮੈਂ ਤੇ ਇੰਨੇ ਕੱਢੇ ਤੇ ਆ ਕੱਢਦੀ ਰਹੀ, ਮੈਂ ਬਾਹਰ ਗਈ ਸੀ ਫਿਰ ਸੂਈ ਤੇਰੀ ਬੋਲੀ ਨੇ ਸੂਈ ਕੱਢਤੀ, ਉਹ ਉਹਨੂੰ ਤੂੰ ਰਾਣੀ ਬਣਾ ਲਿਆ। ਕਹਿੰਦੇ ਫਿਰ ਉਹਨੇ ਦੋਨਾਂ ਨੂੰ ਰਾਣੀਆਂ ਬਣਾ ਲਿਆ। ਲੈ ਇੰਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ। ਆਪਣੀਆਂ ਭੈਣਾਂ ਕੀ ਕਰਦੀਆਂ ਨੇ ਅੱਗੇ ਬੈਠੀਆਂ, ਹੂੰ ਹੂੰ ਵੀ ਤੂੰ ਹੂੰ ਹੂੰ ਨਾ ਕਰ, ਤੂੰ ਪੁੱਛ ਬਈ ਇਹ ਕਿਹੜੀ ਇਹ ਕਿੱਥੇ ਹੋਈ ਹੈ ਬੀਬੀ ਵੀਰੋ। ਇੱਕ ਬੀਬੀ ਵੀਰੋ ਸੀ, ਉਹਦੇ ਸੱਤ ਭਰਾ ਸੀ, ਸੂਈਆਂ ਆਪਣੇ ਆਪ ਹੀ ਬਣਾਈ ਜਾਂਦੀਆਂ। ਇਹ ਗੱਪ ਕਹਾਣੀ ਹੈ ਨਾ, ਗੱਪ ਕਹਾਣੀ ਨੂੰ ਸੱਚ ਮੰਨ ਲਿਆ ਜੋ ਗੁਰਬਾਣੀ ਚ ਲਿਖਿਆ ਹੈ, ਇਹ ਸੁਣਨ ਨੂੰ ਆਪਾਂ ਤਿਆਰ ਹਾਂ, ਗੱਪਾਂ ਨੂੰ ਮੰਨੀ ਜਾਂਦੀ। ਲੜਨ ਪੈਂਦੇ ਨੇ ਲੋਕੀ ਅੱਗੋਂ, ਮਹਾਰਾਜ ਕਹਿੰਦੇ ਨੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਕਹਿੰਦੇ ਸੱਚੀ ਕਥਾ ਤੇ ਲੋਕਾਂ ਤੋਂ ਸੁਣੀ ਨਹੀਂ ਜਾਂਦੀ, ਰਾਰ ਕਰਤ ਕਹਿੰਦੇ ਅੱਗੋਂ ਲੜਦੇ ਨੇ, ਰਾਰ ਕਰਤ ਝੂਠੀ ਲੱਗ ਗਾਥਾ। ਕਹਿੰਦੇ ਝੂਠੀਆਂ ਕਹਾਣੀਆਂ ਨੂੰ ਮੰਨਦੇ ਨੇ ਤੇ ਗੁਰਬਾਣੀ ਦੀ ਸੱਚੀ ਕਥਾ ਸੁਣਦੇ ਨਹੀਂ, ਸਗੋਂ ਕਹਿੰਦੇ ਲੜਨ ਪੈਂਦੇ ਨੇ ਲੜਨ। ਜਿਵੇਂ ਹੁਣ ਮੈਂ ਆ ਗੱਲ ਕਰ ਦਿੱਤੀ, ਤੇ ਜੇ ਹੁਣ ਕੱਲ ਨੂੰ ਉਹ ਕੇਸ ਕਰ ਦੇਣ ਵੀ ਕਰੂਏ ਤੇ ਤਵਾ ਲਾਤਾ, ਗੁਰਬਾਣੀ ਨੂੰ ਮੰਨਿਆ ਨਹੀਂ ਗੱਪ ਨੂੰ ਮੰਨ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਪਾਂ ਨੂੰ ਮੰਨਦੇ ਨੇ ਲੋਕ, ਮਹਾਰਾਜ ਕੀ ਕਹਿੰਦੇ ਨੇ ਇਹਨੂੰ ਮੰਨਦੇ ਨਹੀਂ। ਹੁਣ ਐਂ ਕਹਿਦਾ ਮੈਂ ਵੀ ਬਾਂਹ ਤਾਂ ਹੀ ਤਾਂ ਜਾਈ ਜਾਂਦੀ ਹੈ ਸ਼੍ਰੀ ਚੰਦ ਦੀ, ਤਾਂ ਹੀ ਤਾਂ ਉਹ ਬਾਂਹ ਕਹਿੰਦੇ ਆਕਾਸ਼ ਨੂੰ ਲੱਗ ਗਈ, ਇਹਨੂੰ ਮੰਨ ਲੈਣਗੇ। ਬਾਣੀ ਚ ਕੀ ਲਿਖਿਆ ਇਹਨੂੰ ਨਹੀਂ ਮੰਨਣਗੇ, ਇਹੋ ਜਿਹੀਆਂ ਗੱਲਾਂ ਨੂੰ ਮੰਨਦੇ।
ਤਾਂ ਮੈਂ ਬੇਨਤੀ ਕੀਤੀ ਹੈ ਭਾਈ ਛੱਡ ਦਿਓ ਪਖੰਡ, ਅਸੀਂ ਨਹੀਂ ਮੰਨਣਾ ਕੋਈ ਜੋ ਮਰਜ਼ੀ ਕਹੀ ਜਾਏ, ਗੁਰਬਾਣੀ ਜੋ ਮੰਨੇਗੀ ਅਸੀਂ ਉਹ ਮੰਨਾਂਗੇ। ਆਖੋ ਸਤਨਾਮ, ਫਿਰ ਕਹੋ ਗੁਰਬਾਣੀ ਜੋ ਜੋ ਸਤਿਗੁਰ ਕਹਿਣਗੇ ਅਸੀਂ ਉਹਨੂੰ ਮੰਨਾਂਗੇ, ਜੋ ਸਤਿਗੁਰ ਕਹਿਣਗੇ ਅਸੀਂ ਉਹਨੂੰ। ਬਸ ਇੱਥੇ ਰੱਖੋ ਸੂਈ ਤਾਂ ਗੱਲ ਬਣੇਗੀ। ਘਰਾਂ 'ਚ ਬਹੁਤ ਸਹਿਜ ਪਾਠ ਕਰਨ ਲੱਗ ਪਏ ਨੇ, ਬੜੇ ਸੱਜਣ ਮਿਲਦੇ ਨੇ। ਸਹਿਜ ਪਾਠ ਬਾਬਾ ਜੀ ਕਿਵੇਂ ਕਰੀਏ, ਕਿਵੇਂ ਭੋਗ ਪਾਈਏ, ਘਰ ਹੀ ਕਰ ਲਿਆ ਕਰੀਏ, ਅਰਦਾਸ ਘਰ ਹੀ, ਇਹ ਹੁਣ ਸਾਂਝਾ ਹੀ ਸੁਣ ਲਓ ਬਈ। ਬੇਨਤੀ ਇੰਨੀ ਹੈ ਵੀ ਸਹਿਜ ਪਾਠ ਘਰਾਂ 'ਚ ਕਰੋ, ਆਰੰਭ ਜਿੱਦਣ ਭੋਗ ਪਾਉਣਾ ਹੈ ਆਰੰਭ ਘਰ 'ਚ ਕਰ ਲਓ ਭਾਵੇਂ, ਪਰ ਜਿੱਦਣ ਭੋਗ ਪਾਉਣਾ ਹੈ ਉਦਣ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਸਰੂਪ ਜਿਹੜਾ ਸਾਹਮਣੇ ਜਾਓ, ਤਾਂ ਜੋ ਪਤਾ ਵੀ ਲੱਗਦਾ ਨਾ ਭਾਗ ਹੈ ਇਹ ਗੁਰੂ ਸਾਹਿਬ ਦਾ ਸੰਪੂਰਨ ਸਰੂਪ ਹੈ। ਚੰਦੋਆ ਚਵਰ ਛਤਰ ਤਖਤ ਉੱਥੇ ਲੱਗਿਆ, ਕਰ ਆਪਾਂ ਕਰ ਵੀ ਸਕਦੇ ਹਾਂ ਪਰ ਉੱਥੇ ਜਾਓ ਤੇ ਚੰਗਾ ਹੈ। ਫਿਰ ਕੜਾਹ ਪ੍ਰਸ਼ਾਦ ਬਣਾ ਕੇ ਅਰਦਾਸ ਭਾਵੇਂ ਆਪ ਕਰ ਲਓ ਭਾਵੇਂ ਗ੍ਰੰਥੀ ਤੋਂ ਕਰਾ ਲਓ ਸਹਿਜ ਪਾਠ ਦੀ ਜਿਹੜਾ ਤੁਸੀਂ ਘਰ 'ਚ ਕੀਤਾ ਹੈ, ਭੋਗ ਦੇ ਸਲੋਕ ਗੁਰਦੁਆਰਾ ਸਾਹਿਬ ਜਾ ਕੇ ਪੜ੍ਹ ਲਓ। ਗ੍ਰੰਥੀ ਪੜ੍ਹ ਲੈ ਤੂੰ ਕੋਲ ਬਹਿ ਕੇ ਪੜ੍ਹ ਲੈ ਨਾਲ ਨਾਲ, ਚਾਹੇ ਆਪ ਹੀ ਪੜ੍ਹ ਲਓ। ਅਰਦਾਸ ਹੋ ਗਈ, ਹੁਕਮਨਾਮਾ ਹੋ ਗਿਆ ਤੇ ਉਸੇ ਅਰਦਾਸ ਵਿੱਚ ਹੀ ਸਤਿਗੁਰੂ ਅੱਜ ਭੋਗ ਪੈ ਗਿਆ, ਨਵਾਂ ਸਹਿਜ ਪਾਠ ਕਰਨ ਲੱਗੇ ਹਾਂ, ਆਰੰਭ ਕਰਨ ਦੀ ਆਗਿਆ ਦੇ ਦਿਓ। ਹੁਕਮਨਾਮਾ ਸੁਣੋ, ਹੁਕਮਨਾਮਾ ਸੁਣਨ ਤੋਂ ਬਾਅਦ ਨਾਲ ਹੀ ਗੁਰਦੁਆਰਾ ਸਾਹਿਬ ਵਿੱਚ ਜਪਜੀ ਸਾਹਿਬ ਪਾਠ ਕਰਕੇ ਅਗਲਾ ਸਹਿਜ ਪਾਠ ਆਰੰਭ ਕਰ ਦਿਓ। ਭਾਵੇਂ ਪੰਜ ਪੌੜੀਆਂ ਗੁਰਦੁਆਰੇ ਪੜ੍ਹ ਕੇ ਆਰੰਭ ਹੋ ਗਿਆ, ਘਰ ਆ ਕੇ ਬਾਕੀ ਪੜ੍ਹੋ। 6 ਮਹੀਨਿਆਂ ਬਾਅਦ ਦੁਬਾਰਾ, ਕਿਉਂਕਿ ਗੁਰਦੁਆਰਾ ਸਾਹਿਬ ਜਾਏਗਾ ਅਰਦਾਸ ਕਰਾਏਗਾ, ਉੱਥੇ ਸਹਿਜ ਪਾਠ ਦੇ ਤੁਹਾਡੇ ਭੋਗ ਦੀ ਅਰਦਾਸ ਹੋਏਗੀ, ਫਿਰ ਉਹਦੇ ਨਾਲ ਹੋਰ ਨੂੰ ਲਗਨ ਲੱਗਦੀ ਹੈ, ਭੈਣਾਂ ਵੱਲ ਵੇਖ ਕੇ ਹੋਰ ਭੈਣਾਂ ਪਾਠ ਕਰਨਗੀਆਂ। ਤੇ ਕਾਲ ਨਹੀਂ ਕਰਨੀ ਵੀ ਸਾਲ ਬਾਅਦ ਕਰ ਲਓ, ਭਾਵੇਂ ਆਰਾਮ ਨਾਲ ਕਰਿਆ ਕਰੋ। ਬਸ ਰੋਜ਼ ਦੇ 5 ਅੰਗ ਪੜ੍ਹੋ, 10 ਕੁ ਪੜ੍ਹ ਲਓ ਚਲੋ ਬਹੁਤਾ ਚੰਗਾ ਹੈ, 10 ਕੁ ਅੰਗ ਪੜ੍ਹ ਲਓ, ਜੇ 5 ਕੁ ਪੜ੍ਹ ਲਓਗੇ ਤਾਂ ਵੀ ਕੋਈ ਨਹੀਂ, ਆਰਾਮ ਨਾਲ ਕਰਨਾ ਹੈ, ਸਮਝ ਕੇ ਸਹਿਜ ਪਾਠ ਕਰਿਆ, ਫਿਰ ਵੇਖਿਓ ਆਪੇ ਹੀ ਸਾਰਾ ਕੁਝ ਪਤਾ ਲੱਗੇਗਾ। ਗੁਰਬਾਣੀ ਦਾ ਗਿਆਨ ਜਦੋਂ ਹੋ ਗਿਆ ਫਿਰ ਜੱਬਲਾਂ ਦੀਆਂ ਜੱਬਲੀਆਂ ਭੈੜੀਆਂ ਲੱਗਣ ਲੱਗ ਜਾਣਗੀਆਂ। ਫਿਰ ਜਿਹੜਾ ਤੁਸੀਂ ਕਹਿੰਦੇ ਨਾ ਹੂੰ ਹੂੰ ਕਰਦਾ ਅੱਗੋਂ ਹੂੰ ਹੂੰ, ਫਿਰ ਨਹੀਂ, ਫਿਰ ਕਹਾਂਗਾ ਐਵੇਂ ਕਿਵੇਂ, ਆਖੋ ਸਤਨਾਮ, ਐਂ ਕਿਵੇਂ, ਐਦਾਂ ਕਹੇਗਾ ਫਿਰ ਤੂੰ, ਐਦਾਂ ਕਿਵੇਂ, ਅਗਲਾ ਕਹੇਗਾ ਐਦਾਂ ਹੋਇਆ ਐਂ ਹੋਇਆ, ਤੂੰ ਕਹੇਗਾ ਐਂ ਕਿਵੇਂ, ਕਿਉਂ ਬਈ ਤੈਨੂੰ ਇਹਨੂੰ ਸਿਆਣਾ ਕਿਹਨੇ ਕਰਤਾ। ਗੁਰ ਕੀ ਮਤ ਤੂੰ ਲਿਹੇ ਆਣੇ, ਭਗਤ ਬਿਨਾ ਗੁਰੂ ਨੇ ਸਿਆਣਾ ਕਰ ਦਿੱਤਾ, ਹੁਣ ਸਾਨੂੰ ਆ ਸਿਆਣਪਾਂ ਦੁਨੀਆ ਵਾਲੀਆਂ ਤੇ ਖਤਮ ਹੋ ਜਾਂਦੀਆਂ ਨੇ, ਮਹਾਰਾਜ ਨੇ ਹੁਣ ਅਕਲ ਦੇ ਦਿੱਤੀ ਸਾਨੂੰ, ਹੁਣ ਨਹੀਂ ਲੁੱਟੀਂਦੇ, ਹੁਣ ਨਹੀਂ ਲੁੱਟੇ ਜਾਂਦੇ ਅਸੀਂ, ਹੁਣ ਅਕਲ ਆ ਗਈ ਸਾਨੂੰ, ਸਮਝ ਆ ਗਈ। ਬਸ ਇੱਦਾਂ ਆਓ ਪਿਆਰ ਨਾਲ ਆਪਾਂ ਬਹਾਨੇ ਨਾਲ, ਆ ਵੀ ਵਧੀਆ ਬਹਾਨੇ ਨਾਲ, ਨਾ ਜਿਵੇਂ ਫਸਲ ਨੂੰ ਪਾਣੀ ਮਿਲਦਾ ਰਹਿੰਦਾ ਖੁਰਾਕ ਸਾਨੂੰ ਰਲ ਮਿਲ ਕੇ, ਤੇ ਸਾਡਾ ਵੀ ਭਲਾ ਇਹਦੇ 'ਚ। ਮੈਂ ਸੱਚ ਕਹਿੰਦਾ ਸਤਿਗੁਰ ਦੀ ਹਜ਼ੂਰੀ 'ਚ ਜਿਹੜਾ ਆਨੰਦ ਜਿਹੜਾ ਰਸ ਇੱਦਾਂ ਵਿਚਾਰ ਕਰਕੇ ਮਨ ਨੂੰ ਆਉਂਦਾ ਨਾ, ਇੰਨਾ ਫੀਲਿੰਗ ਵਧੀਆ ਬਣ ਜਾਂਦੀ ਹੈ, ਰਸ ਆਉਂਦਾ ਇਹਦੇ ਤੋਂ ਬਿਨਾਂ, ਇੱਦਾਂ ਵਿਚਾਰ ਗੁਰਬਾਣੀ ਦੀ ਜਾਂ ਪਰਮਾਤਮਾ ਨੂੰ ਮਹਿਸੂਸ ਕਰਨ ਤੋਂ ਬਿਨਾਂ। ਬਹੁਤ ਤਰ੍ਹਾਂ ਨਾਲ ਸਮਾਧੀਆਂ ਲਾ ਲਾ ਵੇਖੀਆਂ ਨੇ, ਇਹੋ ਜਿਹਾ ਰਸ ਨਹੀਂ ਕਦੀ ਬਣਦਾ। ਕਿਉਂ? ਕਿਉਂਕਿ ਗੁਰਬਾਣੀ ਦੀ ਵਿਚਾਰ ਵਿੱਚ ਰਸ ਹੈ, ਮਨ ਪੀਂਦਾ ਹੈ ਤੇ ਕਈ ਕਈ ਦਿਨ ਨਾ ਫਿਰ ਮਨ ਟਿਕਿਆ ਜਿਹਾ ਰਹਿੰਦਾ। ਆਖੋ ਸਤਨਾਮ,
ਤੁਹਾਡਾ ਮੈਨੂੰ ਪਤਾ ਨਹੀਂ, ਮੈਂ ਆਪਣੀ ਗੱਲ ਕਰਦਾ, ਤੁਹਾਡਾ ਨਹੀਂ ਪਤਾ, ਪਰ ਮੈਨੂੰ ਇਦਾਂ ਆਨੰਦ ਬਣਦਾ ਜਦੋਂ ਬਾਣੀ ਆਪਾਂ ਪੜ੍ਹਦੇ ਹਾਂ, ਬਹੁਤ ਰਸ ਬਣਦਾ, ਚੰਗਾ ਲੱਗਦਾ ਹੈ। ਐਸੀ ਸਮਾਧੀ ਅੱਖਾਂ ਖੋਲ੍ਹ ਕੇ ਹੀ ਲੱਗ ਜਾਂਦੀ ਹੈ, ਤੇ ਨਹੀਂ ਤੇ ਅੱਖਾਂ ਬੰਦ ਕਰਕੇ ਬਹੁਤ ਕੁਝ ਕਰਕੇ ਵੇਖੇ ਵੀ ਇਦਾਂ ਕਰੋ ਸਿਮਰਨ ਇਦਾਂ ਇਦਾਂ ਇਦਾਂ, ਪਰ ਅਸਲ ਟਿਕਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਜਦੋਂ ਮਨ ਸ਼ਬਦ ਦੀ ਵਿਚਾਰ ਪੀਂਦਾ ਨਾ, ਫਿਰ ਰਸ ਬਣਦਾ, ਫਿਰ ਆਨੰਦ ਆਉਂਦਾ, ਤੇ ਸਾਰੇ ਰਲ ਕੇ ਇਕੱਠੇ ਹੋ ਕੇ ਬਾਣੀ ਪੜਿਆ ਕਰੋ। ਮਹਾਰਾਜ ਕਹਿੰਦੇ ਨੇ ਫਿਰ ਜਿਹੜਾ ਬਾਣੀ ਗਾ ਰਿਹਾ ਹੋਏਗਾ ਪੜ੍ਹੇਗਾ, ਵਾਹੋ 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 ਕਿਆ ਖੂਬਾ ਹੈ, 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 ਅੜੇ ਵਾਹੋ ਵਾਹੋ ਹਰ ਕਾ ਨਾਮ ਹਰ ਕਾ ਨਾਮ ਹਰ ਕਾ ਨਾਮ ਹਰ ਕਾ ਨਾਮ ਮੇਰੇ ਮਨ ਭਾਵਦਾ ਹੈ, ਹਰ ਕਾ ਨਾਮ ਮੇਰੇ ਮਨ ਭਾਵਦਾ ਹੈ, ਹਰ ਕਾ ਨਾਮ ਹਰ ਕਾ ਨਾਮ ਮੇਰੇ ਮਨ ਭਾਵਦਾ ਹੈ, ਆਹੋ ਜੰਮਿਓ ਜਰਾ ਬਈ ਸਾਰੇ ਬੋਲਿਓ ਬਈ ਅੱਖਾਂ ਬੰਦ ਕਰਕੇ ਨਾਲ, ਪਰ ਜਾ ਪੂਜਣ ਆਈ ਤਿੰਨ ਤੋਂ, ਪਰ ਜਾ ਪੂਜਣ ਆਈ ਤਿੰਨ ਤੋਂ, ਪਰ ਜਾ ਪੂਜਣ ਆਈ ਤਿੰਨ ਤੋਂ, ਪਰ ਜਾ ਪੂਜਣ ਆਈ, ਵਾਹ ਵਾਹ ਪਰ ਹੈ ਸਹੀ ਜਦ ਸੋਹਣ, 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 ਤਿੰਨ ਤੋਂ ਪਰ ਜਾ ਪੂਜਣ ਆਈ
ਜੁੜ ਜਿਓ ਬਈ ਜੁੜ ਜਿਓ ਵੱਡ ਪਾਕਿਆ Thank you.
ਦੇ ਬਾਜ਼ਾਰ ਵਿੱਚ ਆਓ ਸੱਚ ਬੋਲੀਏ, ਝੂਠ ਦੇ ਬਾਜ਼ਾਰ ਵਿੱਚ ਆਓ ਸੱਚ ਬੋਲੀਏ, ਚੱਲ ਦੀ ਕਟਾਰ ਵਿੱਚ ਆਓ ਸੱਚ ਬੋਲੀਏ, ਚੱਲ ਦੀ ਕਟਾਰ ਵਿੱਚ ਆਓ ਸੱਚ ਬੋਲੀਏ, ਚੱਲ ਦੀ ਓ ਚੱਲ ਦੀ ਕਟਾਰ ਵਿੱਚ ਆਓ ਸੱਚ ਬੋਲੀਏ, ਚੱਲ ਦੀ ਕਟਾਰ ਵਿੱਚ ਆਓ ਸੱਚ ਬੋਲੀਏ, ਪੱਥਰਾਂ ਦੀ ਮਾਰ ਵਿੱਚ ਆਓ ਸੱਚ ਬੋਲੀਏ, ਪੱਥਰਾਂ ਦੀ ਮਾਰ ਵਿੱਚ ਆਓ ਸੱਚ ਬੋਲੀਏ, ਇਸ ਮਾਰੋ ਮਾਰ ਵਿੱਚ ਆਓ ਸੱਚ ਬੋਲੀਏ, ਇਸ ਮਾਰੋ ਮਾਰ ਵਿੱਚ ਆਓ ਸੱਚ ਬੋਲੀਏ, ਝੂਠ ਦੇ ਬਾਜ਼ਾਰ 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 ਵਿੱਚ ਆਓ ਸੱਚ ਬੋਲੀਏ, ਸੱਚ ਬੋਲਣਾ ਸੱਚ ਨਾਲ ਜੁੜਨਾ ਸੱਚ ਨੂੰ ਸਮਝਣਾ ਇਹ ਸਿਮਰਨ ਹੈ। ਵਾਹਿਗੁਰੂ ਵਾਹਿਗੁਰੂ ਬਹੁਤ ਚੰਗਾ ਹੈ, ਪਰ ਜਦੋਂ ਸਮਾਂ ਆਵੇ ਉਦੋਂ ਸੱਚ ਬੋਲਣਾ ਤਾਂ ਪਤਾ ਲੱਗਣਾ ਵੀ ਅੰਦਰ ਵੀ ਵਾਹਿਗੁਰੂ ਹੈ। ਆਖੋ ਸਤਨਾਮ, ਇਹ ਕੰਮ ਔਖਾ ਹੈ, ਆਖਾਂ ਜੀਵਾਂ ਵਿਸਰੈ, ਆਖਣ ਔਖਾ ਇਹ ਔਖਾ। ਮਿਹਰ ਕਰਨ ਮਹਾਰਾਜ ਸੱਚ ਬੋਲਣ ਦੀ ਤਾਕਤ ਹਿੰਮਤ ਹੌਸਲਾ ਬਖਸ਼ਣ, ਕਿਰਪਾ ਬਣੀ ਰਵੇ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਤੇ ਇੰਨੀ ਗਰਮੀ ਵਿੱਚ ਆਪਾਂ ਹੁਣ ਟਾਈਮ ਤੇ ਓਨਾ ਹੀ ਹੋ ਗਿਆ, ਮੈਂ ਕਿਹਾ ਸੀ ਅੱਜ ਛੇਤੀ ਸਮਾਪਤੀ ਹੋਏਗੀ, ਪਰ 3 ਘੰਟਿਆਂ ਤੋਂ ਉੱਪਰ ਅੱਜ ਵੀ ਹੋ ਗਿਆ। ਵੇਖੋ ਇੰਨੇ ਪਿਆਰ ਨਾਲ ਜੁੜੇ ਰਹੇ, ਮੈਨੂੰ ਤੇ ਇੰਨੀ ਗਰਮੀ ਦਾ ਪਤਾ ਲੱਗਾ, ਤੁਹਾਡਾ ਮੈਨੂੰ ਪਤਾ ਨਹੀਂ, ਪਰ ਆਓ ਇੰਨੀ ਗਰਮੀ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰੀਆਂ, ਧੰਨਵਾਦ ਹੈ। ਤੇ ਅਗਲਾ ਸ਼ਨੀਵਾਰ ਇੱਕ ਤਾਰੀਕ ਦਾ ਆਉਣਾ, ਅਗਲਾ ਸ਼ਨੀਵਾਰ 1 ਅਗਸਤ ਚੜ ਜਾਣਾ, ਅਗਸਤ ਦਾ ਮਹੀਨਾ 1 ਅਗਸਤ, 1 ਅਗਸਤ ਨੂੰ ਸ਼ਨੀਵਾਰ ਆਏਗਾ, ਆਪਾਂ ਫਿਰ ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ 'ਚ ਰਲ ਮਿਲ ਕੇ ਹਾਜ਼ਰੀ ਭਰਾਂਗੇ। ਇਹ 2 ਮਹੀਨੇ ਜੁਲਾਈ ਦਾ ਤੇ ਅਗਸਤ ਦਾ, ਜਿਹਦੇ ਵਿੱਚ ਜ਼ਿਆਦਾ ਗਰਮੀ ਹੁੰਦੀ ਹੈ, ਥੋੜ੍ਹਾ ਜਿਹਾ ਮੁਸ਼ਕਲ ਹੁੰਦਾ, ਪਰ ਅਗਲੇ ਜਿਹੜੇ ਮਹੀਨੇ ਹਨ, ਅੱਗੇ ਜਿਹੜੇ ਅਗਸਤ ਸਤੰਬਰ ਦਾ ਅਕਤੂਬਰ ਦਾ, ਫਿਰ ਮੌਸਮ ਬਹੁਤ ਸੋਹਣਾ ਹੋ ਜਾਂਦਾ। ਬਾਕੀ ਬਹਿਣ ਵਾਸਤੇ ਉੱਧਰਲੇ ਪਾਸੇ ਇੰਨੀ ਜਗ੍ਹਾ ਵਿੱਚ ਥੱਲੇ ਘਾਹ ਵਗੈਰਾ ਲਵਾ ਦਿੱਤਾ ਗਿਆ ਹੈ, ਪੂਰਾ ਵਧੀਆ ਸਿਸਟਮ ਬਣ ਗਿਆ, ਉਹ ਤਿਆਰ ਹੋ ਗਿਆ। ਤੇ ਆਪਾਂ 2 ਕੁ ਮਹੀਨਿਆਂ ਤੱਕ ਇਹ ਜਿਹੜਾ ਦੀਵਾਨ ਇੱਥੇ ਲੱਗਦਾ ਨਾ ਬਾਹਰ, ਜਾਂ ਤੇ ਦੀਵਾਨ ਹਾਲ ਦੇ ਅੰਦਰ ਲੱਗੇਗਾ ਜਾਂ ਫਿਰ ਉਹਦੇ ਬਾਹਰ। ਤੇ ਜਿਹੜਾ ਤੁਹਾਨੂੰ ਆ ਬਹਿਣ 'ਚ ਵੀ ਔਖਾ ਲੱਗਦਾ ਨਾ, ਵੀ ਥੱਲੇ ਕਈ ਵਾਰੀ ਰੋੜੇ ਹੁੰਦੇ ਨੇ ਜਾਂ ਉੱਚਾ ਨੀਵਾਂ ਥਾਂ ਹੁੰਦਾ, ਉਹ ਪੂਰੇ ਵਿੱਚ ਸੋਹਣਾ ਪਾਰਕ ਬਣਿਆ ਹੋਇਆ, ਉਹਦੇ 'ਚ ਬੈਠ ਕੇ ਆਰਾਮ ਨਾਲ ਸੰਗਤ, ਇਹ ਵੀ ਸੌਖਾ ਹੋ ਜਾਣਾ ਹੁਣ ਪਰਲੇ ਪਾਸੇ। ਹੁਣ ਤੇ ਜਿੰਨੇ ਵਟਸਐਪ ਵਾਲੇ ਨੇ ਉਹ ਉੱਧਰ ਬਹਿੰਦੇ ਨੇ, ਦੀਵਾਨ 'ਚ ਨਹੀਂ ਉਹ ਬਹਿੰਦੇ, ਉਹ ਬਸ ਫੋਨਾਂ 'ਤੇ ਲੱਗੇ ਰਹਿੰਦੇ ਨੇ, ਉਹਨਾਂ ਨੇ ਉੱਧਰ ਬਹਿਣਾ ਹੁੰਦਾ, ਉਹ ਪਰਲੇ ਪਾਸੇ ਬੈਠੇ ਰਹਿੰਦੇ ਆ, ਜਿਨ੍ਹਾਂ ਨੇ ਸੁਣਨਾ ਉਹ ਆਰਾਮ ਨਾਲ। ਵੈਸੇ ਜ਼ਿਆਦਾਤਰ ਤਾਂ ਸੁਣਨ ਵਾਲੇ ਹੀ ਆਉਂਦੇ ਆ, ਪਰ ਕਈ ਹੁੰਦੇ ਨੇ ਬਸ ਜਿਨ੍ਹਾਂ ਨੇ ਫੋਨ 'ਤੇ ਲੱਗੇ ਰਹਿਣਾ ਹੁੰਦਾ, ਅਤੇ ਉਹ ਉੱਧਰਲੇ ਪਾਸੇ ਤਿਆਰੀ ਹੋ ਰਹੀ ਹੈ, ਆਉਣ ਵਾਲੇ 2 ਕੁ ਮਹੀਨਿਆਂ ਤੱਕ ਉੱਧਰ ਤਿਆਰ ਹੋ ਜਾਏਗਾ।
ਸੋ ਮਹਾਰਾਜ ਮਿਹਰ ਕਰਨ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਜਿੱਥੇ ਜਿੱਥੇ ਪ੍ਰੋਗਰਾਮ ਹੋਣਗੇ ਆਪ ਜੀ ਨੂੰ ਪਤਾ ਲੱਗ ਜਾਏਗਾ, ਵੱਧ ਚੜ ਕੇ ਪਹੁੰਚ ਕੇ ਹਾਜ਼ਰੀਆਂ ਭਰੋ। ਕੱਲ੍ਹ ਨੂੰ ਆ ਰੱਖੜਾ ਪਿੰਡ ਨਾਲ ਹੀ ਹੈ, ਆਪਣੇ ਨੇੜੇ ਹੀ ਹੈ ਰੱਖੜਾ, ਦਬਲਾਨ ਦੇ ਨਾਲ ਪਟਿਆਲੇ ਦੇ ਨੇੜੇ ਹੀ ਪੈ ਜਾਂਦਾ। ਅਤੇ ਕੱਲ੍ਹ ਨੂੰ ਉੱਥੇ ਦੀਵਾਨ ਹੈ ਰਾਤ ਦਾ, ਜੋ ਬਾਬਾ ਬਲਕਾਰ ਸਿੰਘ ਉੱਥੋਂ ਆਏ ਨੇ, ਅਤੇ ਉੱਥੇ ਕੱਲ੍ਹ ਦਾ ਸਮਾਗਮ ਹੈ ਰਾਤ ਦਾ, ਤਕਰੀਬਨ 9 ਵਜੇ ਤੋਂ 11:30 ਵਜੇ ਤੱਕ ਆਪ ਜੀ ਨੇ ਉਹਦੇ 'ਚ ਦਰਸ਼ਨ ਬਖਸ਼ਣੇ। ਇਲਾਕੇ ਵਾਲੀ ਜਿਹੜੀ ਸੰਗਤ ਹੈ, ਜਿਨ੍ਹਾਂ ਨੂੰ ਨੇੜੇ ਹੈ, ਉਹ ਜ਼ਰੂਰ ਉੱਥੇ ਦਰਸ਼ਨ ਦੇਣੇ। ਫਿਰ ਅਗਲੇ ਸ਼ਨੀਵਾਰ ਆਪਾਂ ਫਿਰ ਮਾਰ ਦੇ ਚਰਨਾਂ 'ਚ ਹਾਜ਼ਰੀ ਇਸੇ ਤਰ੍ਹਾਂ ਭਰੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਪਿਆਰ ਨਾਲ ਬੈਠ ਕੇ ਹੁਕਮਨਾਮੇ ਸੁਣ ਕੇ ਚੱਲਦੇ ਹਾਂ, ਪਹਿਲਾਂ ਨਹੀਂ ਜਾਣਾ, ਆਰਾਮ ਨਾਲ ਬੈਠਣਾ। ਸੋ ਬਾਬਾ ਜਸਵੀਰ ਸਿੰਘ ਜੀ ਵੀ ਆਏ ਨੇ ਉਸ ਮੂੰਡਖੇੜੇ ਪਿੰਡ ਤੋਂ ਨੇ, ਅਤੇ ਬਾਬਾ ਗੁਰਜੀਤ ਸਿੰਘ ਜੀ ਵੀ ਸੰਗਤ 'ਚ ਬੈਠੇ ਆ, ਬਾਬਾ ਭੁਪਿੰਦਰ ਸਿੰਘ ਜੀ ਵੀ, ਬਾਬਾ ਸੁਰਜੀਤ ਸਿੰਘ, ਬਾਬਾ ਕਸ਼ਮੀਰ ਸਿੰਘ ਜੀ ਨਾਨਕਸਰ ਤੋਂ, ਸਾਰਿਆਂ ਮਹਾਂਪੁਰਸ਼ਾਂ ਦਾ, ਗੁਰਮੁਖਾਂ ਦਾ, ਸਭ ਦਾ ਧੰਨਵਾਦ। ਸਭ ਨੂੰ ਜੀ ਆਇਆਂ ਨੂੰ ਗੱਜ ਕੇ ਹੁਣ ਸਾਰੀ ਸੰਗਤ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜ ਕੇ, ਹੁਕਮਨਾਮੇ ਸੁਣ ਕੇ ਆਪਾਂ ਫਿਰ ਚਾਲਾ ਪਾਉਂਦੇ ਹਾਂ। ਕਾਲ ਨਹੀਂ ਕਰਨੀ, ਆਰਾਮ ਨਾਲ ਜਾਇਓ ਬਈ, ਟਰਾਲੀਆਂ ਵਹੀਕਲਾਂ 'ਚ ਆਰਾਮ ਨਾਲ ਬੈਠਿਓ, ਬਹੁਤ ਵੱਡੀ ਗਿਣਤੀ 'ਚ ਹੋ, ਨਿਕਲਣ ਵੇਲੇ ਦਿੱਕਤ ਨਾ ਆਵੇ, ਆਰਾਮ ਨਾਲ ਜਾਇਆ ਕਰੋ। ਜਿਹੜੀ ਸੰਗਤ ਨੂੰ ਲੈ ਕੇ ਆਉਂਦੇ ਹੋ, ਵੇਖ ਲਿਆ ਕਰੋ ਸਾਰੇ ਪੂਰੇ ਆ, ਬੱਚਿਆਂ ਦਾ ਖਿਆਲ ਰੱਖੋ, ਪਰਸ ਸਾਂਭ ਕੇ ਰੱਖੋ, ਆਪਣੇ ਮੋਬਾਈਲ ਸਾਂਭ ਕੇ ਰੱਖੋ, ਸੋਨਾ ਤੇ ਪਾ ਕੇ ਹੀ ਨਾ ਆਇਆ ਕਰੋ। ਬੀਬੀਆਂ, ਬੀਬੀ ਉਹ ਇੱਥੇ ਕਿਹਨੂੰ ਵਿਖਾਉਣਾ, ਇੱਥੇ ਕਿਹਨੂੰ ਵਿਖਾਉਣਾ, ਸੋਨਾ ਵਗੈਰਾ ਪਾ ਕੇ ਹੀ ਨਾ ਆਇਆ ਕਰੋ, ਅਤੇ ਨਾ ਆਪਣੇ ਪਰਸ ਵਗੈਰਾ ਜਿਹੜੇ ਆ ਇਹ ਸਾਂਭ ਕੇ ਰੱਖਿਆ ਕਰੋ, ਅਤੇ ਪਰਸ ਵੀ ਸਾਂਭਿਆ ਕਰੋ, ਨਿਆਣੇ ਵੀ ਸਾਂਭ ਕੇ ਰੱਖਿਆ ਕਰੋ ਆਪਣੇ, ਜੇ ਜੰਮੇ ਆ ਇਹਨਾਂ ਨੂੰ ਸਾਂਭ ਕੇ ਵੀ ਰੱਖੋ। ਹੁਣ ਇੱਥੇ ਹੁਣ ਵੇਖਿਆ ਕਈ ਨਿਆਣੇ ਕਿੰਨੇ ਇੱਧਰ ਵੀ, ਕਦੇ ਉੱਧਰ ਬਾਹਰਲੇ ਪਾਸੇ ਵੀ ਸੀ ਇੱਕ। ਸੋ ਇਸ ਕਰਕੇ ਬੱਚੇ ਜਿਹੜੇ ਆ ਨਾ, ਗੁੰਮ ਨਹੀਂ ਹੋਣੇ ਚਾਹੀਦੇ, ਇਹਨਾਂ ਨੂੰ ਧਿਆਨ 'ਚ ਰੱਖਿਆ ਕਰੋ ਬੱਚਿਆਂ ਨੂੰ। ਬੱਚੇ ਅੱਜ ਕੱਲ੍ਹ ਦੇ ਤੇਜ਼ ਆ, ਇਹ ਤਾਂ ਵੇਖਦੇ ਆ ਨਾ, ਅੱਜ ਕੱਲ੍ਹ ਪੁਰਾਣੇ, ਅੱਜ ਕੱਲ੍ਹ ਤਾਂ ਫੋਨਾਂ, ਨਿੱਕੇ ਨਿੱਕੇ ਬੱਚੇ 1.5 ਸਾਲ ਦਾ, 2 ਸਾਲ ਦਾ ਫੋਨ ਵਿੱਚ ਵੜਿਆ ਹੋਇਆ, ਨਿੱਕੇ ਨਿੱਕੇ ਨਿਆਣੇ ਬਹੁਤ ਫਾਸਟ ਨੇ, ਅਤੇ ਇਹਨਾਂ ਦਾ ਖਿਆਲ ਰੱਖੋ, ਹੁਣ ਸਾਂਭ ਕੇ ਰੱਖਿਆ ਕਰੋ ਬੱਚਿਆਂ ਦਾ, ਬੱਚਿਆਂ ਦਾ, ਪਰਸਾਂ ਦਾ, ਗਹਿਣਿਆਂ ਦਾ, ਸਭ ਖਿਆਲ ਰੱਖੋ। ਆਓ ਜੀ ਹੁਣ ਆਪਾਂ ਗੱਜ ਕੇ ਆਨੰਦ ਸਾਹਿਬ ਬੋਲੋ, ਅਰਦਾਸ 'ਚ ਜੁੜ ਕੇ, ਹੁਕਮਨਾਮੇ ਸੁਣ ਕੇ ਫਿਰ ਜਾਣਾ। ਜਿਹੜੇ ਸਾਡੇ ਵੀਰ ਭਰਾ ਕੁਝ ਬਾਹਰੋਂ ਆਏ ਨੇ, ਉਹਨਾਂ ਦਾ ਵੀ, ਭਾਈ ਦਲਜੀਤ ਸਿੰਘ ਜੀ ਬਾਲਟੀਮੋਰ ਤੋਂ ਆਏ ਨੇ, ਦਾੜੀ ਕੇਸ ਉਹਨਾਂ ਨੇ ਰੱਖੇ ਆ, ਸਿੰਘ ਸਜੇ ਆ, ਹੁਣ ਹੌਲੀ ਹੌਲੀ ਮਰ ਦੀ ਕਿਰਪਾ ਨਾਲ, ਧੰਨਵਾਦ। ਆਓ ਹੁਣ ਆਪਾਂ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ ਤੇ ਹੁਕਮਨਾਮੇ ਤੋਂ ਬਾਅਦ ਚੱਲਾਂਗੇ। ਇੰਨਾ ਚਿਰ ਬਹਿ ਗਏ, ਹੁਣ ਕਾਲ ਨਾ ਕਰਿਓ, ਪਿਆਰ ਨਾਲ ਪੜੋ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮੇਰੀ ਮਾਏ ਆਨੰਦ ਪਿਆ, ਆਨੰਦ ਪਿਆ ਮੇਰੀ ਮਾਏ, ਮੇਰੀ ਮਾਏ ਆਨੰਦ ਪਿਆ ਮੇਰੀ ਮਾਏ।
ਸਤਿਗੁਰੂ ਮੈਂ ਮਾਇਆ ਮੇਰੀ ਮਾਏ ਅਨੰਦ ਪਿਆ ਅਨੰਦ ਪਿਆ ਮੇਰੀ ਸਤਿਗੁਰੂ ਸਾਗਰ ਸਨ ਮੜਵਾਏ ਸਰੀਆਂ ਸ਼ਬਦ ਗਾ ਸਿਫਤ ਸਲਾਹ ਤੇਰੀ ਨਾਨਕ ਸੱਜੇ ਸਾਹਿਬ ਕਿਆ ਨਹੀਂ ਘਰ ਤੇ ਸ਼ਬਦ ਬਹੁਤ ਚਾਰ ਤੋਂ ਚਾਰ ਹੀ ਆਇਆ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।